शिमारू के नए वीडियोस के लिए सब्सक्राइब कीजिए और बेल आइकन को दबाना न भूलें। आलू ले, गोभी ले, हरा धनिया ले, टमाटर ले, पाई टूटिया पुराना लोहा खाली अजिए पौए बोरियां बोतलां बेच लो, पाई कट्टी चोटी मज बेच लो, MP3 VCDियां फौजी दी फैमिली फैमिली 423 फैमिली छड़ा दी सुपर हिट फिल्म नजारे नंबर वन नानक नाम चढ़दी करा लो मुंडियो। ओहो देख तेरे बुढ़े दा मरना किथे है, ओकरू है किथे गोभी आलू किथे मज कट्टी है ਬਿਆ ਜੀਤ, ਨਾਲੇ ਕਹਿੰਦੇ ਸੀ ਤੂੰ ਬਾਹਰ ਨੂੰ ਗੁੱਜੜ ਗਿਆ ਸੀ ਦੁਬਈ ਨੂੰ। ਉਹ ਤੂੰ ਤਾਂ ਦੇਬੋ ਚਿਚਕਰਾਂ ਕਰਦੀਆਂ, ਕਿਹੜੀ ਦੁਬਈ, ਉਹ ਮੇਰੇ ਨਾਲ ਤਾਂ ਧੋਖਾ ਹੋ ਗਿਆ ਧੋਖਾ। ਕਾਹਦਾ ਧੋਖਾ? ਉਹ ਦਿੱਲੀ ਤੋਂ ਚੜਾ ਕੇ ਜਦੋਂ ਸਾਨੂੰ ਤਾਰਿਆ, ਅੱਛਾ ਮੈਂ ਆਖਿਆ ਲੈ ਬਈ ਜੀਤ ਸਿਆ ਤੇਰਾ ਤਾਂ ਪੱਕਾ ਪੈਂਚਰ ਲੱਗ ਗਿਆ। ਉਹ ਮੈਂ ਇੱਕ ਦੁਕਾਨ ਵਾਲੇ ਨੂੰ ਪੁੱਛਿਆ, ਭਾਈ ਸਾਹਿਬ ਜੇ ਕੋਕਾ ਕੋਲਾ ਕਿਤਨੇ ਕਾ ਹੈ? ਮੈਨੂੰ ਕਹਿੰਦਾ 10 ਰੁਪਏ ਦਾ। ਮੈਂ ਕਿਹਾ ਚਾਏ ਕਾ ਕੱਪ ਕਿਤਨੇ ਕਾ ਹੈ? ਮੈਨੂੰ ਕਹਿੰਦਾ 3 ਰੁਪਏ ਦਾ। ਮੈਂ ਆਖਿਆ ਜੇ ਕੌਣ ਸੀ ਕੰਟਰੀ ਹੈ? ਉਹ ਮੈਨੂੰ ਕਹਿੰਦਾ ਅੰਮ੍ਰਿਤਸਰ। ਉਹ ਮੈਂ ਕਿਹਾ ਹਮਾਰੇ ਵੀ ਵਹਾਂ ਅੰਮ੍ਰਿਤਸਰ ਹੈ, ਬਹੁਤ ਅੱਛਾ ਗੁਰਦੁਆਰਾ ਹੈ ਵਹਾਂ ਪੇ। ਉਹ ਮੈਨੂੰ ਕਹਿੰਦਾ ਆਤੀ ਗੁਰਦੁਆਰਾ, ਇੱਥੋਂ 5 ਰੁਪਏ ਲੈਂਦਾ ਆਟੋ ਵਾਲਾ। ਉਹ ਮੈਂ ਆਖਿਆ ਜੀਤ ਝੋਰਾ ਤੂੰ ਤਾਂ ਪੱਟਿਆ ਗਿਆ। ਉਹ ਮੈਂ ਤਾਂ 6 ਮਹੀਨੇ ਬਸ਼ਰਮੀ ਦਾ ਮਾਰਾ ਗੁਰਦੁਆਰੀ ਬੈਠਾ ਰਿਹਾ, ਜੇ ਕਿਤੇ ਮੈਨੂੰ ਜੰਟ ਮਿਲ ਜੇ ਨਾ, ਪਹਿਲਾਂ ਤਾਂ ਮੈਂ ਲਵਾਂ ਉਹਨੂੰ ਗੁਰਦਿਆਂ ਹੇਠਾਂ, ਫਿਰ ਲੈ ਲਾ ਜੀ ਭਾਈ ਨਾਲ ਫੇਰੇ। ਮੈਂ ਮੱਛੀਆਂ, ਤੇਰਾ ਤਾਂ ਖਾਸਾ ਪੈਸਾ ਖਰਾਬ ਹੋ ਗਿਆ ਹੋਊਗਾ ਜੀਤ। ਹੋਰ ਮੇਰੀ ਤਾਂ ਪੈਂਚਰ ਵਾਲੀ ਦੁਕਾਨ ਸੀ ਜਿਹੜੀ, ਉਹ ਵੀ ਵਿਕ ਗਈ। ਉਹ ਮੇਰਾ ਸਾਰਾ ਜੰਟ ਮੇਰੇ ਨਾਲ ਠੱਗੀ ਮਾਰ ਗਿਆ ਜੀ, ਨਿਕਲ ਜੇ ਕੁੜੀ ਇਹਦੀ। ਬੇ ਜੀਤ, ਐਵੇਂ ਲੋਕ ਬਾਹਰ ਨੂੰ ਪੂੰਛ ਚੱਕੀ ਫਿਰਦੇ ਨੇ, ਇੱਥੇ ਵਰਗੀ ਮੌਜ ਆ ਭਲਾ ਕਿਤੇ? ਆ ਸੁਖਦੇਵ ਫੌਜੀ ਨੇ ਬਾਹਰ ਦੇ ਚੱਕਰ 'ਚ ਸਾਰਾ ਡੰਗਰ ਬੱਚਾ ਵੇਚਤਾ ਸੀ, ਹੁਣ ਆ ਫਿਰਦਾ ਇੱਥੇ ਧੱਕੇ ਖਾਂਦਾ। ਮੈਂ ਮੱਚ ਗਿਆ, ਮੈਂ ਤਾਂ ਕੱਲੇ ਬੁੜੇਰੇ ਮੁੰਡੇ ਦੇ ਭੋਗ 'ਤੇ ਜਾਣਾ ਸੀ, ਇੱਥੇ ਫਿਰਦੀਆਂ ਧੱਕੇ ਖਾਂਦਾ। ਗਲੀਆਂ ਸੁਣੀਆਂ ਕਰ ਗਿਆ ਮੇਰਿਆ ਸਗਿਆ ਬਣੋਈਆ, ਉਹ ਚੰਗਾ ਹੋ ਗਿਆ ਜਾਂਦਾ ਸਾਡੇ ਦੇ ਪੈਸੇ ਖਰਚ ਕਰ ਗਿਆ, ਨਹੀਂ ਤਾਂ ਉਹ ਵੀ ਨਾਲ ਲੈ ਜਾਂਦਾ ਹੈ। ਲੱਕ ਤੋੜ ਗਿਆ ਵੇ ਲੱਡੂ ਪਰਾਉਣਿਆ, ਪੁੱਤਰਾ ਦੁੱਧ ਚ ਪੱਤੀ ਪਾ ਕੇ ਲਿਆ ਦੇ, ਮੈਥੋਂ ਤਾਂ ਰੋਇਆ ਵੀ ਨੀ ਜਾਂਦਾ ਭੈਣੇ। ਤੂੰ ਮੈਨੂੰ ਦੱਸ ਕੇ ਤਾਂ ਜਾਂਦਾ ਭਾਬੀ, ਹੌਸਲਾ ਰੱਖ ਭਾਬੀ, ਮੈਂ ਕਿਹਦੇ ਆਸਰੇ ਦੇ ਨੀ ਸੁੱਟੂ ਬਾਪੂ, ਤੁਮੀ ਦਿਮਾਗ ਤੇ ਵਜੇ ਨਾ ਪਾਈ ਬਾਪੂ, ਪਰਵਾਹ ਨਾ ਮੰਨੀ, ਮੈਂ ਹੈਗਾ ਤੇਰਾ ਸ਼ੇਰ ਪੁੱਤ ਬਾਪੂ, ਤੂੰ ਹੌਸਲਾ ਰੱਖ ਬਾਪੂ, ਤੂੰ ਬਾਪੂ ਤੂੰ ਬਾਪੂ ਤੈਨੂੰ ਕੀ ਹੋਈ ਜਾਂਦਾ ਤੂੰ ਬਾਪੂ, ਤੂੰ ਹੌਸਲਾ ਰੱਖ ਬਾਪੂ, ਤੂੰ ਕੁਛ ਨਹੀਂ ਹੋਇਆ ਮੈਨੂੰ, ਇਹੋ ਜਿਹੇ 2900 ਮਰਦੇ ਆ, ਸੋਲਾ ਕਲੇਸ਼ ਮੂਹਰੇ ਆ ਗਿਆ। ਦੇਖ ਕਿਵੇਂ ਫੱਫੇ ਕੁੜਤੀ ਆ ਮੇਰੇ।
ਰਾਣੀ ਤੇਰੇ ਪੈਸੇ ਖਾਈ ਕੀ ਕਰਾ ਪੁੱਤ ਕਿੱਧਰ ਨੂੰ ਜਾਵਾ ਵੇ ਕੋਈ ਪਾਕਾ ਜਿੱਥੇ ਮਰਜ਼ੀ ਲਾਈਏ ਡਾਕਾ ਨਾ ਕੋਈ ਫਿਕਰ ਨਾ ਕੋਈ ਫਾਕਾ ਜਿੱਥੇ ਮਰਜ਼ੀ ਲਾਈਏ ਡਾਕਾ ਮਾਲ ਪਰਾਇਆ ਖਾ ਕੇ ਹੋ ਗਏ ਵਾਰੇ ਨਿਆਰੇ ਨੇ ਪੂਤਾਂ ਬਣ ਕੇ ਵੇਖੋ ਪੂਤਾਂ ਨੂੰ ਬੜੇ ਨਜ਼ਾਰੇ ਨੇ ਪੂਤਾਂ ਬਣ ਕੇ ਵੇਖੋ ਪੂਤਾਂ ਨੂੰ ਬੜੇ ਨਜ਼ਾਰੇ ਨੇ ਹਵਾ ਚ ਮਾਰ ਉਡਾਰੀ ਜਿੱਥੇ ਜੀ ਚਾਹੇ ਜਾ ਬਹਿਣਾ ਖਾਣਾ ਪੀਣਾ ਮਨ ਪਾਉਂਦਾ ਨਾਲ ਮਸਤੀ ਦੇ ਵਿੱਚ ਰਹਿਣਾ ਹਵਾ ਚ ਮਾਰ ਉਡਾਰੀ ਜਿੱਥੇ ਜੀ ਚਾਹੇ ਜਾ ਬਹਿਣਾ ਜੋ ਜੀ ਚਾਹੇ ਮੰਗੀਏ ਹੁੰਦੇ ਹਾਏ ਜੋ ਜੀ ਚਾਹੇ ਮੰਗੀਏ ਹੁੰਦੇ ਵਾਰੇ ਨਿਆਰੇ ਨੇ ਬਣ ਕੇ ਵੇਖੋ ਪੂਤਾਂ ਨੂੰ ਬੜੇ ਨਜ਼ਾਰੇ ਨੇ ਪੂਤਾਂ ਬਣ ਕੇ ਵੇਖੋ ਪੂਤਾਂ ਨੂੰ ਬੜੇ ਨਜ਼ਾਰੇ ਨੇ ਵੇਖੋ ਪੂਤਾਂ ਨੂੰ ਬੜੇ ਨਜ਼ਾਰੇ ਨੇ ਪੂਤਾਂ ਬਣ ਕੇ ਵੇਖੋ ਪੂਤਾਂ ਨੂੰ ਬੜੇ ਨਜ਼ਾਰੇ ਨੇ ਬਣ ਕੇ ਵੇਖੋ ਪੂਤਾਂ ਨੂੰ ਬੜੇ ਨਜ਼ਾਰੇ ਨੇ ਪੂਤਾਂ ਬਣ ਕੇ ਵੇਖੋ ਪੂਤਾਂ ਨੂੰ ਬੜੇ ਨਜ਼ਾਰੇ ਨੇ
ਤੁਸੀਂ ਈਲਵਾਲ ਜ਼ਿਲ੍ਹਾ ਸੰਗਰੂਰ ਹਾਜ਼ਰ ਹੋ। ਹਾਜ਼ਰਾਂ ਜੀ ਹਾਜ਼ਰਾਂ। ਉਹ ਮਹਾਰਾਜ ਜਿਹੜੇ ਮੈਨੂੰ ਲਿਆਉਣ ਵਾਸਤੇ ਜਮਦੂਤ ਭੇਜੇ ਸੀ, ਜਮਾ ਨਹੀਂ ਸੀ ਬੋਲਦੇ ਦੋਨੋਂ ਬੱਟੇ ਜੇ। ਕੋਈ ਬੰਦੇ ਚੰਗੇ ਭੇਜਿਆ ਕਰੋ, ਐਡਾ ਲੰਬਾ ਸਫ਼ਰ ਹੈ, ਦੁਰਦਸ਼ਾ ਕਰਕੇ ਲੈ ਨੇ ਮੇਰੀ ਚਿਤ੍ਰਗੁਪਤ। ਇਹਦੀ ਕੁੰਡਲੀ ਵੇਖੋ, ਇਹਨੇ ਕੋਈ ਚੰਗਾ ਕੰਮ ਕੀਤਾ ਕਿ ਨਹੀਂ। ਬੜੇ ਚੰਗੇ ਕੰਮ ਕੀਤੇ ਨੇ ਮਹਾਰਾਜ। ਜਨਾਨੀਆਂ ਘਰੇ ਪੱਠੇ ਸੁੱਟ ਕੇ ਭੁੱਖੇ ਜਾਨਵਰਾਂ ਦਾ ਢਿੱਡ ਭਰਿਆ, ਗਰੀਬਾਂ ਦੇ ਘਰੇ ਆਟਾ ਪਿਹਾ ਕੇ ਸੁੱਟਿਆ। ਜਿਹੜੀ ਜਨਾਨੀ ਨੂੰ ਅੱਜ ਤਾਈਂ ਕਿਸੇ ਨੇ ਛੇੜਿਆ ਨਹੀਂ, ਉਹ ਛਿੜਨ ਨੂੰ ਤਰਸਦੀ ਰਹੀ, ਉਸ ਨੂੰ ਇਸ ਪੁਰਸ਼ ਨੇ ਛੇੜਿਆ। ਚਮੁੰਡਾ ਸੋਰੀ ਮਹਾਰਾਜ, ਇਸ ਨੇ ਕਿਸੇ ਦਾ ਹੋਰ ਵੀ ਭਲਾ ਕੀਤਾ? ਹਾਂ ਮਹਾਰਾਜ, ਇਹ ਸਿੱਧਾ ਸਾਦਾ ਬੰਦਾ ਹੈ, ਦਿਲ ਦਾ ਸਾਫ ਹੈ, ਘੁੱਟ ਖਾਣਾ ਇਹਦਾ ਜਮਾਂਦਰੂ ਪੈਸਾ। ਇਸ ਨੇ ਕਦੇ ਨਿਹੱਤੇ ਤੇ ਵਾਰ ਨਹੀਂ ਕੀਤਾ, ਸਗੋਂ ਨਿਹੱਤੇ ਤੋਂ ਆਪ ਛਿੱਤਰ ਖਾਦੇ ਨੇ। ਠੀਕ, ਇਹਨੇ ਆਮ ਜ਼ਿੰਦਗੀ ਨਾਲੋਂ ਸੁਪਨੇ 'ਚ ਵਾਧੂ ਗੰਦ ਪਾਇਆ, ਤੇ ਇਸਨੇ ਆਪਣੇ ਪਿਤਾ ਸ਼੍ਰੀ ਪਹਿਲੇ ਬੁੜੇ ਨੂੰ ਗਾਲਾਂ ਕੱਢੀਆਂ ਤੇ ਉਸ 'ਤੇ ਹੱਥ ਵੀ ਚੁੱਕਿਆ ਮਹਾਰਾਜ। ਇੱਕ ਵਾਰੀ ਇਸਨੇ ਆਪਣੇ ਪਿਤਾ ਸ਼੍ਰੀ ਨੂੰ ਮਹਾਰਾਜ ਮਾਰਨ ਦੀ ਨਾਕਾਮ ਕੋਸ਼ਿਸ਼ ਕੀਤੀ, ਉਸ ਨੂੰ ਨਹਿਰ ਵਿੱਚ ਸੁੱਟਿਆ, ਪਰ ਉਹ ਨਹਿਰ ਸੁੱਕੀ ਸੀ ਮਹਾਰਾਜ। ਇਸ ਦਾ ਲੇਖਾ ਜੋਖਾ ਕੀਤਾ ਜਾਏ ਤੇ ਇਹਨੂੰ ਸਜ਼ਾ ਦਿੱਤੀ ਜਾਵੇ। ਜੀ ਮਹਾਰਾਜ। ਮਹਾਰਾਜ, ਇਸ ਨੂੰ 3 ਮਹੀਨੇ ਸਵਰਗ ਤੇ 5 ਦਿਨਾਂ ਲਈ ਨਰਕ ਵਿੱਚ ਭੇਜ ਦਿੱਤਾ ਜਾਵੇ। ਆਪਣੇ ਅਸੂਲਾਂ ਦੇ ਮੁਤਾਬਕ ਇਹਨੂੰ ਪਹਿਲਾਂ ਸਵਰਗਾਂ 'ਚ ਭੇਜਿਆ ਜਾਵੇ ਤੇ ਬਾਕੀ ਕਾਰਵਾਈ ਸਜ਼ਾ ਭੁਗਤਣ ਤੋਂ ਬਾਅਦ ਕੀਤੀ ਜਾਏਗੀ। ਚਮੁੰਡਾ! ਓ ਚਮੁੰਡਿਆ! ਓ ਮਹਾਰਾਜਾ, ਜਿੱਥੇ ਨਜ਼ਾਰੇ ਹੋਣ ਮੈਨੂੰ ਤਾਂ ਉੱਥੇ ਤੋਂ ਹੀ ਸਮਝ ਗਿਆ। ਲੈ ਜਾਓ ਇਹਨੂੰ ਇੱਥੋਂ, ਓ ਨਜ਼ਾਰੇ ਚਮੁੰਡਾ। ਜੀ ਮਹਾਰਾਜ। ਅਗਲਾ ਸੱਜਣ ਫੌਜੀ ਪੁੱਤਰ ਗੁਰਦਿਆਲ ਸਿੰਘ ਵਾਸੀ ਕਕਰਾਲਾ ਹਾਜ਼ਰ ਹੋ। ਪੁੱਛਣਾ ਮਾਈ ਦੀ ਜੇ, ਸਭ ਦੇ ਦਿਲ ਤੇ ਛਾਉਂਦੀ ਮਾਈ, ਘਰ ਚ ਕਲੇਸ਼ ਮਟਾਉਂਦੀ ਮਾਈ, ਘਰ ਚ ਕਲੇਸ਼ ਮਟਾਉਂਦੀ ਮਾਈ, ਘਰ ਚ ਕਲੇਸ਼ ਮਟਾਉਂਦੀ ਮਾਈ, ਵਿਛੜੇ ਯਾਰ ਮਲਾਉਂਦੀ ਮਾਈ, ਘਰ ਚੋਂ ਭੂਤ ਭਜਾਉਂਦੀ ਮਾਈ, ਘਰ ਚੋਂ ਭੂਤ ਭਜਾਉਂਦੀ ਮਾਈ, ਘਰ ਚੋਂ ਭੂਤ ਭਜਾਉਂਦੀ ਮਾਈ। ਜੈ ਬੋਲੋ ਜੈ ਬੋਲੋ ਪੁੱਤਰ ਦੀ ਜੈ ਬੋਲੋ, 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 ਜੈ ਬੋਲੋ ਜੈ ਬੋਲੋ ਪੁੱਤਰ ਦੀ ਜੈ ਬੋਲੋ। ਜੇ ਮਾਈ ਕਲਕੱਤੇ ਵਾਲੀ ਤੇਰਾ ਵਾਰ ਨਾ ਜਾਏ ਖਾਲੀ, ਜੈ ਸ਼ੰਭੂ ਢਾ ਦੇ ਕੋਠੇ ਲਾ ਦੇ ਤੰਬੂ। ਹਾਂ ਬਾਈ, ਮਰਨ ਵਾਲੇ ਦੀ ਕਿੰਨੀ ਉਮਰ ਸੀ ਬੱਚਾ? ਉਮਰ ਤਾਂ ਮੇਰੇ ਯਾਦ ਨਹੀਂ ਜੀ, ਮੂੰਹ ਜੰਮੇ ਨੂੰ 30 ਸਾਲ ਹੋ ਗਏ ਸੀ। ਮਾਤਾ ਜੀ, ਰਾਤ ਮੇਰਾ ਮੰਜਾ ਮੂੰਹ ਤਾਂ ਮਾਰਤਾ, ਉਹ ਤਾਂ ਮੇਰਾ ਕਾਲ ਹੈ ਕਾਲ, ਮੈਨੂੰ ਕੋਈ ਤਵੀਤ ਤਬੂਤ ਪਾ ਦਿਓ ਜੀ, ਮੈਨੂੰ ਨਹੀਂ ਛੱਡਦਾ ਉਹ। ਆ ਕੱਲ ਨਾਈਆਂ ਦੀ ਬਹੂ ਗੁਸਲਖਾਨੇ 'ਚ ਲਾਉਂਦੀ ਸੀ, ਸਾਲਾ ਉਹਨੂੰ ਦੇਖਦਾ ਫਿਰਦਾ ਸੀ। ਅੱਛਾ, ਤਾਂ ਮਰਨ ਵਾਲਾ ਠਰਕੀ ਵੇਲੜ ਨਿਕੰਮਾ ਤੇ ਢੀਠ ਕਿਸਮ ਦਾ ਸੀ। ਹਾਂ ਮਾਈ, ਹਰੇਕ ਤੀਵੀਂ ਤੋਂ ਛਿੱਤਰ ਖਾਂਦਾ ਸੀ, ਬਾਹਮਣਾਂ ਦੀ ਬਹੂ ਨੇ ਤਾਂ ਥਾਈ ਕੁੱਟਿਆ ਸੀ। ਮਰਿਆ ਕਿਸ ਤਰ੍ਹਾਂ? ਉਹ ਜੀ, ਘਰ 'ਚ ਚੱਤੋ ਪੈਰ ਕਲੇਸ਼ ਰਹਿੰਦਾ ਸੀ, ਨਹਿਰ 'ਚ ਗਲੀ ਸੜੀ ਲਾਸ਼ ਮਿਲੀ ਹੈ, ਨਿਸ਼ਾਨੀਆਂ ਤੋਂ ਪਤਾ ਚੱਲਿਆ ਕਿ ਇਹ ਮੇਰੀ ਗੰਦੀ ਲਾਦ ਹੈ। ਅਸੀਂ ਕੀ ਕਰੀਏ ਜੀ, ਫੂਕਤਾ ਭੋਗ ਵੀ ਪਾਤਾ, ਸਾਰੇ ਪਿੰਡ 'ਚ ਭੜਥੂ ਪਾ ਰੱਖਿਆ, ਜਿਉਂਦੇ ਨੇ ਵੀ ਬਦਨਾਮੀ ਕਰਵਾਈ ਸੀ ਮੇਰੇ ਸਾਲੇ ਨੇ, ਹੁਣ ਮਰ ਕੇ ਵੀ ਨਹੀਂ ਹਟਦਾ, ਠੁੱਡੇ ਮਾਰਦਾ, ਥੱਪੜ ਮਾਰਦਾ, ਪਰ ਦਿੰਦਾ ਕਿਸੇ ਨੂੰ ਨਹੀਂ। ਸਾਨੂੰ ਤਾਂ ਬੜਾ ਡਰ ਲੱਗਦਾ ਜੀ। ਮੈਂ ਤਾਂ ਜੀ ਇਸੇ ਗੱਲੋਂ ਡਰਦਾ, ਨਹਾਉਂਦਾ ਨਹੀਂ, ਕਿਤੇ ਮੈਨੂੰ ਨਾ ਦੇਖ ਲੈ। ਸਾਡੇ ਪਿੰਡ ਤਾਂ ਕੋਈ ਡਰਦੀ ਨਹਾਉਂਦੀ ਨਹੀਂ ਜੀ। ਫੇਰ ਤਾਂ ਕੋਈ ਚੀਲ ਮਾਰਿਆ, ਹਕੀਮ ਕਰੀਮ ਚਮੁੰਡਾ ਹੈ ਨਵਾਂ। ਪ੍ਰੇਤ ਬਣ ਗਿਆ, ਡਰੋ ਨਾ, ਤੁਹਾਡਾ ਵਾਲ ਨਹੀਂ ਬਾਕਾ ਹੋਵੇਗਾ। ਇੱਕ ਸ਼ਰਾਬ ਦੀ ਬੋਤਲ ਮੰਗਦਾ, ਕਾਲਾ ਕੁੱਕੜ ਮੰਗਦਾ, ਤੇ 1.25 ਗਜ਼ ਖੱਦੜ, 5100 ਰੁਪਇਆ। ਮੈਂ ਨੀ ਜਾਂਦੀ ਘਰੇ, ਉਹ ਤਾਂ ਘਰੇ ਬੈਠਾ ਹੋਊਗਾ। ਉਹ ਡਰ ਨਾ ਬਾਬੀ, ਹੁਣ ਤਾਂ ਇਹ ਕਰਕੇ ਸਾਰੀਆਂ ਪੁੱਠੀਆਂ ਸਿੱਧੀਆਂ ਪਾ ਦੂਗੀ। ਹੈਲੋ ਮਹਾਰਾਜ, ਅਸੀਂ ਤੁਹਾਨੂੰ 10,000 ਰੁਪਏ ਲਿਆ ਦਿੰਦੇ, ਰੈਡੀਮੇਡ ਕੱਪੜੇ ਵੀ ਲਿਆ ਦਾਂਗੇ ਖਰੀਦ ਕੇ ਬਾਜ਼ਾਰੋਂ, ਪਰ ਸਾਨੂੰ ਉਹ ਤਪਾਉਂਦਾ ਬਹੁਤ ਹੈ, ਸਾਲਾ ਹੁਣ ਮਰ ਕੇ ਵੀ ਖੜਾ ਨਹੀਂ ਛੱਡਦਾ, ਪਿਛਲੇ ਜਨਮ ਦਾ ਬੈਰੀ ਬਣ ਗਿਆ ਮੇਰਾ ਤਾਂ।
टीवी देखदा सी लौंदिया तेनू नंगा करके अग ला दो पालके नू खा जो हाथ जोड़ दे बोलिया यार अपन तो दींदा नहीं हैगा अग ला दो अग एदा मुश्क ना निकले इन्हे सानू बहुत पा रखा किन्ने चिर दा जय माई कलकत्ते वाली तेरा वार ना जाए खाली बहुत थोड़ा बहुत बहुत धन्यवाद जी साडे सारे पिंड वल्लों बहुत वधिया तुसीं इह तां करता साडा साडा छुटकारा हो गया आ बोलो सारे कलकत्ते वाली देवी दी जय पुत्रो माता दी जय पुत्रो माता दी जय पुत्रो माता दी जय महाराज महाराज अनर्थ हो गया एक पापी पुरुष स्वर्गां दी कंध टप के नरक विच चला गया चमुंडा सॉरी महाराज उसने सदियां पुराने असूलां दी उलंघना कीती है उस मूर्ख नूं इत्थे पेश कीता जाए मुजरम रूप पुत्र कैला बड़ा वासी ईलवाल जिला संगरूर हाजर हो हाँ भाई महापापी पुरुष असी तैनू स्वर्गां च भेजा सी ते तू उत्थे नरकां च की डोके लैन गया सी महाराज मैं दो दिन स्वर्गां दे विच नरक भुगिया उत्थे मेरा सां घुटदा सी महाराज तूफाने मेरियां नासां कालियां करतियां नासां पंडतां ने मार मार के टलियां बजा बजा टलियां मेरे कन्न बोले करते कोई राम राम कोई अल्लाह अल्लाह कोई वाहेगुरु वाहेगुरु उच्ची उच्ची बोल रहे थी जी महाराज जिद जिद के पाठ करते ने जी उत्थे कोई मनोरंजन दा साधन नहीं जी मैं तां नरकी वधिया ने ए जमला जट तिन खारे लाउंदा है भाई गोपाल सिंह रागी कीर्तन करदा है ते होर बड़े जथे बुलाउने असी आहो मस्कीन सिंह बाबा जी सारी दाड़ी कथई करी जांदे ने जी लै उधर नरक च जाके देखो जी चमकीला आए हाय 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 टै 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 इन्ने नजारे दिंदा जी बैठन नूं थौं नहीं मिलदी इन्ना कट हुंदा होर होर जी पंजाबी कलाकार हिंदी कलाकार बल्ले 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 इन्नियां रौनकां डीजे लग्या होया इन्नियां घैंट डांसरां ने महाराज हाय 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 जदों करदियां ने कांटा लगा मार को भुल जाईदा सारा कुछ नरकां च तां जी बहुत लगदा महाराज पर महाराज इस मूर्ख प्राणी नूं इह नहीं पता के नरकां विच कोरड़े भी पैंदे ने ते तेल दे उबल दे कढ़ाइयां विच उबालिया जांदा लै चमकीला सुन के सब कुछ भुल जाने जी तुसी महाराज नाम बदल के नरकां दा नाम रखो स्वर्गपुरी ते स्वर्गां दा नाम रखो नरकपुरी चित्रगुप्त इस पापी पुरश नूं सख्त तो सख्त सजा दित्ती जावे इसने करोड़ां सालां तो चले आ रहे निजमां नूं तोड़िया है महाराज ख्याल रहे जे मैनूं सजा देनी है ता नरकां च देवियो मैनूं नहीं लोड़ हैगी सुरगां सरगां दी महाराज बड़ा ही ढीठ किस्म दा बंदा है जेड़ा काम करदा वो करदा गंदा ओ दुनिया चन्न ते पहुंच गई देखता सही तुसी नहीं जानदे अंग्रेजां दे दिमाग नूं ओ इत्थे भी पहुंचण वाले ने सिद्धे महाराज लोग चंद्रमा देवता ते पहुंच गए ने पर जिथे तुसी अजे तक नहीं पहुंचे चमुंडा यस महाराज आहो ओ साडे बड़ी तरक्की कर ली है ते तुसी की करया ओ लखां साल हो गए महाराज थोड़े कोल ओही झुट है साडे माड़े तो माड़ा बंदा स्कूटर नहीं फिरदा है जेड़े तेरा नाम वरतदे ने तेरे नाम ते लोकां नूं डराउंदे है धर्मराज ऐ कर दू उत्थे थोनू लिखा देना पऊ धर्मराज इन्ना खतरनाक बंदा है चमुंडा कौन है ओ हरामखोर लोक पखंडी बाबे जेड़े लोकां नूं लुटदे है
ਉਡਾ ਨੋ ਵੇਚ ਕੇ ਮਹਾਰਾਜ ਏਸੀ ਕਾਰਾਂ ਚ ਘੁੰਮਦੇ ਆ, ਏਸੀ ਕਾਰਾਂ ਚ। ਪਰ ਮਹਾਰਾਜ ਸਾਧੂ ਸੰਤ ਤਾਂ ਕੁਟੀਆ ਵਿਚ ਰਹਿੰਦੇ ਨੇ। ਲੈ ਕਿਹੜੀ ਕੁਟੀਆ, ਓਏ ਹੁਣ ਸਤਯੁਗ ਨੀ ਕਲਯੁਗ ਹੈ, ਸ਼ੀਸ਼ ਮਹਿਲਾਂ ਵਰਗੇ ਡੇਰੇ ਨੇ ਮਹਾਰਾਜ, ਭੋਰਿਆਂ ਚ ਗੰਦ ਪਾਉਂਦੇ ਨੇ ਗੰਦ। ਮਹਾਰਾਜ ਕੁੜੀਆਂ ਕੱਤਰੀਆਂ ਦਾ ਚੱਕਰ ਵੀ ਭੋਰਿਆਂ ਚ ਹੀ ਚੱਲਦਾ। ਲੋਕ ਉਹਨਾਂ ਨੂੰ ਕੁਛ ਨੀ ਕਹਿੰਦੇ। ਲੈ ਨਾ ਮਹਾਰਾਜ, ਲੋਕਾਂ ਨੇ ਮਰਨਾ ਉਹ ਤਾਂ ਉਹਦੀ ਮਰਵਾ ਦਿੰਦੇ ਆ, ਵੱਡੇ ਵੱਡੇ ਮੰਤਰੀਆਂ ਨਾਲ ਜਰਾਨੇ ਨੇ ਏਸੀ ਕਵਰਾਂ ਚ ਬਹਿ ਕੇ ਰੱਬ ਦਾ ਨਾਂ ਤੇ ਆਉਂਦੇ ਨੇ ਰੱਬ ਦਾ ਨਾਂ। ਉਹਨਾਂ ਨੂੰ ਪੈੜੀ ਤੋਂ ਪੈੜੀ ਸਜ਼ਾ ਦਿਆਂਗੇ ਅਗਲੇ ਜਨਮ ਚ। ਨਜ਼ਾਰੇ ਤਾਂ ਹੁਣ ਲੈਂਦੇ ਨੇ, ਅਗਲਾ ਜਨਮ ਕਿਹੜੇ ਕੰਜਰ ਨੇ ਦੇਖਿਆ। ਮਹਾਰਾਜ ਇਹ ਮਾਮੂਲੀ ਜੇ ਪਖੰਡੀ ਲੋਕ ਏਸੀ ਕਾਰਾਂ ਚ ਘੁੰਮਦੇ ਨੇ ਤੇ ਤੁਸੀਂ ਏਡੇ ਵੱਡੇ ਪਰਲੋਕ ਦੇ ਮਾਲਕ ਹੋ ਕੇ ਇੱਕ ਝੋਟੇ ਤੇ। ਇੱਥੇ ਆ ਕੇ ਪਤਾ ਚੱਲਿਆ ਇੱਥੇ ਨਾ ਕੋਈ ਛੁੱਟੀ ਆ ਮਹਾਰਾਜ, ਸਾਡੇ ਦੀਵਾਲੀ ਦੀ ਛੁੱਟੀ, ਦੁਸਹਿਰੇ ਦੀ ਛੁੱਟੀ, ਈਦ ਦੀ ਛੁੱਟੀ, 26 ਜਨਵਰੀ ਦੀ ਛੁੱਟੀ, 15 ਅਗਸਤ ਦੀ ਛੁੱਟੀ, ਨਵੇਂ ਸਾਲ ਦੀ, ਲੋਹੜੀ ਦੀ। 365 ਦਿਨਾਂ ਚ 200 ਛੁੱਟੀਆਂ ਹੁੰਦੀਆਂ ਨੇ ਜੀ, 200 ਛੁੱਟੀਆਂ। ਅਸੀਂ ਤਾਂ ਛੁੱਟੀਆਂ ਬਾਰੇ ਕਦੇ ਨੀ ਸੋਚਿਆ। ਤੁਸੀਂ ਕੀ ਸੋਚਣਾ, ਤੁਹਾਡੇ ਦਿਮਾਗ ਹੀ ਨਹੀਂ। ਸਾਡੇ ਲੋਕ ਛੁੱਟੀਆਂ ਮਨਾਉਣ ਵਾਸਤੇ ਸ਼ਿਮਲੇ ਜਾਂਦੇ ਨੇ, ਮਨਸੂਰੀ ਜਾਂਦੇ ਨੇ, ਮਨਾਲੀ ਜਾਂਦੇ ਨੇ, ਤੇ ਤੁਸੀਂ ਤੇ ਤੁਸੀਂ ਮਹਾਰਾਜ ਪਰ ਲੋਕ ਤਾਂ ਸਿਵਾ ਕਿਤੇ ਗਏ ਹੀ ਨਹੀਂ। ਓਏ ਸਾਡੇ ਬੜੀ ਤਰੱਕੀ ਕਰ ਲਈ ਹੈ, ਜਣਾ ਖਣਾ ਜਨਾਬ ਮੋਬਾਈਲ ਨਹੀਂ ਫਿਰਦਾ ਜੀ, ਮੋਬਾਈਲ, ਜਹਾਜ਼, ਇੰਨੇ ਪਰਮਾਣੂ ਬੰਬ ਬਣਾ ਲਏ ਜੀ, ਮਰਨ ਵਾਸਤੇ ਬੰਦੇ ਨਹੀਂ ਮਿਲਣੇ, ਇੰਨੇ ਬੰਬ ਬਣ ਗਏ। ਚਤਰਗੁਪਤ ਚੱਲ ਝੋਟਾ ਤਿਆਰ ਕਰ, ਅਸੀਂ ਵੀ ਪ੍ਰਿਥਵੀ ਦੀ ਸੈਰ ਕਰਨ ਲਈ ਜਾਵਾਂਗੇ। ਓ ਮਹਾਰਾਜ ਰਹਿਣ ਦੋ, ਝੋਟੇ ਨੂੰ ਥੱਲੇ ਸੈਂਸਰ ਵਾਲੇ ਤੰਗ ਕਰਨਗੇ, ਤੁਸੀਂ ਇਹੀ ਚੱਲੋ ਜੀ। ਮਹਾਰਾਜ ਜੇ ਇਸ ਮਹਾਂਪੁਰਸ਼ ਨੂੰ ਨਾਲ ਲੈ ਚੱਲੀਏ ਤਾਂ ਕੋਈ ਹਰਜਾ ਤਾਂ ਨਹੀਂ, ਇਹ ਬੰਦਾ ਮੈਨੂੰ ਫਿਰਿਆ ਤੁਰਿਆ ਲੱਗਦਾ। ਹਾਂ ਇਹ ਬੰਦਾ ਸਾਡੇ ਨਾਲ ਹੀ ਚੱਲੇਗਾ ਚਤਰਗੁਪਤ, ਪਰ ਅਸੀਂ ਰਹਾਂਗੇ ਕਿੱਥੇ? ਲੈ ਮੇਰੇ ਘਰੇ ਰਹੋ, ਤੁਹਾਡਾ ਆਪਦਾ ਘਰ ਹੈ ਜਨਾਬ, ਪਰ ਸਾਡਾ ਬੁੜਾ ਥੋੜ੍ਹਾ ਜਿਹਾ ਲੰਡੂ ਹੈ ਜੀ, ਉਹਦਾ ਗੁੱਸਾ ਨਾ ਕਰੋ, ਸੁਭਾਅ ਥੋੜ੍ਹਾ ਜਿਹਾ ਗਰਮ ਹੈ ਜੀ ਉਹਦਾ, ਉਹ ਅਸੀਂ ਆਪ ਠੰਡਾ ਕਰ ਲਵਾਂਗੇ। ਠੀਕ ਹੈ ਜੀ, ਚਲੋ ਚਮੁੰਡਾ ਜੀ। ਮਹਾਰਾਜ ਪਰ ਮਹਾਰਾਜ ਇੱਥੇ ਦਾ ਕੀ ਹੋਵੇਗਾ? ਇੱਥੇ ਇੱਕ ਹਫ਼ਤੇ ਲਈ ਦਫ਼ਤਰ ਬੰਦ ਕਰ ਦਿਓ। ਚਮੁੰਡਾ ਬੋਲ ਧਰਮਰਾਜ ਮਹਾਰਾਜ ਦੀ। ਕਿਆ ਬਾਤ ਹੈ, ਉਹ ਥੱਲੇ ਤਾਂ ਕੁਛ ਨਜ਼ਰ ਹੀ ਨਹੀਂ ਆਉਂਦਾ। ਓਏ ਹੋਏ 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 ਹੋ, ਬੱਲੇ 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 ਬੱਲੇ, ਬੱਦਲੀ ਬੱਦਲ, ਆਏ ਹਾਏ 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 ਹਾਏ, ਕਿੰਨੇ ਨਜ਼ਾਰੇ ਨੇ, ਨਜ਼ਾਰਾ ਆਈ ਜਾਂਦਾ ਜਾਈ ਜਾਂਦਾ। ਪਰ ਮਹਾਰਾਜ ਮੈਨੂੰ ਤੇ ਕੁਝ ਵੀ ਨਜ਼ਰ ਨਹੀਂ ਆਉਂਦਾ। ਓਏ ਨਜ਼ਾਰਾ ਨਜ਼ਰ ਨਹੀਂ ਆਉਂਦਾ ਹੁੰਦਾ, ਨਹੀਂ ਆਉਂਦਾ ਹੁੰਦਾ। ਓਏ ਪੁਰਾਣੀ ਐਡਾ ਵੱਡਾ ਕੀ ਹੈ ਇਹ ਜੀ? ਜਹਾਜ਼ ਹੈ ਬਹੁਤ ਵੱਡਾ, 1600-1700 ਸਵਾਰੀਆਂ ਨੂੰ ਲੈ ਕੇ ਉੜਦਾ ਪੂਰਾ। ਰਹੋ ਮਹਾਰਾਜ, ਉਹ ਕਿਤੇ ਜਹਾਜ਼ ਚ ਨਾ ਵੱਜੋ, ਹੋਰ ਐਕਸੀਡੈਂਟ ਕਰਾ ਦੇ। ਮਹਾਰਾਜ ਕੀੜੀਆਂ ਵਾਂਗੂ ਕਿਵੇਂ ਫਿਰਦੇ ਨੇ, ਕਿਤੇ ਉੱਚੇ ਉੱਚੇ ਘਰ ਨੇ। ਉਹ ਤੁਸੀਂ ਤਾਂ ਸ਼ਹਿਰ ਵੱਲ ਜਾਈ ਜਾ ਰਹੇ ਹੋ ਜਨਾਬ, ਥੋੜਾ ਜਿਹਾ ਗੇਰੇ ਦਾ ਪਿੰਡ ਵੱਲ ਨੂੰ ਮੋੜੋ, ਸੰਗਰੂਰ ਤੋਂ 7 ਕਿਲੋਮੀਟਰ ਹੈ ਇਦਵਾਲ। ਬੱਲੇ ਬੱਲੇ, ਓਏ ਭਾਈ ਇਹ ਕੀ ਨੇ? ਇਹ ਕਾਰਾਂ ਟਰੱਕ ਨੇ ਜੀ, ਮੋਟਰਾਂ ਨੇ ਜੀ, ਮੋਟਰ ਗੱਡੀਆਂ। ਉਹ ਦੇਖੋ ਸਾਹਮਣੇ ਟੋਪਾ ਦਿੰਦਾ ਹੈ। ਭਾਈ ਸ਼ੱਕ ਤੇ ਤੇਲ ਵਾਲੀ ਫੈਕਟਰੀ ਕਿੱਡੀ ਤੇ ਦਿੰਦੀ ਹੈ। ਓਏ ਹੋਏ ਹੋਏ, ਕਿੰਨਾ ਘੈਂਟ ਨਜ਼ਾਰਾ, ਪਹਿਲੀ ਵਾਰੀ ਦੇਖਿਆ। ਤੇਰੀ ਆਤਮਾ ਪਹਿਲਾਂ ਤੇਰੇ ਸਰੀਰ ਚ ਹੋਣੀ ਪਊ, ਨਹੀਂ ਤਾਂ ਤੂੰ ਕਿਸੇ ਨੂੰ ਨਜ਼ਰ ਨਹੀਂ ਆਏਗਾ। ਚਿੱਤਰਗੁਪਤ ਪਹਿਲਾਂ ਇਹਦੀ ਲਾਸ਼ ਵੱਲ ਮੂੜਾ ਪਾਓ। ਲੈ ਵੇ ਪ੍ਰਾਣੀ, ਹੁਣ ਤੇਰੀ ਆਤਮਾ ਤੇਰੇ ਸਰੀਰ ਚ ਪ੍ਰਵੇਸ਼ ਕਰਨ ਜਾ ਰਹੀ ਹੈ। ਸ਼ੱਕ ਚਮੁੰਡਾ ਆ ਗਿਆ ਨਜ਼ਾਰਾ, ਆਹਾ ਬੱਲੇ ਬੱਲੇ ਬੱਲੇ, ਆ ਗਿਆ ਨਜ਼ਾਰਾ। ਪੁਰਾਣੀ ਇਹ ਕੀ ਵਸਤੂ ਹੈ? ਇਹ ਕਣਕ ਹੈ, ਕਣਕ ਪਹਿਲਾਂ ਬੀਜੀ ਜਾਂਦੀ ਹੈ, ਫਿਰ ਇਹਨੂੰ ਕੱਢਦੇ ਆ ਕਪੈਨ ਨਾਲ ਵੱਢ ਕੇ, ਫਿਰ ਖਾਂਦੇ ਆ ਚੱਕੀ ਚ ਪੀ ਕੇ ਖਾਂਦੇ ਆ ਇਹਨੂੰ, ਤੁਹਾਨੂੰ ਬਾਅਦ ਚ ਸਮਝਾਊਂਗਾ। ਆਓ ਮੇਰੇ ਘਰੇ ਚਲੋ, ਮੇਰੀ ਗੱਲ ਸੁਣੋ ਜੀ, ਮੇਰਾ ਬੁੜਾ ਥੋੜਾ ਜਿਹਾ ਅੜਬਾ, ਤੁਹਾਨੂੰ ਗਾਲਾਂ ਵੀ ਕੱਢੂ, ਤੁਹਾਨੂੰ ਧੁੱਫੇ ਵੀ ਮਾਰੂ। ਹੈ ਉਹ ਕਿਉਂ ਬਈ? ਉਹਦਾ ਸੁਭਾਅ ਹੀ ਹੈ ਜੀ, ਪਰ ਤੁਸੀਂ
ਇਧਰ ਦੀ ਪਾ ਕੇ ਇਧਰ ਦੀ ਕੱਢੀ ਜਾਓ। ਆ ਜਾਓ ਜੀ, ਆ ਜਾਓ, ਚਲੋ ਜੀ। ਮੈਨੂੰ ਲੱਗਦਾ ਹੈ ਮਹਾਰਾਜ ਇਹ ਤਾਂ ਮੂਰਖ ਪੁਰਾਣੀ ਹੈ, ਉਹ ਮਹਾਮੂਰਖ ਪੁਰਾਣੀ ਹੁਣ ਐ ਵੀ ਕਰ। ਆ ਜਾਓ, ਜਵਾਕ ਨੇ ਜੀ, ਸਾਰੇ ਪਿੰਡ ਦੇ ਸਾਡੇ ਜਵਾਕ ਨੇ ਇਹ, ਕੁਛ ਨੀ ਕਹਿੰਦੇ ਜੀ, ਬਸ ਨਜ਼ਾਰੇ ਲੈਂਦੇ ਨੇ, ਤੁਹਾਨੂੰ ਦੇਖ ਕੇ ਨਜ਼ਾਰੇ ਲੈਂਦੇ ਨੇ, ਥੋੜਾ ਸਵਾਗਤ ਹੋ ਰਿਹਾ ਜੀ। ਆ ਜਾਓ ਜੀ, ਆ ਜਾਓ। ਪੱਟੀ ਗਈ ਮੇਰਾ ਸੂਰਮਿਆ ਭਾਈਆ, ਖਾਲੀ ਵੇ ਖਾਲੀ। ਕਿੱਥੇ ਭੂਤ? ਮੈਂ ਤਾਂ ਦੇਖਿਆ ਨੀ ਕਦੇ ਭੂਤ। ਭੂਤ ਆਪਣੇ ਘਰ ਚ? ਭੂਤ ਹੋਏ ਇਹਦਾ ਪਾਪੇ ਦਾ ਭੂਤ ਆ। ਪਾਪਾ ਦਾ ਭੂਤ ਬਣ ਕੇ ਵੀ ਜੈਂਕੀ ਲੱਗਦਾ ਭੈਣ ਦੇਣੇ ਦਾ। ਓਏ ਹੋਏ, ਓ ਮੈਂ ਜਿਉਣਾ ਕਮਲਿਆ ਟੱਪਰਾ, ਮੈਂ ਜਿਉਣਾ ਅਜੇ ਜਿਉਣਾ। ਦੇਖਿਆ, ਤੁਹਾਨੂੰ ਕਿਹਾ ਸੀ ਨਾ ਇਹ ਲਾਸ਼ ਕਿਸੇ ਹੋਰ ਦੀ ਲੱਗਦੀ ਹੈ, ਇਹ ਨੀ ਮਰਦਾ, ਇਹ ਤਾਂ ਸਾਰੇ ਟੱਬਰ ਨੂੰ ਮਾਰ ਕੇ ਮਰੂ। ਆ ਕੌਣ ਓਏ ਸੰਗ, ਆ ਕੀ ਸੰਗ ਧਾਰੇ? ਅੱਛਾ, ਰਾਮਲੀਲਾ ਚ ਭਰਤੀ ਹੋ ਗਿਆ। ਓ ਬਾਪੂ, ਮੈਂ ਸੱਚੀ ਮੁੱਚੀ ਮਰ ਕੇ ਪ੍ਰਲੋਕ ਚਲਾ ਗਿਆ ਸੀ, ਇਹ ਧਰਮਰਾਜ ਨੇ ਤੇ ਇਹ ਚਿੱਤਰਗੁਪਤ ਜੀ ਨੇ ਧਰਤੀ ਦੀ ਸੈਰ ਕਰਨ ਵਾਸਤੇ ਆਏ ਨੇ। ਇਹੋ ਜਿਹੇ ਬੰਦੇ ਫਿਲਮਾਂ ਚ ਹੁੰਦੇ ਨੇ। ਸਾਲਾ ਧਰਮਰਾਜ ਦਾ ਡਰਾਮੇਬਾਜ, ਨਾ ਧਰਮਰਾਜ ਤੇਰੇ ਵਰਗੇ ਮਲੰਗ ਨਾਲ ਆਊਗਾ। ਲੈ ਜਾ ਇਹਨਾਂ ਨੂੰ, ਨਹੀਂ ਤਾਂ ਲੱਤਾਂ ਤੋੜ ਦੂੰਗਾ ਤੁਹਾਡੀਆਂ। ਚਮੁੰਡਾ ਚਿੱਤਰਗੁਪਤ, ਇਸ ਪਾਪੀ ਪੁਰਸ਼ ਦੀ ਕੁੰਡਲੀ ਦੇਖ ਸਿਰਾ। ਮਹਾਰਾਜ ਇਹ ਬੰਦਾ ਬੜਾ ਖਤਰਨਾਕ ਹੈ, ਨਰਮੀ ਵਰਤੋ ਮਹਾਰਾਜ, ਨਰਮੀ। ਮਾਰ ਕੇ ਸਬੂਤ ਦੇ ਦੋ ਮਹਾਰਾਜ, ਨਹੀਂ ਬੁੜੇ ਨੇ ਘਰੇ ਨਹੀਂ ਬੰਨ ਦੇਣਾ। ਉਹ ਮੋਟੇ ਦੇ ਮਾਰ ਕੇ ਕੋਈ ਸ਼ਕਤੀ ਮਾਰੋ, ਮਾਰੋ ਸ਼ਕਤੀ। ਜੈ ਚਮੁੰਡਾ, 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 ਹੇ ਚਮੁੰਡਾ, ਹੇ ਚਮੁੰਡਾ। ਮਹਾਰਾਜ ਆ ਕੀ ਕਰਕੇ ਰੱਖਤਾ, ਸਾਰੇ ਪਿੰਡ ਚ ਮੈਨੂੰ ਨੰਗਾ ਕਰਕੇ ਰੱਖਤਾ। ਮਹਾਰਾਜ ਮੈਂ ਤਾਂ ਭੁੱਲ ਹੋ ਗਈ, ਮੈਂ ਤਾਂ ਤੁਹਾਨੂੰ ਰਾਮਲੀਲਾ ਨਹੀਂ ਸਮਝ ਗਿਆ। ਮੈਨੂੰ ਕੀ ਪਤਾ ਸੀ ਤੁਸੀਂ ਇਹ ਮਲੰਗ ਦੇ ਨਾਲ ਸਾਡੇ ਘਰੇ ਆਓਗੇ, ਸਾਡੇ ਪਿੰਡ ਨੂੰ ਪਵਿੱਤਰ ਕਰੋਗੇ, ਸਾਡੇ ਘਰ ਨੂੰ ਪਵਿੱਤਰ ਕਰੋਗੇ। ਅੱਜ ਮਹਾਰਾਜ, ਮਹਾਰਾਜ ਮੈਂ ਤਾਂ ਭੁੱਲ ਹੋ ਗਈ, ਮਹਾਰਾਜ ਮਾਫ ਕਰ ਦਿਓ। ਮੇਰੀ ਮਾਂ ਜਾਇਆ, ਮੇਰਾ ਬ੍ਰਦਰ, ਮੇਰਾ ਭਾਈ, ਮੇਰਾ ਵੀਰ, ਮੇਰੀ ਜਾਨ ਦਾ ਟੁਕੜਾ, ਓਏ ਉਹ ਤੂੰ ਕਿੱਥੇ ਤੁਰ ਗਿਆ ਸੀ ਮੇਰੇ ਸੋਹਣਿਆ ਭਾਈਆ? ਮੇਰੇ ਸਿਰ ਦਿਆ ਸਾਈਆਂ, ਸਵਾਮੀ ਤੇਰੇ ਪੈਰ ਕਿੱਥੇ ਨੇ? ਉਹ ਜਿੱਥੇ ਪਹਿਲਾਂ ਹੁੰਦੇ ਸੀ ਉੱਥੇ ਨੇ। ਮੈਂ ਤੂੰ ਕਿੱਥੇ ਛੱਡ ਕੇ ਤੁਰ ਗਿਆ ਸੀ ਮੈਨੂੰ ਕੱਲੀ ਨੂੰ ਇੱਥੇ? ਓਏ ਚਲੋ, ਓਏ ਸਾਰੇ ਪ੍ਰਣਾਮ ਕਰੋ। ਧੰਨ ਭਾਗ ਮਹਾਰਾਜ, ਤੁਸੀਂ ਸਾਡੇ ਗਰੀਬਾਂ ਦੇ ਘਰੇ ਚਰਨ ਪਾਏ, ਇਸ ਘਰ ਨੂੰ ਪਵਿੱਤਰ ਕਰਤਾ। ਆਏ ਹਾਏ ਮਹਾਰਾਜ, ਤੁਸੀਂ ਇਸ ਦੀ ਜਾਨ ਬਖਸ਼ੀ ਹੈ, ਅਸੀਂ ਤੁਹਾਡਾ ਅਹਿਸਾਨ ਜ਼ਿੰਦਗੀ ਭਰ ਨਹੀਂ ਭੁੱਲਾਂਗੇ ਮਹਾਰਾਜ। ਅਸੀਂ ਇਸ ਦੀ ਕੋਈ ਜਾਨ ਨਹੀਂ ਬਖਸ਼ੀ, ਇਹ ਸਾਨੂੰ ਸੈਰ ਕਰਾਉਣ ਵਾਸਤੇ ਲੈ ਕੇ ਆਇਆ ਤੇ ਸਾਡੇ ਨਾਲ ਹੀ ਜਾਵੇਗਾ, ਸਮਝੇ? ਠੀਕ ਹੈ ਮਹਾਰਾਜ, ਊ ਵੀ ਇਹ ਧਰਤੀ ਦੇ ਉੱਤੇ ਬੋਝ ਹੈ, ਉੱਥੇ ਸਕੂਨ ਨਾਲ ਰਹੂਗਾ ਮਹਾਰਾਜ। ਇਹਨੂੰ ਨਾਲ ਹੀ ਲੈ ਜਾਓ ਮਹਾਰਾਜ, ਧਰਤੀ ਤੇ ਤਾਂ ਗੰਦ ਹੀ ਪਾਊਗਾ ਜੀ। ਚੁੱਪ ਕਰ ਦਿਓ, ਚੁੱਪ ਤੁਸੀਂ, ਚੁੱਪ ਕਰੋ, ਚੱਲ ਰੋਟੀ ਲਾ ਲੈ ਹੁਣ ਤੂੰ। ਮਹਾਰਾਜ ਤੁਸੀਂ ਬੈਠੋ, ਮੈਂ 36 ਪ੍ਰਕਾਰ ਦਾ ਭੋਜਨ ਬਣਾਉਣੀ ਹੈ, ਤੁਸੀਂ ਭੁੱਖੇ ਹੋਵੋਗੇ, ਬੈਠੋ ਤੁਸੀਂ। ਹਾਂ ਮਹਾਰਾਜ, ਤੁਸੀਂ ਐਂ ਕਰੋ, ਹੁਣ ਤੁਸੀਂ ਨਹਾ ਧੋ ਲਓ, ਲੰਬੇ ਸਫ਼ਰ ਤੋਂ ਆਏ ਹੋ, ਥੱਕੇ ਹੋਵੋਗੇ। ਆ ਜਾਓ। ਹੌਸਲਾ ਫੋਟੋ ਸੈੱਟ ਮਹਾਰਾਜ, ਮੇਰੇ ਢਿੱਡ ਵਿੱਚ ਵੀ ਦਰਦ ਹੋ ਜਾਂਦਾ। ਕੀ ਹੋ ਗਿਆ ਭੈਣ ਦੇਣੇ ਦਿਓ, ਮਿਰਚਾਂ ਲੜ ਗਈਆਂ।
ਇਥੋਂ ਗੋਲਾ ਉੱਠਦਾ ਸਾਰੇ ਢਿੱਡ ਚ ਕਸਮਾਰ ਪਾਉਂਦਾ। ਰਾਤ ਤਾਂ ਗੱਟਾ ਆਟੇ ਦਾ ਖਾ ਗਏ, ਬਾਲੇ ਅੰਨ ਦੇ ਪੈਰੀ ਹੋ ਮਾਂ ਦਿਓ ਪੁੱਤੋ। ਘੱਟ ਖਾ ਲੈਂਦੇ, ਜੇ ਘਰ ਬਿਗਾਨਾ ਸੀ ਤਾਂ ਢਿੱਡ ਤਾਬਣਾ ਸੀ। ਓਏ ਅਸੀਂ ਭੋਜਨ ਪਾਣੀ ਨਹੀਂ ਕਰਦੇ ਓਏ, ਦੇਵਤੇ ਤਾਂ ਸਿਰਫ ਖੁਸ਼ਬੂ ਦੇ ਭੁੱਖੇ ਹੁੰਦੇ ਨੇ। ਅਸੀਂ ਪਹਿਲੀ ਵਾਰ ਖਾਧਾ, ਇੰਨਾ ਸਵਾਦ ਲੱਗਿਆ ਕਿ ਪੁੱਛੋ ਕੁਝ ਨਾ। ਅਸੀਂ ਤਾਂ ਸੰਗ ਦੇ ਰਹੇ, ਨਹੀਂ ਤਾਂ ਦੁੱਗਣਾ ਤਿੱਗਣਾ ਚੌਗਣਾ ਚਮੁੰਡਾ ਹੋ ਜਾਂਦਾ। ਮਹਾਰਾਜ, ਮੇਰੇ ਪੇਟ ਵਿੱਚ ਵੀ ਗੁੜਗੁੜ ਹੋਈ ਜਾਂਦੀ ਹੈ, ਜ਼ੋਰ ਥੱਲੇ ਨੂੰ ਪਈ ਜਾਂਦਾ। ਹਾਏ, ਅੱਗੇ ਕਦੇ ਨਹੀਂ ਹੋਇਆ। ਜਦ ਖਾਓਗੇ ਹੀ ਨਹੀਂ ਫਿਰ ਜ਼ੋਰ ਕਿੱਥੇ ਪਊ? ਐ ਕਰੋ, ਜਾਓ ਜੰਗਲ ਪਾਣੀ ਜਾਓ। ਚਮੁੰਡਾ! ਓਏ ਜੰਗਲ ਪਾਣੀ ਕੀ ਹੁੰਦਾ? ਹੁਣ ਤੈਨੂੰ ਮੈਂ ਕਿਵੇਂ ਸਮਝਾਵਾਂ ਮਾਸੜਾ, ਹੁਣ ਮੈਂ ਤੈਨੂੰ ਕਰਕੇ ਦਿਖਾਵਾਂ ਵੀ ਆ ਹੁੰਦਾ। ਡਰੋ ਨਾ, ਇਹ ਕੰਮ ਤਾਂ ਸਾਰੇ ਕਰਦੇ ਨੇ। ਤੁਸੀਂ ਐ ਕਰੋ, ਖੇਤਾਂ ਵੱਲ ਚਲੇ ਜਾਓ। ਠੀਕ ਹੈ। ਓਏ ਗੱਲ ਸੁਣੋ, ਓਏ ਆ ਪਾਣੀ ਤਾਂ ਨਾਲ ਲੈ ਜਾਓ। ਪਾਣੀ ਕਿਉਂ ਬੱਚਾ ਲੋਕ? ਯਾਰ, ਇਹਨਾਂ ਨੂੰ ਤਾਂ ਧੋਣ ਦਾ ਵੀ ਨਹੀਂ ਪਤਾ ਕਿ ਤੁਸੀਂ ਕਿਸੀ ਕਰ ਲਿਓ। ਓਏ, ਕਿਸੀ ਕਰਨ ਨੂੰ ਇਹ ਜਵਾਕ ਨੇ? ਤੁਰੇ ਆ ਓਏ। ਛੇਤੀ ਦਾ ਸੁਣ ਕੀ ਹੈ? ਜਦ ਜੰਗਲ ਪਾਣੀ ਬੈਠੋਗੇ ਫਿਰ ਏਦਾਂ ਧੋਣਾ। ਮਹਾਰਾਜ ਮਰ ਗਿਆ। ਜਾਓ ਛੇਤੀ ਭਗ ਜਾਓ, ਭੈਣ ਦੇਣੇ ਦਿਓ, ਕਿਤੇ ਇੱਥੇ ਨਾ ਥਰਮਲ ਪਲਾਂਟ ਲਾ ਦਿਓ। ਯਾਰ ਇਹ ਬੰਦੇ ਅਜੀਬ ਨੇ, ਇਹਨਾਂ ਨੂੰ ਕੁਝ ਨਹੀਂ ਪਤਾ, ਪੁਰਾਣੇ ਖਿਆਲ ਦੇ ਬੰਦੇ ਨੇ। ਮੇਰੇ ਸਾਲਿਓ, ਕੋਈ ਕੰਮ ਕਰ ਲਓ, ਕਦ ਤੱਕ ਮੈਂ ਤੁਹਾਨੂੰ ਵਿਹਲੇ ਨੂੰ ਬਰਦਾਸ਼ਤ ਕਰਦਾ ਰਹੂੰ? ਉਹ ਬਾਪੂ, ਹੁਣ ਮੈਂ ਦੱਸ ਕੀ ਕਰਾਂ, ਆ ਨੌਕਰੀਆਂ ਕੀ ਦਰਖਤਾਂ ਨੂੰ ਲੱਗਦੀਆਂ ਫਿਰਦੀਆਂ ਨੇ। ਸਾਲਿਆ, ਹੋਮਗਾਰਡ 'ਚ ਭਰਤੀ ਹੋ ਜਾ, ਕਦੇ ਤਾਂ ਨੰਬਰ ਲੱਗੂ। ਤਨਖਾਹ ਤਾਂ ਮਿਲਦੀ ਨਹੀਂ, ਹੋਮਗਾਰਡ 'ਚ ਭਰਤੀ ਹੋ ਜਾ। ਓਏ ਤੈਂ ਕੀ ਮੋਨਧਾਰੀ ਹੈ, 24 ਘੰਟੇ ਤੇਰੀ ਹਵਾਖੋਰੀ ਨਹੀਂ ਮੁੱਕਦੀ। ਬਾਪੂ, ਮੈਨੂੰ ਕੁਝ ਨਾ ਕਹੋ, ਮੈਂ ਤਾਂ ਤੁਹਾਡੇ ਘਰ ਮਹਿਮਾਨ ਆਇਆ ਹੋਇਆ ਬਾਪੂ, ਮੈਂ ਤਾਂ ਮਰਿਆ ਹੋਇਆ, ਮੈਨੂੰ ਐਸ਼ ਕਰ ਲੈਣ ਦਿਓ, ਲੈ ਲੈਣ ਦਿਓ ਨਜ਼ਾਰੇ। ਐਵੇਂ ਕਲੇਸ਼ ਪਾ ਕੇ ਨਾ ਬਹਿ ਜੀ ਕਲੇਸੀ ਬਾਬਲਾ। ਹੁਣ ਤੱਕ ਐਸੇ ਕਰੀ ਹੈ, ਕਦੇ ਭਦਰ ਕਰਿਆ ਕਰਿਆ ਤੈਂ? ਉਦੋਂ ਮੈਂ ਕਿਹਾ ਮੇਰੀ ਜੜ ਕਢਾ ਦਿਓ, ਸਾਲੇ ਨੇ ਬਦਮਾਸ਼ ਬੁਲਾ ਕੇ ਮੇਰੀ ਜੜ ਕਢਾਤੀ। ਸਾਲੇ ਦੀ ਭੈੜੀ ਖੋਪੜੀ ਦੀ ਪੈਕਿੰਗ 'ਚ ਗੰਦਾ ਦਿਮਾਗ। ਉਹ ਚੱਲ ਬਸ ਕਰ ਬਾਪੂ, ਚੁੱਪ ਹੋ ਜਾ ਹੁਣ, ਇਹਦੇ ਤਾਂ ਵਿਚਾਰੇ ਦੇ ਥੋੜ੍ਹੇ ਜਿਹੇ ਦਿਨ ਰਹਿ ਗਏ ਹੁਣ ਉੱਪਰ ਜਾਣ ਦੇ। ਓਏ ਨੇ ਹੁਣ ਤੁਰ ਜਾਣਾ, ਓਏ ਦਿਨ ਰਹਿ ਗਏ ਨੇ ਥੋੜ੍ਹੇ। ਮੇਰਾ ਸਾਲਿਆ, ਮੈਂ ਤੈਨੂੰ ਇਹਦੇ ਨਾਲੇ ਤੋਰ ਦੂੰ, ਅੰਨ ਦੇ ਬੈਰੀ ਨਾ ਹੋਣ। ਜਿਹਦਾ ਗੱਭਰੂ ਨੌਜਵਾਨ ਬਰਛੇ ਵਰਗਾ ਭਾਈ ਮਰ ਗਿਆ ਹੋਵੇ, ਉਹਨੂੰ ਕਿੱਥੇ ਕੰਮ ਚੰਗੇ ਲੱਗਦੇ ਨੇ ਬਾਪੂ। ਐ ਨੀ ਤੁਸੀਂ ਮਰਦੇ, ਮੈਂ ਮਾਰੂ ਤੁਹਾਨੂੰ। ਉਹ ਤੂੰ ਜਾਣਦੇ ਮੇਰੀ ਧਰਮਰਾਜ ਨਾਲ ਸਿੱਧੀ ਗੱਲ ਹੈ, ਸਭ ਤੋਂ ਪਹਿਲਾਂ ਉੱਪਰ ਜਾ ਕੇ ਤੇਰਾ ਲੰਬਰ ਲਵਾਊ। ਉਹ ਬਾਈ ਤੂੰ ਚੁੱਪ ਕਰ ਜਾ, ਤੂੰ ਤਾਂ ਸਿਆਣਾ, ਘਰੇ ਆਪਣੇ ਮਹਿਮਾਨ ਆਏ ਹੋਏ ਨੇ, ਇਹਦਾ ਕੀ ਹੈ, ਇਹ ਤਾਂ ਹੈ ਹੀ ਕਲੇਸ਼ੀ। ਕੋਈ ਨਾ, ਤੁਹਾਡੇ ਮੈਂ ਖੋਲਦਾ ਪੋਲ, ਕੀ ਗੁੜ ਖਿਲਾਉਣਾ ਤੁਸੀਂ ਮੈਂ ਦੱਸਦਾ ਕੰਜਰੋ, ਮੈਂ ਤੁਹਾਡੀਆਂ ਸਾਰੀਆਂ ਕਰਤੂਤਾਂ ਦੱਸੂ ਧਰਮਰਾਜ ਨੂੰ। ਬਾਪੂ ਨਾ, ਬਾਪੂ ਨਾ, ਨਾ ਬਾਪੂ, ਤੈਨੂੰ ਰੱਬ ਦਾ ਵਾਸਤਾ, ਨਾ ਬਾਪੂ ਐ ਨਾ ਕਰੀ, ਮੇਰੇ ਬੜੇ ਲੰਬਰ ਬਣੇ ਹੋਏ ਨੇ, ਭੋਲੇ ਦੇ ਲੰਬਰ ਬਣੇ ਬਣੇ ਹੋਏ ਨੇ, ਤੁਹਾਡੇ ਨੰਬਰ ਬਣੇ ਹੋਏ ਨੇ, ਹੈ ਜਿੰਨੇ ਦਿਨ ਉਹ ਇੱਥੇ ਨੇ ਆਪਾਂ ਲੜਨ ਤੋਂ ਪਰਹੇਜ਼ ਕਰੋ, ਮਾੜਾ ਮੋਟਾ ਸ਼ਾਂਤੀ ਰੱਖੋ। ਓਏ ਹਾਂ ਬਾਪੂ, ਆ ਪੂਰੇ ਲੋਕ ਦਾ ਮਾਲਕ ਆਪਣੇ ਪਾਪੀਆਂ ਦੇ ਘਰੇ ਠਹਿਰਿਆ ਹੋਇਆ, ਕੋਈ ਉਹਦੀ ਸੇਵਾ ਕਰ ਲਓ ਜਿੰਨੀ ਹੁੰਦੀ ਹੈ। ਚੰਗਾ ਚੰਗਾ, ਬਹੁਤੀ ਬਕਵਾਸ ਨਾ ਮਾਰ, ਮੈਨੂੰ ਸਾਰਾ ਪਤਾ, ਤੁਸੀਂ ਦਿਲ ਲਾ ਕੇ ਸੇਵਾ ਕਰੋ, ਉਹਦੀ ਕਿਸੇ ਚੀਜ਼ 'ਚ ਘਾਟਾ ਨਹੀਂ ਰਹਿਣਾ ਚਾਹੀਦਾ। ਬਹੁ ਬਾਪੂ ਜਿਉਂਦਾ ਰਹਿ, ਕਹਿਲਾ ਬਾਪੂ ਜਿੰਦਾਬਾਦ। ਬੇਜੀਤ, ਆ ਨੀਕਰਾਂ ਦਾ ਪਲਾਸਟਿਕ ਹੈਗਾ ਤੇਰੇ ਕੋਲ? ਆਹੋ ਆਹੋ ਦੇਬੋ ਹੈਗਾ। ਬੇ ਤੈਂ ਸੁਣਿਆ ਭਲਾ ਕਹਿੰਦੇ ਮੱਛਰ ਬੰਦਵਾਸ ਜੇਲ੍ਹ 'ਚੋਂ ਫਰਾਰ ਹੋ ਗਿਆ, ਲਾਲਾ ਤਾਂ ਡਰਦਾ ਹਰਿਆਣੇ 'ਚ ਵੱਗ ਗਿਆ ਕੈਂਥਲ ਲੈ ਹੋਰ। ਲੈ ਫਿਰ ਆਪਾਂ ਨੂੰ ਕਾਹਦਾ ਡਰ ਹੈ, ਤੇਰਾ ਨਾਂ ਉਹਦੀ ਹਿੱਟ ਲਿਸਟ 'ਚ ਹੈ, ਦੇਖੀ ਤਾਂ ਸਹੀ।
ਉਹ ਮੈਂ ਕੀ ਉਹਦੇ ਮਾਂ ਮਾਤੇ ਹੇ ਬਾਬਾ ਬੱਦਰ ਨਾਥ ਜੀ ਉਹ ਮੈਨੂੰ ਬਚਾ ਲੈ ਮੈਂ ਤੇਰੀਆਂ ਦੋ ਚਮਕੀਆਂ ਭਰੂੰਗਾ ਔਖਾ ਸੌਖਾ ਹੋ ਕੇ ਮੇਰਾ ਵੀ ਨੰਬਰ ਹੈ ਦੂਜਾ ਮੈਂ ਕੀ ਕਰਾਂ ਮੈਨੂੰ ਦੱਸੀ ਜੀਤ ਤੂੰ ਐਂ ਕਰ ਦੇਵੋ ਆਹ ਫਰ ਸਾਈਕਲ ਤੂੰ ਲੈ ਝੂਟੇ ਮੈਂ ਨੀ ਕਿਸੇ ਕੰਚਰ ਤੋਂ ਡਰਦਾ ਲੈ ਬੋਲ ਡਰਦੀ ਡੁਰਦੀ ਮੈਂ ਵੀ ਨੀ ਫਿਰ ਹਾਂ ਸੱਚ ਦੇਵੋ ਤੈਂ ਸੁਣਿਆ ਵੀ ਕੈਲੇ ਬੁੜੇ ਕੇ ਘਰੇ ਕਹਿੰਦੇ ਦੋ ਪਾਸ ਦੇ ਬੰਦੇ ਆਏ ਹੋਏ ਨੇ ਉਹ ਕੌਣ ਨੇ ਬੇ ਉੱਪਰੋਂ ਆਏ ਨੇ ਕਹਿੰਦੇ ਪਰਲੋਕ ਦੇ ਮਾਲਕ ਨੇ ਧਰਮਰਾਜ ਉਰੀ ਬੇ ਬਲਾਈ ਸਕਦੀ ਆ ਉਹਨਾਂ 'ਚ ਤਾਂ ਟੋਕਰਾ ਤਾਂ ਰੋਟੀਆਂ ਨੂੰ ਖਾ ਜਾਂਦੇ ਨੇ ਬਾਲਟੀਆਂ ਦੀਆਂ ਬਾਲਟੀਆਂ ਦੁੱਧ ਪੀਂਦੇ ਨੇ ਬਾਹਲੇ ਹੀ ਲੋਕ ਦੇਖਣ ਆਉਂਦੇ ਨੇ ਉਹਨਾਂ ਨੂੰ ਤਾਂ ਦੂਰੋਂ ਨੇੜਿਓ ਉਹ ਕਿਉਂ ਖੜਾ ਮਾਰਦੀਆਂ ਦੇਵੋ ਉਹ ਕੋਈ ਉੱਪਰੋਂ ਵੀ ਥੱਲੇ ਆਉਂਦਾ ਹੁੰਦਾ ਉਹ ਥੱਲੇ ਤਾਂ ਉੱਪਰ ਜਾਂਦੇ ਸੁਣੇ ਨੇ ਉਹਦਾ ਕੋਈ ਠੱਗ ਚੋਰ ਹੋਣਿਆ ਉਹ ਇਹਨਾਂ ਨੂੰ ਉਦੋਂ ਪਤਾ ਲੱਗੂ ਜਦੋਂ ਇਹਨਾਂ ਦਾ ਘਰ ਲੁੱਟ ਕੇ ਲੈ ਗਏ ਕੋਈ ਪਤਾ ਨੀ ਗੀਤ ਗੱਲ ਤਾਂ ਤੇਰੀ ਸੱਚੀ ਹੈ ਸਾਧੂਆਂ ਦੇ ਭੇਸ ਚੋਰ ਤੁਰੇ ਫਿਰਦੇ ਨੇ ਦੂ ਮੈਂ ਮੱਛੀਆਂ ਮੇਰੀ ਤਾਂ ਬੱਕਰੀ ਸੂਣ ਵਾਲੀ ਤੀ ਮੈਂ ਤਾਂ ਇੱਥੇ ਤੇਰੇ ਨਾਲ ਫਿਰਦੀਆਂ ਜਬੜੀਆਂ ਮਾਰਦੀ ਇਹ ਮੱਛਰ ਬਦਮਾਸ਼ ਤੋਂ ਡਰ ਮੱਛਰ ਬਦਮਾਸ਼ ਤੋਂ ਬਾਲੇ ਭੂਸ ਰਿਹਾ ਫਿਰਦਾ ਹੋ ਲੈ ਬਈ ਜੀ ਜੀ ਝਬਦਾ ਦੇਖੀ ਜਾਊ ਡਰ ਕੇ ਵਕਤ ਤਾਂ ਨਿਕਲਣਾ ਨੀ ਜਵਾਕ ਵੀ ਪਾਲਣੇ ਨੇ ਉਹ ਚਾਕੂ ਲੈ ਤਲਵਾਰਾਂ ਲੈ ਗਰਨੇਟ ਲੈ ਬੰਬ ਲੈ AK-47 ਲੈ ਲੈ ਕੇ ਪਹਿਲਾ ਪਹਿਲਾ ਪਿਆਰ ਬਰਕੇ ਆਖੋ ਮੈਂ ਖੁਮਾਰ ਜਾਦੂ ਨਗਰੀ ਸੇ ਆਇਆ ਹੈ ਕੋਈ ਜਾਦੂਗਰ ਜਾਦੂ ਨਗਰੀ ਸੇ ਆਇਆ ਹੈ ਕੋਈ ਜਾਦੂਗਰ ਓਏ ਗੁਪਤੇ ਬਈ ਤੂੰ ਅੱਜ ਕੱਲ ਬੜੇ ਗੀਤ ਗਾਉਣਾ ਕੀ ਗੱਲ ਮਹਾਰਾਜ ਇਹ ਦੁਨੀਆ ਬੜੀ ਰੰਗਲੀ ਹੈ ਮੇਰਾ ਤਾਂ ਇੱਥੋਂ ਜਾਣ ਨੂੰ ਦਿਲ ਨਹੀਂ ਕਰਦਾ ਤੂੰ ਠੀਕ ਕਹਿਣਾ ਗੁਪਤਿਆ ਮੇਰਾ ਵੀ ਇਸ ਧਰਤੀ ਤੇ ਬੜਾ ਦਿਲ ਲੱਗਿਆ ਕਿੰਨੇ ਚੰਗੇ ਲੋਕ ਨੇ ਪਰ ਉੱਤੇ ਆਪਣਾ ਸਾਰਾ ਕਾਰੋਬਾਰ ਠੱਪ ਹੋ ਗਿਆ ਹੋਣਾ ਜੇ ਉੱਤੇ ਫੋਨ ਹੁੰਦੇ ਤਾਂ ਆਪਾਂ ਘੱਟੋ ਘੱਟ ਫੋਨ ਕਰਕੇ ਪੁੱਛ ਲੈਂਦੇ ਦੇਖ ਲੈ ਗੁਪਤਿਆ ਇੱਥੇ ਇਨਸਾਨਾਂ ਨੇ ਕਿੰਨੀ ਤਰੱਕੀ ਕਰ ਲਈ ਹੈ ਹਾਂ ਮਹਾਰਾਜ ਕਿੰਨੀਆਂ ਮਸ਼ੀਨਾਂ ਚੱਲਦੀਆਂ ਨੇ ਕਿਹੋ ਜਿਹੀਆਂ ਮਸ਼ੀਨਾਂ ਨੇ ਹਜ਼ਾਰਾਂ ਬੰਦਿਆਂ ਦਾ ਕੰਮ ਇਕੱਲੀਆਂ ਹੀ ਕਰੀ ਜਾਂਦੀਆਂ ਨੇ ਬੱਚੇ ਬੱਚੇ ਕੋਲ ਮੋਬਾਈਲ ਹਜ਼ਾਰਾਂ ਮੀਲ ਦੂਰ ਗੱਲ ਕਰ ਲਓ ਜਿੰਨੀ ਮਰਜ਼ੀ ਓਏ ਗੁਪਤੇ ਕੀ ਇਹ ਫੋਨ ਆਪਣੇ ਸਵਰਗਾਂ 'ਚ ਨਹੀਂ ਲੱਗ ਸਕਦੇ ਪਰ ਮਹਾਰਾਜ ਭੋਲਾ ਕਹਿੰਦਾ ਸੀ ਪਹਿਲਾਂ ਉੱਥੇ ਟਾਵਰ ਲਾਉਣਾ ਪਊ ਨਹੀਂ ਤਾਂ ਮੋਬਾਈਲ ਰੇਸ ਨਹੀਂ ਫੜਦੇ ਇੱਥੇ ਤਾਂ ਪਿੰਡਾਂ ਵਿੱਚ ਵੀ ਰੇਸ ਬਹੁਤ ਘੱਟ ਆਉਂਦੀ ਹੈ ਲੈ ਬਾਈ ਗੁਪਤੇ ਭੈਣ ਦੇਣ ਦੇ ਅੱਜ ਮੈਂ ਤੈਨੂੰ ਸ਼ਾਹਰੁਖ ਖਾਨ ਦੀ ਫਿਲਮ ਦਿਖਾਉਂਗਾ ਉਹ ਐਸ਼ਵਰੀਆ ਰਾਏ ਵੀ ਹੈਗੀ ਹੈ ਹਾਂ ਹੈਗੀ ਆ ਦੇਖੀ ਤਾਂ ਸਹੀ ਕਿੰਨੇ ਨਜ਼ਾਰੇ ਆਉਣਗੇ ਗੁਸਤਾਖੀ ਲਈ ਸ਼ਮਾ ਕਰਨਾ ਮਹਾਰਾਜ ਰਾਤ ਮੈਨੂੰ ਤਾਂ ਭੋਲੇ ਨੇ ਅੰਗਰੇਜ਼ੀ ਫਿਲਮ ਦਿਖਾ ਦਿੱਤੀ ਦਿਲ ਮੰਗੇ ਮੋਤ ਰੋਟੂ ਤੂੰ ਅੱਜ ਮੇਰੇ ਨਾਲ ਪੈ ਜੀ ਬਈ ਨਾ 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 ਮੈਂ ਨਹੀਂ ਸੌਂਦਾ ਭੈਣ ਦੇਣ ਦੇ ਤੂੰ ਤਾਂ ਖਰਾੜੇ ਬਹੁਤ ਮਾਰਦਾ ਮਾਰ ਮਾਰ ਕੇ ਪਾਸੇ ਮੇਰੀਆਂ ਬੱਖੀਆਂ ਬਣਤੀਆਂ ਨਾਲੇ ਤੇਰੀ ਦਾੜੀ ਬਹੁਤ ਚੁਗਦੀ ਆ ਮੇਰੇ ਹੋਰ ਯਾਰ ਕੀ ਉਲੀਆ ਬਣਾ ਰੱਖਿਆ ਇਹ ਤੇ ਕੀ ਦੱਸ ਅੰਬ ਲੱਗਦੇ ਨੇ ਕਿੰਨੀ ਭੈੜੀ ਦਾੜੀ ਆ ਇੱਕ ਗੱਲ ਕਹਾਂ ਜੇ ਮੰਨੇਗਾ ਦਾੜੀ ਕਟਾ ਦੇ ਮੇਰੇ ਚਾਚੇ ਵਾਂਗੂ ਵਧੀਆ ਬਣ ਜਾ ਓਏ ਨਹੀਂ ਯਾਰ ਮੈਨੂੰ ਇਹ ਸਰਦਾਰ ਲੋਕ ਬੜੇ ਵਧੀਆ ਲੱਗਦੇ ਨੇ ਇਸ ਲਈ ਮੈਂ ਵੀ ਸਰਦਾਰ ਬਣੂੰਗਾ ਹਾਂ ਕੱਲ ਤੂੰ ਪੱਗ ਬੰਨੀ ਤੇ ਹੁਣ ਨਾਲੇ ਤੂੰ ਧਰਮਰਾਜ ਸਿੰਘ ਮਾਨ ਆ ਲੈ ਮਾਨ ਕਿਉਂ ਬਈ ਇਨ੍ਹਾਂ ਮਾਨਾਂ ਦੀ ਪੰਜਾਬ ਵਿੱਚ ਬੜੀ ਚੜਾਈ ਆ ਦੇਖ ਗੁਰਦਾਸ ਮਾਨ ਹਰਭਜਨ ਮਾਨ ਬੱਬੂ ਮਾਨ ਤੇ ਬਾਬੂ ਸਿੰਘ ਮਾਨ ਹਾਂ ਫੇਰ ਠੀਕ ਹੈ ਬਈ ਅੱਜ ਤੋਂ ਮੇਰਾ ਨਾਂ ਹੋਇਆ ਧਰਮਰਾਜ ਸਿੰਘ ਮਾਨ ਫੇਰ ਅੱਜ ਤੁਹਾਨੂੰ ਅਸੀਂ ਆਪਣੇ ਪਿੰਡ ਦੀਆਂ ਬੁੜੀਆਂ ਦਾ ਗਿੱਧਾ ਦਿਖਾਉਣੇ ਆ ਸਾਡੇ ਪਿੰਡ ਦੀਆਂ ਬੁੜੀਆਂ ਦਾ ਗਿੱਧਾ ਜਦੋਂ ਨੱਚਦੀਆਂ ਨੇ ਭੈਣ ਦੇ ਨੇ ਧਰਤੀ ਪੱਟ ਦਿੰਦੀਆਂ ਨੇ ਅੱਛਾ ਸਾਡੇ ਆਉਣ ਦੀ ਖੁਸ਼ੀ ਵਿੱਚ ਅੱਜ ਉਹ ਗਿੱਧਾ ਪਾ ਰਹੀਆਂ ਨੇ ਕਿਆ ਬਾਤ ਹੈ ਚਮੁੰਡਾ ਮਹਾਰਾਜ ਜੀ ਗਾਰੀ ਵਰਸੀ ਖੱਟਣ ਗਏ ਤੇ ਗਾਰੀ ਵਰਸੀ ਖੱਟਣ ਗਏ ਤੇ ਖੱਟੇ ਦੇ ਅੰਦਰ ਪਾਵ ਭਾਗਾਂ ਬਾਇਆ ਦੇ ਧਰਮਰਾਜ ਕਰਿਆ 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 ਭਾਗਾਂ ਬਾਇਆ ਮੇਰੀਏ ਨੀ ਤੈਨੂੰ ਮੇਰ ਲੱਗੇ ਉੱਪਰ ਲੱਗੇ ਗੜਾਉਂਦੇ ਨੀ ਦਿਨ ਛੜੇ ਦਿਖਾਮ ਫੁੱਕੇ ਲੈ ਲੈ ਸੌਂਦੇ 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 ਨੀ ਦਿਨ ਛੜੇ ਦਿਖਾਮ ਫੁੱਕੇ ਲੈ ਲੈ ਸੌਂਦੇ
ਉੱਤੇ ਦੇ ਪਾਈਆ ਹਾਂਜੀ ਵੇ ਮੇਰੇ ਪੀੜ ਕਲੇਜੇ ਹਾਂਜੀ ਵੇ ਮੈਂ ਮਰਦੀ ਜਾਂਦੀ ਹਾਂਜੀ ਵੇ ਦੋ ਖੱਟੇ ਲਿਆ ਦੇ ਹਾਂਜੀ ਵੇ ਦੋ ਮਿੱਠੇ ਲਿਆ ਦੇ ਹਾਂਜੀ ਵੇ ਤੇਰੀ ਸਰ ਜੈ ਹਾਂਜੀ 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 ਗੱਤੀਆਂ ਨੂੰ ਬੁਲਿਆ ਦੇ ਦੇ ਮੇਰੇ ਮਰਦੀ ਕਲੇਜੇ ਪੀੜ ਗੱਤੀਆਂ ਨੂੰ ਬੁਲਿਆ ਦੇ ਦੇ ਮੇਰੇ ਮਰਦੀ ਕਲੇਜੇ ਪੀੜ ਗੱਤੀਆਂ ਨੂੰ ਬੁਲਿਆ ਦੇ ਦੇ ਮੇਰੇ ਮਰਦੀ ਕਲੇਜੇ ਪੀੜ ਗੱਤੀਆਂ ਨੂੰ ਬੁਲਿਆ ਦੇ ਦੇ ਦੱਸਿਆ ਨੀ ਵੀ ਮਾਰਿਆ ਕਿਹਨੇ ਉਹਨੂੰ ਕੋਈ ਲੰਡੂ ਬੰਦਾ ਹੀ ਮਾਰ ਸਕਦਾ ਹੈ ਮੱਛਰ ਬਦਮਾਸ ਨੇ ਮਾਰਿਆ ਹਾਏ ਹਾਏ ਮੱਛਰ ਬਦਮਾਸ ਪੜਾਉਣ ਚ ਤਾਂ ਉਹਨੂੰ ਮੈਂ ਵੀ ਵਿੱਚ ਤੀ ਮੈਂ ਤਾਂ ਜਾਣੀ ਬਈ ਹਾਏ ਓ ਲੈ ਬਈ ਕੱਲੇ ਬੁੜਿਆ ਓ ਹੁਣ ਮੇਰੀ ਵਾਰੀ ਹੈ ਓ ਮੁੰਡਿਆ ਓ ਭੋਲਾ ਕਿੱਥੇ ਹੈ ਉਹਦਾ ਸ਼ਿਮਲੇ ਗਿਆ ਹੋਇਆ ਧਰਮਰਾਜ ਨੂੰ ਘੁਮਾਉਣ ਵਾਸਤੇ ਓ ਧਰਮਰਾਜ ਨੂੰ ਛੇਤੀ ਬੁਲਾ ਲਓ ਉਹ ਚ ਬਥੇਰੀਆਂ ਸ਼ਕਤੀਆਂ ਨੇ ਜੇ ਧਰਮਰਾਜ ਆ ਗਿਆ ਹੋਰ ਨਾ ਗੰਡੇ ਗਲ ਜਾਣ ਤੂੰ ਛੇਤੀ ਦਾ ਕਰਾਂ ਪਰ ਵੱਡਾ ਇਹਦਾ ਪਹਾ ਹਾਂ ਉਹ ਤਾਂ ਚਾਚਾ ਸ਼ਿਮਲੇ ਨੇ
ਓਏ ਆਉਣ ਨੂੰ ਤਿੰਨ ਚਾਰ ਦਿਨ ਲੱਗ ਜਾਣਗੇ। ਉਹ ਜੇ ਪੁਲਿਸ ਕੇਸ ਬਣ ਗਿਆ ਬੰਨੀ ਦੇ ਮਰ ਜਾਓਗੇ। ਉਹ ਇਹਦਾ ਛੇਤੀ ਦਾ ਸੰਸਕਾਰ ਕਰੋ, ਪੋਸਟਮਾਰਟਮ ਕਰਕੇ ਡਾਕਟਰ ਬਹੁਤ ਪੈਸਾ ਭਾਲਦੇ ਨੇ, ਉਹ ਨਾਲੇ ਲਾਸ਼ ਦੀ ਬੇਅਦਬੀ ਹੁੰਦੀ ਹੈ। ਹਾਂ ਚਾਚਾ, ਕਿਤੇ ਹੋਰ ਨਾ ਡਾਕਟਰ ਮੇਰੇ ਪਿਓ ਦਾ ਕੀਮਤੀ ਸਮਾਨ ਕੱਢ ਲੈਣ। ਓਏ ਹੋਰ ਭਤੀਜਾ, ਉਹ ਨਾਲੇ ਸੂਏ ਨਾਲ ਸਿਉਂਕੇ ਫੜਾ ਦਿੰਦੇ ਨੇ ਲਾਸ਼ ਨੂੰ। ਓਏ ਐਂ ਕਰੋ ਮੁੰਡਿਓ, ਚੱਕੋ ਇਹਨੂੰ, ਛੇਤੀ ਨਵਾ ਲਓ, ਦੇਰੀ ਨਾ ਕਰੋ ਨਾਲੇ। ਉਹ ਨਵਾਉਣ ਦੀ ਕੀ ਲੋੜ ਹੈ ਚਾਚਾ, ਨਹਾਉਂਦਾ ਹੀ ਮਰਿਆ। ਹਾਏ ਬਾਪੂ, ਹਾਏ ਭੁੱਲਿਆ। ਉਹ ਕੋਈ ਗੱਲ ਨਹੀਂ ਮੁੰਡਿਆ, ਤੂੰ ਹੌਸਲਾ ਰੱਖ, ਉਹ ਰੱਬ ਦੇ ਪਹਾੜੀ ਨੂੰ ਮੰਨ, ਜਿਹੜਾ ਕੁਛ ਕਰਦਾ ਠੀਕ ਕਰਦਾ। ਚਲੋ ਚੱਕੋ ਇਹਨੂੰ, ਸੰਸਕਾਰ ਦੀਆਂ ਤਿਆਰੀਆਂ ਕਰੋ। ਚੱਲ ਰੋ ਨਾ, ਬਸ ਕਰ। ਦੇਖਿਆ ਮਹਾਰਾਜ, ਉੱਥੇ ਕਿੰਨੀ ਠੰਡ, ਬਰਫ ਹੀ ਬਰਫ, ਇੱਥੇ ਕਿੰਨੀ ਗਰਮੀ ਹੈ। ਆ ਜਾਓ ਜੀ, ਆ ਜਾਓ, ਆ ਜਾਓ। ਓਏ ਉਹ ਤੁਸੀਂ ਐਂ ਬੈਠੇ ਹੋ ਜਿਵੇਂ ਬਾਪੂ ਮਰ ਗਿਆ ਹੁੰਦਾ। ਹਾਂ ਬੋਲੇ, ਓਏ ਬਾਪੂ ਮਰ ਗਿਆ ਹੈ। ਓਏ ਬਾਪੂ ਆ, ਬਸ ਬਸ, ਤੇਰੀ ਦਿਮਾਗ ਦੀ ਨਾਲੀ ਵੱਜ ਜੂ। ਮੈਨੂੰ ਵਿਆਹ ਕੇ ਜਾ ਮਰ ਜਾਂਦਾ, ਧਿਆਨ ਹੋਣੀ ਕਿਵੇਂ ਵਾਪਰੀ ਬਾਈ ਵੇ। ਮੱਛਰ ਬਦਮਾਸ਼ ਨੇ ਗੋਲੀ ਮਾਰੀ ਪੁਲਟੀ ਚ, ਨਹਾਉਂਦੇ ਨੂੰ ਬਾਹਰ ਲੈ ਗਿਆ, ਸਾਥਲ ਚ ਜਾ ਕੇ ਮਾਰਤਾ, ਬਸ ਇੱਕ ਗੋਲੀ ਨਾਲ ਹੀ ਮਰ ਗਿਆ। ਮਹਾਰਾਜ, ਉਹਦੀ ਮੌਤ ਇਸੇ ਤਰ੍ਹਾਂ ਲਿਖੀ ਸੀ। ਮਹਾਰਾਜ, ਸਾਨੂੰ ਸਾਡਾ ਬਾਪੂ ਚਾਹੀਦਾ। ਬੱਚਾ, ਉਹ ਹੁਣ ਮਰ ਚੁੱਕਾ, ਇੱਥੇ ਮਰਨ ਵਾਲੇ ਕਦੇ ਵਾਪਸ ਨਹੀਂ ਆਉਂਦੇ। ਸਭ ਕੁਝ ਤੁਹਾਡੇ ਹੱਥ ਵਿੱਚ ਹੈ, ਤੁਸੀਂ ਚਾਹੇ ਰੱਖ ਸਕਦੇ ਹੋ ਮਹਾਰਾਜ, ਤੁਸੀਂ ਚਾਹੇ ਮਾਰ ਸਕਦੇ ਹੋ। ਨਹੀਂ ਬੱਚਾ, ਜੋ ਕੁਝ ਲਿਖਿਆ ਉਹੀ ਹੁੰਦਾ। ਸਾਨੂੰ ਨਹੀਂ ਪਤਾ ਤੁਹਾਡੇ ਤੋਂ ਲੈਣਾ ਸਾਡਾ ਬਾਪੂ, ਭੈਣ ਤੇਰੇ ਤੋਂ ਕਿੰਨੀ ਆੜੀ ਆ ਆਪਣੀ। ਓਏ ਛੱਡ ਰੋਡੂ, ਕਾਹਨੂੰ ਯਾਰ ਇਹਨਾਂ ਦਾ ਟਾਈਮ ਖਰਾਬ ਕਰਦੇ ਹੋ, ਵਿਚਾਰੇ ਥੱਕੇ ਹੋਏ ਨੇ। ਅਸੀਂ ਉਹਨਾਂ ਚਿਰ ਅੰਨ ਪਾਣੀ ਮੂੰਹ ਨਹੀਂ ਲਾਉਂਦੇ ਜਿੰਨਾ ਚਿਰ ਸਾਡਾ ਬਾਬਾ। ਇਹ ਸਾਡੇ ਦੋਨਾਂ ਦਾ ਆਖਰੀ ਫੈਸਲਾ। ਪਰ ਪੁੱਤਰ, ਉਹਦਾ ਸਰੀਰ ਚੱਲ ਚੁੱਕਾ ਹੈ, ਪਰ ਹਾਂ, ਆਤਮਾ ਕਿਸੇ ਹੋਰ ਚ ਪ੍ਰਵੇਸ਼ ਕਰ ਸਕਦੀ ਹੈ। ਓਏ ਚਿੱਤਰਗੁਪਤ, ਚੁੱਪ ਕਰ ਜਾ, ਉੱਪਰ ਦੀਆਂ ਗੱਲਾਂ ਥੱਲੇ ਨਹੀਂ ਦੱਸੀਆਂ ਹੁੰਦੀਆਂ। ਸੌਰੀ ਮਹਾਰਾਜ, ਸਾਨੂੰ ਨਹੀਂ ਪਤਾ, ਜਿਵੇਂ ਮਰਜ਼ੀ ਕਰੋ, ਸਾਡਾ ਬਾਪੂ ਚਾਹੀਦਾ। ਨਾ ਪੁੱਤਰ, ਰਹਿਣ ਦੇ, ਉਹਦੀ ਜਿੰਨੀ ਲਿਖੀ ਤੀ ਓਨੀ ਉਹਨੇ ਭੋਗ ਲਈ। ਚੁੱਪ ਕਰ ਪਾਪੇ, ਮੈਂ ਵੀ ਤਾਂ ਇੱਕ ਦਿਨ ਬੁੜਾ ਹੋਣਾ। ਅਸੀਂ ਫਿਰ ਜਿਉਂਗੇ, ਕੀ ਕਰਾਂਗੇ। ਮਹਾਰਾਜ, ਬੱਚੇ ਜਿੱਦ ਕਰਦੇ ਨੇ, ਮੰਨ ਲਓ। ਚਿੱਤਰਗੁਪਤ, ਫਿਰ ਕੋਈ ਐਸਾ ਪ੍ਰਾਣੀ ਦੇਖ ਜਿਹਦੇ ਵਿੱਚ ਕੱਲੇ ਬੁੜੇ ਦੀ ਆਤਮਾ ਪਾ ਸਕੀਏ। ਹਾਂ ਮਹਾਰਾਜ, ਕੋਈ ਜੈਂਕੀ ਜਿਹਾ ਬੰਦਾ ਦੇਖਿਓ, ਸ਼ਰੀਫ ਜਾ। ਮਹਾਰਾਜ, ਇੱਕ ਜੱਗਾ ਨਾਂ ਦਾ ਬੰਦਾ ਹੁਣੇ ਤਾਜ਼ਾ ਤਾਜ਼ਾ ਮਰਿਆ ਹੈ। ਮਹਾਰਾਜ ਦੀ ਜੈ ਹੋ। ਮਹਾਰਾਜ, ਮੈਂ ਕਿੱਥੇ ਚਲਾ ਗਿਆ ਤੀ, ਮੇਰੇ ਤਾਂ ਗੋਲੀ ਵੱਜੀ ਤੀ। ਰੋਡੂ ਪੁੱਤ, ਬਾਬਾ ਲੈ, ਇਹ ਕਿੱਥੇ ਸਾਡਾ ਬਾਬਾ? ਮੇਰੇ ਉਹ ਸ਼ੇਰੋ, ਆ ਜਾਓ ਮੇਰੇ ਕੋਲੇ, ਆ ਜਾਓ। ਨਹੀਂ ਮਹਾਰਾਜ, ਇਹ ਨਹੀਂ ਸਾਡਾ ਬਾਬਾ ਹੈਗਾ। ਬੱਚਾ ਲੋਕ, ਇਹਦੇ ਵਿੱਚ ਜੋ ਆਤਮਾ ਹੈ ਉਹ ਤੁਹਾਡੇ ਬਾਬੇ ਦਾ। ਸੀ ਵੈਰੀਆ, ਇਹ ਕਿਸਮਤ ਵਾਰ ਵਾਰ ਨਾ ਤੇਰੇ ਨਾਲ ਕਿਉਂ ਟੱਕਰਾਂ ਮਰਵਾਉਂਦੀ ਹੈ?
ਵੀ ਪਰਦੇਸੀਆ, ਜਦੋਂ ਦਾ ਮੈਂ ਤੈਨੂੰ ਵੇਖਿਆ ਮੈਨੂੰ ਨੀਂਦ ਹੀ ਨਹੀਂ ਆਉਂਦੀ। ਆ ਵੀ ਕਹਿਣਾ ਭੁੱਲ ਗਈ, ਭੁੱਖੀ ਨਹੀਂ ਲੱਗਦੀ। ਵੇਖ ਲੈ ਤੇਰੇ ਸਾਹਮਣੇ ਸੁੱਕੇ ਤੀਲਾ ਹੋ ਗਈਆਂ। ਤੂੰ ਕਿੱਥੋਂ ਦਾ ਰਹਿਣ ਵਾਲਾ ਹੈ? ਪਰਲੋਕ ਦਾ। ਇਹ ਕਿਹੜੇ ਪਿੰਡ ਕੋਲ ਹੈ? ਹੈ, ਤੂੰ ਬਿਲਕੁਲ ਨਹੀਂ ਜਾਣਦੀ? ਮੈਂ ਧਰਮਰਾਜ ਹਾਂ, ਪਰ ਹੁਣ ਮੇਰਾ ਨਾਂ ਧਰਮਰਾਜ ਸਿੰਘ ਮਾਨ ਰੱਖਿਆ ਰੋਡੂ ਹੋਰਾਂ ਨੇ, ਕਿਉਂਕਿ ਪੰਜਾਬ 'ਚ ਮਾਨਾਂ ਦੀ ਚੜ੍ਹਾਈ ਹੈ ਅਤੇ ਹਰੇਕ ਬੰਦਾ ਆਪਣੇ ਨਾਂ ਪਿੱਛੇ ਮਾਨ ਲਾਈ ਜਾਂਦਾ। ਜੇ ਤੇਰਾ ਤੇ ਮੇਰਾ ਵਿਆਹ ਹੋ ਗਿਆ ਨਾ, ਫਿਰ ਤਾਂ ਮੈਂ ਵੀ ਪੁੱਛਰੋਂ ਮਾਨਣੀ ਹੋ ਜਾਊਂਗੀ। ਮੈਂ ਸਮਝਿਆ ਨਹੀਂ, ਤੂੰ ਕੀ ਚਾਹੁੰਦੀ ਹੈ ਬਲ ਕੇ? ਤੈਨੂੰ ਹੋਰ ਕੀ ਮਿਲੇ ਛਿੰਬੇ ਨੂੰ? ਇਹ ਪੁੱਛਰੋਂ ਦਾ ਦਿਲ ਹੈ, ਤੇਰੇ ਤੇ ਪਹਿਲੀ ਵਾਰ ਆਇਆ, ਹੱਥਾਂ 'ਤੇ ਮਹਿੰਦੀ ਲਾ ਦੇ, ਬਾਹੀਂ ਚੂੜਾ ਪਾ ਕੇ ਡੋਲੀ ਵਿੱਚ ਪਾ ਕੇ ਲੈ ਜਾ ਕੂੰਜ ਵਰਗੀ ਨਾਰ ਨੂੰ। ਮੈਂ ਤੇਰੀ ਮੈਂ ਤੇਰੀ ਸੇਵਾ ਕਰੂੰਗੀ ਸਵਾਮੀ। ਤੇਰਾ ਤੇ ਮੇਰਾ ਵਿਆਹ ਨਹੀਂ ਹੋ ਸਕਦਾ ਪੁੱਛਰੋ। ਕਿਉਂ ਨਹੀਂ ਹੋ ਸਕਦਾ? ਸੋਹਣੀ ਆ, ਦੁੱਧ ਵਰਗਾ ਚਿੱਟਾ ਰੰਗ ਹੈ ਮੇਰਾ, 125 ਫੁੱਲਾਂ ਜਿੰਨਾ ਭਾਰ ਹੈ। ਹੁਣ ਤਾਂ ਮੈਂ ਭੂਤ ਪ੍ਰੇਤ ਕੱਢਣੇ ਵੀ ਛੱਡਤੇ। ਆ ਭੋਲੇ ਲੋਕਾਂ ਨੂੰ ਵਹਿਮਾਂ ਭਰਮਾਂ 'ਚ ਪਾ ਕੇ ਲੁੱਟਦੀ ਰਹੀ, ਇਸੇ ਕਰਕੇ ਤਾਂ ਛੜੀ ਰਹਿ ਗਈ। ਹੁਣ ਤਾਂ ਮੈਂ ਤੇਰੀ ਦਾਸੀ ਆ ਸਵਾਮੀ। ਪਰ ਤੂੰ ਆਪਣੇ ਦਿਲ 'ਤੇ ਹੱਥ ਰੱਖ ਕੇ ਕਹਿ, ਤੈਨੂੰ ਮੈਂ ਚੰਗੀ ਨਹੀਂ ਲੱਗਦੀ? ਤੂੰ ਤਾਂ ਚੰਦ ਦਾ ਟੁਕੜਾ ਹੈ, ਸੱਚ ਪੁੱਛੇ ਤਾਂ ਇੰਦਰ ਦੇ ਖਾੜੇ ਦੀ ਪਰੀ ਲੱਗੇ, ਪਰ ਜੇ ਪਤਲੀ ਹੋ ਜੇ ਤਾਂ ਰੱਬ ਨੇ ਤੈਨੂੰ ਮੇਰੇ ਵਾਸਤੇ ਬਣਾਇਆ। ਪਰ ਬਾਲਕੇ, ਤੇਰੇ ਤੇ ਮੇਰੇ ਸੰਜੋਗ ਕਦੇ ਨਹੀਂ ਮਿਲ ਸਕਦੇ। ਜਦ ਤਕਦੀਰਾਂ ਮਿਲ ਜਾਣ, ਦਿਲ ਮਿਲ ਜਾਣ, ਫਿਰ ਸੰਜੋਗ ਤਾਂ ਆਪੇ ਹੀ ਮਿਲ ਜਾਂਦੇ ਨੇ। ਸਵਾਮੀ ਜੀ, ਮੈਂ ਤੇਰਾ ਇੰਤਜ਼ਾਰ 7 ਜਨਮਾਂ ਤੱਕ ਕਰ ਸਕਦੀ ਹਾਂ। ਚੰਗਾ, ਮੈਂ ਚੱਲਦਾ, ਨਹੀਂ ਤਾਂ ਲੋਕ ਕਹਿਣਗੇ ਧਰਮਰਾਜ ਸਿੰਘ ਮਾਨ ਆਸ਼ਕੀ ਕਰਦਾ ਫਿਰਦਾ। ਚੰਗਾ। ਅੱਖ ਕਦੇ ਪੁੱਛ ਸਾਡਾ ਹਾਲ, ਹੱਥ ਕਾਲ ਜਿੱਤੇ ਰੱਖ, ਤੇਰੇ ਵਾਰੀ ਗਿਣ ਕੋਈ ਹੀਰਾ ਹੋਣ ਗੀਆਂ ਲੱਖ, ਤੇਰੀ ਆਈ ਤੋਂ ਬਿਲੋ ਮੈਂ ਮਰ ਜਾਵਾਨੀ, ਲੋਗੜੀ ਦਾ ਫੁੱਲ ਬਣ ਕੇ ਤੇਰੀ ਇੱਕ ਤੇ ਲਟਕਦਾ ਆਵਾਨੀ, ਲੋਗੜੀ ਦਾ ਫੁੱਲ ਬਣ ਕੇ। ਹੌਲੀ ਫੁੱਲ ਤਿੱਤਰਾਂ ਦੇ ਫੰਗ ਵਰਗੀ, ਚੱਟੀ ਮੇਲੀ ਜੱਟ ਨੂੰ ਪਤੰਗ ਵਰਗੀ, ਲਾਲ ਤੂਹੀ ਜੱਟਾਂ ਤੇਰੀ ਪੱਗ ਵਰਗੀ, ਧੁੱਪ ਵਿੱਚ ਲੱਗਾ ਨੀਰੀ ਅੱਗ ਵਰਗੀ। ਹੌਲੀ ਫੁੱਲ ਤਿੱਤਰਾਂ ਦੇ ਫੰਗ ਵਰਗੀ, ਚੱਟੀ ਮੇਲੀ ਜੱਟ ਨੂੰ ਪਤੰਗ ਵਰਗੀ, ਲਾਲ ਤੂਹੀ ਜੱਟਾਂ ਤੇਰੀ ਪੱਗ ਵਰਗੀ, ਧੁੱਪ ਵਿੱਚ ਲੱਗਾ ਨੀਰੀ ਅੱਗ ਵਰਗੀ। ਸਾਂਭ ਸਾਂਭ ਰੱਖਾ ਕੱਚ ਦੇ ਸਮਾਨ ਨੂੰ, ਇਹੋ ਹੀ ਫਿਕਰ ਵਸ ਰਹਿੰਦਾ ਜਾਨ ਨੂੰ, ਸਾਂਭ ਸਾਂਭ ਰੱਖਾ ਕੱਚ ਦੇ ਸਮਾਨ ਨੂੰ, ਇਹੋ ਹੀ ਫਿਕਰ ਵਸ ਰਹਿੰਦਾ ਜਾਨ ਨੂੰ। ਜਾਵੇ ਨਾ ਤੜਕ ਕਿਤੇ ਵੰਗ ਵਰਗੀ, ਚੱਟੀ ਮੇਲੀ ਜੱਟ ਨੂੰ ਪਤੰਗ ਵਰਗੀ, ਓ ਜਾਵੇ ਨਾ ਤੜਕ ਕਿਤੇ ਵੰਗ ਵਰਗੀ, ਚੱਟੀ ਮੇਲੀ ਜੱਟ ਨੂੰ ਪਤੰਗ ਵਰਗੀ।
महाराज ये तो मेरे को भी नहीं पढ़े जा रहे। इस तरह कर दिया महाराज, किसी बुद्धिजीवी को पढ़वाने वेखो दो बच्चे उन्होंने को पढ़वा लें। बच्चे लोग इधर आओ, रोडू नू पढ़ दे, रोडू तू चमुंडा वेल के पढ़े। जदो तेनू मैंने देखिया सींड नहीं आउंदी। ओए सींड नहीं, मैनू नींद नहीं आउंदी। मैं मन ही मन च तेनू अपना पिता सतिकार कर लिया हां। ओए पिता नहीं, पति सतिकार कर लिया है। बेशक मेरे तो हजारा मुंडे मर गए हन, पर मैं तेरे ते सड़दी हां। बेशक मेरे ते हजारा मुंडे मरदे ने, पर मैं तेरे ते मरदी हां। अच्छा मेरे ते मरती है चमुंडा। रिंगना ओए, तुसी बहुत कमीने आदमी हो। ओए कमीने नहीं, तुसी बहुत सकीन आदमी हो। मैनू तुहाडियां पुछा बहुत वधिया लगदियां ने। पुछा नहीं, मुछा मुछा। तेरे प्यार ने मैनू कसाई कर दिता है। ओए कसाई कर नहीं, सदाई बना दिता है। मैं तेनू मेने देना चाहुंदी हां। मेने नी, तेनू मैं मिलना चाहुंदी हां। मैं तेनू इलू इलू कर दी हां। इलू इलू क्या है? इलू का मतलब आई लव यू। तेरे खचरू। ओए तेरी पुचरो, खचरो नी। ओ बावी तरमू, बड़ी मेथी मारी अक, पीसिया तरबूज तोड़िया, बहुत कैंट पुरजट गाया। क्या करा ले, इते मेरा बापू ना मेथी मार जे, फिर चाकेगा जिवें धुंद चो गला चाकदा हुंदा। साडे आले बाबे ने तिन व्याह कराए ने। ओए तू ता मां देया पुत्ता छड़ा ही फिरदा। मैं बिचोला बन जाना। सुन हो गया, की हो गया भैन देने दिया। ਗੱਲ ਤੇਰੇ ਕੋਲ ਰਹਿ ਕਿਸੇ ਹੋਰ ਨੂੰ ਨਾ ਦੱਸ, ਕਿਸੇ ਹੋਰ ਨੂੰ ਨਾ ਦੱਸ, ਤਾਰੇ ਦੂਰ ਨੂੰ ਨਾ ਦੱਸ, ਨਾਲੇ ਹੋਣ ਦੀ ਕੋਈ ਤੋ ਤੈਨੂੰ ਕੀ ਪੈਣ ਜਾ। ਮੇਰੇ ਉੱਠਣ ਕਲੇ ਦੇ ਵਿੱਚ ਕੂਤ ਕੂਤੀਆਂ, ਮੈਂ ਕੋਈ ਕਜੀਆ ਪੈਣ ਤੋਂ ਵੀ ਡਰਦਾ। ਤੁਝ ਪਤਾ ਵੀ ਤਾਂ ਲੱਗੇ ਤੇਰੇ ਦਿਲ ਵਿੱਚ ਕੀ, ਕੁੜੀ ਵੇਖ ਕੇ ਕੋਰੜੇ ਚੰਦ ਵਰਗੀ, ਤੇਰਾ ਪਿਆਰ ਕਰਨ ਨੂੰ ਜੀ ਕਰਦਾ। दारू पीनी छित्र खाने राडे पादी हासी, आटा नहीं पड़ोले चूहे लेंदे फिरन तलाशी। ले यार तू भी ला ले धर्म से भाई,
लाके ता देख कंधा भी भरजाइया लगन गिया कंधा चमुंडा तेरा मुंडा लौटना आया ओए की बकरियां तू देवता लोग नहीं पींदे इता राक्षस लोग पींदे ने जा फिर तुसी जट पीने हो ओ तू पीला पीला तू केड़ा गां दी सलमान खान है तू भी राक्षसी है ओए पापी लोग तुसी मैनू राक्षस कहने हो ਅਸੀਂ ਕਿੱਥੇ ਕਹਿੰਦੇ ਯਾਰ ਪੀਤੀ ਚ ਕਿਹਾ ਜਾਂਦਾ ਨਾਲੇ ਪੀਤੀ ਚ ਤਾਂ ਬਾਈ ਮਾਫ ਹੁੰਦਾ ਇਹ ਮੇਰੇ ਸਾਰੇ ਦੀ ਅੰਦਰ ਗਈ ਨੀ ਤੇ ਬੰਦੇ ਨੂੰ ਨਜ਼ਾਰੇ ਆਵੇ ਨੀ ਉਹ ਲੈ ਮੈਨੂੰ ਪਾ ਦੇ ਬਾਈ ਤੈਨੂੰ ਤਾਂ ਸਭ ਵਧੀਆ ਵਧੀਆ ਲੱਗਦਾ ਬਾਈ ਧਰਮੂ ਉਹ ਧਰਮ ਸਿਆ ਬਾਈ ਮੁੱਸਾ ਹੋਣ ਤਾਂ ਤੇਰੇ ਵਰਗੀਆਂ ਹੋਣ ਵਰਨਾ ਹੋਣੀ ਨਾ ਯਾਰ ਉਹ ਬਾਈ ਕਈ ਬੰਦਿਆਂ ਦੀ ਮੁੱਛ ਦਾ ਕਰੋੜ ਮੁੱਲ ਹੁੰਦਾ ਕਰੋੜ ਜਿਵੇਂ ਆਪਣੇ ਧਰਮ ਬਾਈ ਦੀ ਦਾ ਕਈ ਮਰਦਾਂ ਦੀ ਮੁੱਛ ਭਸਮ ਹੁੰਦੀ ਹੈ ਜਿਵੇਂ ਮੇਰੀ ਹੈ ਤਾਂ ਹੀ ਤਾਂ ਗੀਤ ਬਣਦੇ ਨੇ ਮੇਰੀ ਮੁੱਛ ਦੇ ਅਖੇ ਹੱਟ ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਹੈ ਦੇਖ ਧਰਮ ਤੂੰ ਸਾਡਾ ਬਾਈ ਅਸੀਂ ਤੇਰੇ ਬਾਈ ਤੇਰਾ ਨਾਂ ਸੁਣ ਕੇ ਲੋਕਾਂ ਦਾ ਮੂਤ ਨਿਕਲ ਜਾਂਦਾ ਅਸੀਂ ਤੇ ਤੋਂ ਡਰਦੇ ਨਹੀਂ ਕਿਉਂਕਿ ਤੂੰ ਸਾਡਾ ਪਗਵਟ ਭਰਾ ਹੈ ਬਾਈ ਬਾਈ ਜਦੋਂ ਤੂੰ ਚਲਾ ਗਿਆ ਸਾਡਾ ਸੀ ਨਹੀਂ ਲੱਗਣਾ ਇਹੋ ਜਿਹੀ ਲਿਹਾਜ਼ ਕਿਸੇ ਹੋਰ ਨਾਲ ਪਾਈ ਓਏ ਤੈਨੂੰ ਮੇਰੇ ਨਾਲ ਹੀ ਜਾਣਾ ਪੈਣਾ ਸਰੀਰ ਚ ਆਤਮਾ ਪਾਤੀ ਫਿਰ ਐ ਕਿਵੇਂ ਮੈਂ ਨਹੀਂ ਜਾਂਦਾ ਜੁੰਦਾ ਦੁਬਾਰਾ ਫਿਰ ਆਤਮਾ ਕਿਵੇਂ ਨਿਕਲੂ ਆਤਮਾ ਤਾਂ ਮੈਂ ਬਿੰਦ ਚ ਕੱਢ ਲੂ ਇੱਕ ਦੋ ਦਿਨ ਤੱਕ ਆਪਾਂ ਨੇ ਚੱਲਣਾ ਐਸ਼ ਕਰ ਲੈ ਖਾ ਪੀ ਮੌਜਾਂ ਕਰ ਲੈ ਜਿਹਨੂੰ ਮਿਲਣਾ ਮਿਲ ਲੈ ਹੁਣ ਬਾਈ ਜਿਵੇਂ ਧਰਮੂ ਕਹਿੰਦਾ ਠੀਕ ਹੈ ਉਹ ਕੀ ਠੀਕ ਹੈ ਓਏ ਤੂੰ ਮੇਰੇ ਚੋਂ ਜਾਨ ਕੱਢੇਗਾ ਓਏ ਯਾਰ ਮਾਰ ਕਰੇਗਾ ਓ ਮੈਂ ਤਾਂ ਆਪਣੇ ਬੱਚਿਆਂ ਚ ਰਹੂ ਮੇਰਾ ਦੁਨੀਆ ਛੱਡਣ ਨੂੰ ਜੀ ਨਹੀਂ ਕਰਦਾ ਸੁਰਗਾਂ ਚ ਮੈਂ ਤੋਂ ਰਿਹਾ ਨਹੀਂ ਜਾਣਾ ਆ ਮੇਰਾ ਲਛਮਣ ਵਰਗਾ ਭਰਾ ਛੱਡੂਗਾ ਮੈਂ ਓਏ ਓਏ ਸੀਤਾ ਵਰਗੀ ਘਰ ਵਾਲੀ ਛੱਡੂ ਓਏ ਦਸ਼ਰਥ ਵਰਗਾ ਪਿਓ ਛੱਡੂਗਾ ਮੈਂ ਓਏ ਓਏ ਨਿੱਕੇ ਨਿੱਕੇ ਮਾਸੂਮਾਂ ਦਾ ਕੀ ਬਣੂਗਾ ਮੇਰੇ ਬਿਨਾਂ ਮੇਰੇ ਪਿਓ ਦੀ ਸੇਵਾ ਕੌਣ ਕਰੂਗਾ ਮੇਰੀ ਧੀ ਵੀ ਭੱਜ ਜੂ ਚੱਕੋ ਮਹਾਰਾਜ ਚੱਕੋ ਇਹਨੂੰ ਇਹ ਤਾਂ ਸਾਲਾ ਹੋ ਗਿਆ ਸ਼ਰਾਬੀ ਚਲੋ ਇਹਨੂੰ ਘਰੇ ਲੈ ਕੇ ਚੱਲੀਏ ਜੀ ਹੁਣ ਧਰਮੂ ਹੱਥੋਂ ਪਾਈ ਨਾ ਕਰੀ ਮੈਂ ਆਪੇ ਵਗ ਜੂ ਆਪੇ ਵਗ ਜੂ ਮੈਂ ਓਏ ਚੁੱਪ ਕਰਕੇ ਬਹਿ ਜਾ ਚੱਲ ਘਰੇ ਜਾਨਾ ਬਾਈ ਜਾਨਾ ਗੱਲ ਹੋ ਗਈ ਰੋਡੂ ਅੱਜ ਸਕੂਲ ਨਹੀਂ ਆਣਾ ਕੱਲ ਯਾਰ ਸਾਡਾ ਭਾਰ ਤੋਲ ਲਿਆ ਸੀ ਉਹ ਫੇਰ ਕੀ ਹੋ ਗਿਆ ਮੈਨੂੰ ਸ਼ੱਕ ਹੈ ਕਿਤੇ ਭੈਣ ਦੇ ਮਾਸਟਰ ਵੇਚ ਹੀ ਨਾ ਦੇਣ ਨਹੀਂ ਓਏ ਉਹ ਤਾਂ ਡਾਕਟਰ ਚੈੱਕ ਕਰਨ ਆਏ ਸੀ ਯਾਰ ਆ ਸਵਾਲ ਆਉਂਦੇ ਹੀ ਨਹੀਂ ਕੀ ਓਏ ਆਪਰੇਸ਼ਨ ਕਰਨ ਵੇਲੇ ਡਾਕਟਰ ਮਰੀਜ਼ ਨੂੰ ਬੇਹੋਸ਼ ਕਿਉਂ ਕਰਦੇ ਨੇ ਓਏ ਇਸ ਲਈ ਕਿ ਮਰੀਜ਼ ਆਪਰੇਸ਼ਨ ਕਰਨਾ ਹੀ ਨਾ ਸਿੱਖ ਜਾਣ ਓਏ 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 ਸਕੂਲ ਵਗ ਜਾਓ ਸਾਲੀ ਕੰਤੀ ਲਾ ਦੋ ਧੋ ਕੇ ਜੰਮ ਲੈਂਦਾ ਮੈਂ ਤਾਂ ਬਾਬਾ ਤਿਆਰ ਆ ਆ ਰੋਡੂ ਦਾ ਹੀ ਮੂਡ ਖਰਾਬ ਆ ਕਿਉਂ ਕੀ ਹੋਇਆ ਉਹ ਤੇਰੇ ਮੂਡ ਨੂੰ ਰੋਡੂ ਉਹ ਤੇਰੀ ਸਭ ਤੋਂ ਵੱਡੀ ਗੰਦੀ ਲਾਜ ਜਾ ਦੇਖ ਕਿਵੇਂ ਸੁਪਨਿਆਂ ਚ ਪ੍ਰਦੂਸ਼ਣ ਫੈਲਾ ਰਿਹਾ Thank you.
कसूर होया दोवां नूं सरूर होए दोवें मजबूर हुण मिलिया करांगे सरआम सोणिए प्यार करिया करांगे सुबह शाम सोणिए प्यार करिया करांगे सुबह शाम सोणिए सदा नाम तेरा रेत ते नैना चो पिला दे मैनु जाम सोनिए प्यार करिया करांगे सुबह शाम सोनिए प्यार करिया करांगे सुबह शाम सोनिए देख साला सपने च की लुचपने करता है ओए करता नजारा खराब ओए देख जुत्ती मार ठुड्डा मार पर मेरे सपने च ना दखल अंदाजी ना देई सियाणा बयाणा मुंडे खुंडियां दे सपने भंग करदा फिरदा जे मारी ना डांग भज तेनु थां नहीं थौणी ए डुपली गेट जे बंदे ने अड तपा ले शरीर भी बदल गया पर आदतां नहीं इहदियां बदलियां ओए सालियो कोई कम कार कर लो सौदा मुक्या पिया सेवा कर लो क्यों थोड़े कर्म माड़े ने चल ओए अपने वालों फुल मुकम्मल बंदिया कम करन दी कोशिश कर ले जी तू देसी घी दा पीपा जरूर लेके आई कड़ाह तां बाला ही खांदे ने कल एडी बड़ी कड़ाही भर के बनाई सी कड़ाह दी सारी खा गए और कुछ मंगवाना है ता दस नाले गल सुनो बदल भी सब्जी बनाई अब पैसे तां घट घट ने गे करना नहीं है मिला दा। ल, आरतियां ने फड़ ली कुछ नहीं हुंदा जे सिर चढ़ भी गए पैसे ता हत्थां दी मैल ने साधु महात्मा दी सेवा ता किस्मत वालेयां नूं नसीब हुंदी है चंगा फिर मैं जाना तू खीर धर ली अज ओए जोड़ी जदों जवारे चढ़दी थानू वेख गवांडण सड़दी आ चक भाभी आ साग धर दे करा मैं मक्की दे आटे दा गट्टा लैणा जाके दुकान तों लो कल गुप्ता अंकल कहंदे मैं ता साग खाणा है फिर मैं बलवीरो के घरों लेके आई चल चंगा मैं जाना पैरी पहनी है धन भाग साडे आजो बैठो जी मैं चाह बना के लियानी है बस बस बालके मैं तो लंगी जा रही सी मैं सोचिया सिंदर नु मिल जावा पर देसी बैबू जी ने नहीं आंदे सीढ़ियां खरीदन गए ने जी फिल्मा दिया आज मैं खीर बनाऊं ओना नु कहना मेरे डेरे ते ही रोटी खान मैं अपना जीवन सफला करना चाहनी हां चंगा कह दूंगी जी बाकी ओना दी इच्छा नाले खीर पतीले च ना बनायो देगे च बनायो ता बाड़े खुले ने खान पीन लई बहुत ही ताकत होनी है कल मलन की मैं ऐसे खूच डिग पी सिंगा तो फड़ के बाहर कड़ती वो भी एक हाथ नाल है मैं मर गई इतनी ताकत
ਲੈ ਹੋਰ ਸੁਣ ਲਾ, ਅੱਜ ਤੜਕਿਓ ਗਲੀ 'ਚ ਟਰੱਕ ਖੜਾ ਸੀ ਬਿੱਕਰ ਉਹਨਾਂ ਦਾ, ਕਾਲੇ ਨੇ ਰੇੜਾ ਲੰਘਾਉਣਾ ਸੀ, ਖੁਰਪੇ ਨਾਲ ਟਰੱਕ ਚੱਕ ਕੇ ਦੂਈ ਗਲੀ 'ਚ ਧਰਤਾ। ਲੈ ਹੁਣ ਤੂੰ ਕਿਹੜੇ ਖਿਆਲਾਂ 'ਚ ਖੋ ਗਈ? ਖੇਦੀ ਅੱਜ ਰੋਟੀ ਮੇਰੇ ਘਰੇ ਖਾਣ। ਹਮ ਨਹੀਂ ਛੋੜੇਂਗੇ, ਛੋੜੇਂਗੇ ਦਮ ਅਗਰ ਤੇਰਾ ਸਾਥ ਨਾ ਛੋੜੇਂਗੇ। ਦੇਖੋ ਕਿਵੇਂ ਮੋਟਰਸਾਈਕਲ ਨੂੰ ਤੂੜੀ ਵਾਲਾ ਗੱਡਾ ਬਣਾ ਰੱਖਿਆ। ਆ ਕੱਟੋ ਜਨਾਬ ਚਲਾਣਾ ਇਹਨਾਂ ਦਾ। ਕਿੱਧਰ ਨੂੰ ਬੁੱਥਾ ਚੱਕੀ ਆਉਂਦੇ ਓਏ ਸਾਲਿਓ, ਪੰਜ ਪੰਜ ਚੜੇ ਆਉਂਦੇ ਹੋ? ਇਹ ਤਾਂ ਛੇ ਵੀ ਖਿੱਚ ਲੈਂਦਾ। ਅੱਛਾ, ਤੇਰੇ ਛੇ ਖਿੱਚ ਲੈਂਦਾ, ਤੇਰੇ ਪਿਓ ਦਾ ਰਾਜ ਹੈ। ਵੇਖ ਓਏ ਕਿਵੇਂ ਸਾਲਿਆਂ ਨੇ ਫੈਸ਼ਨ ਬਣਾਇਆ ਹੈ। ਚਮੁੰਡਾ ਸ਼ਾਂਤੀ ਮਹਾਰਾਜ ਸ਼ਾਂਤੀ। ਓਏ ਗੁਪਤੇ, ਇਹ ਪਾਪੀ ਪੁਰਸ਼ ਮੇਰੀ ਤਾਰੀਫ ਕਰ ਰਿਹਾ ਇੱਕ ਬੇਇੱਜ਼ਤੀ। ਮੈਨੂੰ ਲੱਗ ਰਿਹਾ ਮਹਾਰਾਜ ਇਹ ਤੁਹਾਡੀ ਬੇਇੱਜ਼ਤੀ ਕਰ ਰਿਹਾ। ਇਹ ਬਹੁਤ ਹੀ ਘਟੀਆ ਕਿਸਮ ਦਾ ਇਨਸਾਨ ਹੈ, ਰਿਸ਼ਵਤ ਖੋਰ, ਗਨਗੋਰ ਪਾਪ ਮਹਾਰਾਜ, ਗਨਗੋਰ ਪਾਪ। ਉਹ ਨਾ ਜਨਾਬ, ਉਹ ਜਨਾਬ ਜਨਾਬ ਮਾਫੀ ਦੇ ਦਿਓ ਜੀ, ਅੱਗੇ ਤੋਂ ਨਹੀਂ ਚੜ੍ਹਦੇ ਜੀ, ਨਾਲੇ ਤਾਂ ਸਾਡੇ ਪ੍ਰਾਹੁਣੇ ਨੇ ਜੀ, ਸਾਡੇ ਗੈਸਟ ਆਏ ਹੋਏ ਨੇ ਜੀ। ਤਾਂ ਕੱਟੋ ਇਹਨਾਂ ਦੇ ਚਲਾਣ, ਤੇ ਤੂੰ ਮੈਨੂੰ ਲਾਇਸੈਂਸ ਵਿਖਾਓ। ਚਮੁੰਡਾ, ਇਹ ਪਾਪੀ ਪੁਰਸ਼ ਕੀ ਮੰਗ ਰਿਹਾ? ਮਹਾਰਾਜ ਇਹ ਕੋਈ ਵਸਤੂ ਮੰਗ ਰਿਹਾ। ਉਹ ਜਨਾਬ ਮਾਫੀ ਦੇ ਦਿਓ ਜੀ। ਦੇ ਦਿਓ ਤੁਹਾਨੂੰ ਮਾਫੀ, ਕੰਮ ਜੋ ਬੜੇ ਚੰਗੇ ਕਰਦੇ ਪਏ ਹੋ, ਮਾਫੀ ਦੇ ਦਿਓ। ਨਾ ਤੁਹਾਡੇ ਕੋਲ ਕਾਗਜ਼ ਹੈ, ਨਾ ਤੁਹਾਡੇ ਕੋਲ ਲਾਇਸੈਂਸ ਹੈ। ਲੈ ਜਾਓ ਇਹਨਾਂ ਨੂੰ ਥਾਣੇ, ਚੰਗੀ ਤਰ੍ਹਾਂ ਜਾ ਕੇ ਕਰੋ ਇਹਨਾਂ ਦੀ ਸੇਵਾ, ਦੇ ਦਿਓ ਇਹਨਾਂ ਨੂੰ ਮਾਫੀ। ਰੋਡੂ, ਥਾਣੇ ਲਿਜਾ ਕੇ ਸੇਵਾ ਹੋਵੇਗੀ? ਯਾਨੀ ਕਿ ਮਹਾਰਾਜ ਖੀਰ ਪ੍ਰਸਾਦ ਮਿਲੇਗਾ, ਖੀਰ ਪ੍ਰਸਾਦ। ਭੈਣ ਤੇਰੇ ਦਿਆ, ਇਹ ਦੂਜੀ ਸੇਵਾ ਕਹਿੰਦੇ ਨੇ। ਅੱਛਾ ਅੱਛਾ, ਮਹਾਰਾਜ ਮੈਨੂੰ ਲੱਗਦਾ ਇਹ ਮਾਸਾਹਾਰੀ ਬੰਦੇ ਨੇ। ਓਏ ਇਹ ਚਿੱਤੜਾਂ ਦੇ ਪਪਟੇ ਲਾਉਣਗੇ। ਅੱਛਾ, ਮੈਂ ਦੇਖ ਕੇ ਕੰਮ ਨਵੇੜ, ਇਹ ਮਰਵਾ ਦੇਣਗੇ। ਕੀ ਕੁਸਰ ਮੁਸਰ ਕਰੀ ਜਾਂਦੇ ਓਏ। ਓ ਜਨਾਬ ਤੁਸੀਂ ਗੱਲ ਤਾਂ ਸੁਣੋ ਜੀ, ਤੁਸੀਂ ਐਂ ਕਰੋ, ਆ ਲਓ ਚਾਹ ਪਾਣੀ ਤੇ ਸਾਨੂੰ ਜਾਣ ਦਿਓ ਜੀ। ਕੀ ਕਰੀ ਜਾਣ ਦਿਆ ਤੂੰ? ਰੁਪਈਆ ਸੌ ਜਣੇ ਪੰਜ ਤੇ ਰੁਪਈਆ ਸੌ, ਵੇਖ ਕਿੰਨੇ ਬੰਦੇ ਇਹ, ਲੈ ਜਾਓ ਫੜ ਕੇ ਹੁਣ ਥਾਣੇ, ਨਹੀਂ ਤਾਂ 500 ਰੁਪਈਆ ਲੱਗੂ। ਉਹ ਤੁਸੀਂ ਆਹ ਲਓ ਜੀ 500, ਸਾਡਾ ਖਿਹੜਾ ਛੱਡੋ। ਓਏ ਰੋਠੂ, ਇਹ ਕੀ ਕਰ ਰਿਹਾ? ਰਿਸ਼ਵਤ ਦੇ ਰਿਹਾ, ਪੈਸੇ ਲਏ ਬਿਨਾ ਨਹੀਂ ਛੱਡਦੇ ਭੈਣ ਦੇਣੇ ਦੇ ਉਰੇ। ਮਹਾਰਾਜ ਰਿਸ਼ਵਤ, ਮਹਾਪਾਪੀ ਪੁਰਸ਼, ਸ਼ੇਮ ਸ਼ੇਮ ਮਹਾਰਾਜ। ਚਮੁੰਡਾ, ਉਹ ਤੁਸੀਂ ਜੀ ਐਵੇਂ ਨਾ ਗਰਮ ਹੋ, ਇੱਥੇ ਤਾਂ ਰਿਸ਼ਵਤ ਦਿੱਤੇ ਦਿੱਤੇ ਬਿਨਾ ਕੋਈ ਕੰਮ ਨਹੀਂ ਹੁੰਦਾ। ਪੈਸੇ ਨਾਲ ਤਾਂ ਲੋਕ ਉਰੇ ਭਗਵਾਨ ਨੂੰ ਵੀ ਖਰੀਦ ਲੈਂਦੇ ਨੇ, ਉਹ ਨਾਲੇ ਇਹ ਵਿਚਾਰਾ ਰਿਸ਼ਵਤ ਲਊ ਗਈ ਜਦੋਂ ਇਹ ਆਪ ਰਿਸ਼ਵਤ ਦੇ ਕੇ ਭਰਤੀ ਹੋਇਆ ਹੋਇਆ। ਓਏ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਮੈਂ ਰਿਸ਼ਵਤ ਦੇਣ ਤੇ ਲੈਣ ਵਾਲਿਆਂ ਨਾਲ ਉੱਪਰ ਜਾ ਕੇ ਬਹੁਤ ਭੈੜੀ ਕਰਦਾ। ਜਨਾਬ ਹੁਣ ਤਾਂ ਅਸੀਂ ਤੁਹਾਡਾ ਢਿੱਡ ਭਰਤਾ ਜੀ, ਹੁਣ ਤਾਂ ਪੰਜੇ ਚੜ ਕੇ ਵਗ ਜਾਈਏ। ਉਹ ਪੰਜ ਛੱਡ ਕੇ ਛੇ ਚੜ ਜਾਉਣ ਤਾਂ ਸ਼ੇਰੋ, ਨਾਲੇ ਤੁਹਾਡਾ ਹੀ ਨਾਕਾ ਹੈ, ਆਉਂਦੇ ਜਾਂਦੇ ਰਿਹਾ ਜੇ। ਠੀਕ ਹੈ ਜੀ, ਚਲੋ ਬਈ ਚਮੁੰਡਾ। ਮਹਾਰਾਜ ਮੇਰਾ ਜਾਣ ਨੂੰ ਬਿਲਕੁਲ ਦਿਲ ਨਹੀਂ ਕਰਦਾ, ਰੋਡੂ ਹੋਰਾਂ ਬਗੈਰ ਮੇਰਾ ਜੀ ਨਹੀਂ ਲੱਗਣਾ। ਓਏ ਜੀ ਤਾਂ ਮੇਰਾ ਵੀ ਨਹੀਂ ਕਰਦਾ ਗੁਪਤੇ, ਪਰ ਹੁਣ ਜਾਣਾ ਤਾਂ ਪੈਣਾ ਹੀ ਹੈ। ਪੁੱਛਰੋ ਵੀ ਵਿਚਾਰੀ ਅੰਦਰ ਵੜ ਕੇ ਰੋ ਰਹੀ ਹੈ ਮਹਾਰਾਜ। ਗੁਪਤੇ ਮੈਂ ਉਹਨੂੰ ਬੜਾ ਸਮਝਾਇਆ ਪਰ ਉਹ ਸਮਝਦੀ ਨਹੀਂ। ਲਓ ਮਹਾਰਾਜ ਤੁਹਾਡੇ ਪਸੰਦ ਦੀਆਂ ਫਿਲਮਾਂ ਜੀ। ਮਹਾਰਾਜ ਮੈਂ ਸਾਰੇ ਦੇਵੀ ਦੇਵਤਿਆਂ ਨੂੰ ਵਿਖਾਵਾਂਗਾ ਇੰਦਰ ਦੇ ਅਖਾੜੇ ਵਿੱਚ ਕਿਹੜੀਆਂ ਇਹੋ ਜਿਹੀਆਂ ਪਰੀਆਂ ਨੇ, ਜਦੋਂ ਐਸ਼ਵਰੀਆ ਰਾਏ ਦੀਆਂ ਫਿਲਮਾਂ ਵਿਖਾਈਆਂ ਸਭ ਕੁਝ ਭੁੱਲ ਜਾਣਗੇ, ਮਾਧੁਰੀ ਦੀ ਤਾਂ ਪੱਕਾ ਹੀ ਆਸ਼ਕ ਹੋ ਜੂ। ਆਏ ਦਿਲ ਮੰਗੇ ਮੋਰ। ਆ ਲਓ ਮਹਾਰਾਜ ਰੋਟੀ, ਰਸਤੇ ਵਿੱਚ ਭੁੱਖ ਲੱਗੂਗੀ। ਸਾਤੋਂ ਨਿਮਾਣਿਆਂ ਤੋਂ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਮਹਾਰਾਜ। ਬੇਟੀ ਤੇਰੇ ਹੱਥ ਦਾ ਬਣਾਇਆ ਸਰੋਂ ਦਾ ਸਾਗ, ਮੱਕੀ ਦੀ ਰੋਟੀ, ਮੱਖਣ, ਲੱਸੀ, ਪੁਦੀਨੇ ਦੀ ਚਟਨੀ ਸਾਨੂੰ ਕਦੇ ਨਹੀਂ ਭੁੱਲਣੀ, ਤੇ ਆ ਇੰਨੇ ਸੋਹਣੇ ਕੱਪੜੇ ਤੂੰ ਆਪਣੇ ਹੱਥੀ ਸੀਤੇ ਨੇ। ਇਹ ਕੀ ਗੱਲ ਭਗਤਾ, ਤੂੰ ਹਲੇ ਤੱਕ ਤਿਆਰ ਨਹੀਂ ਹੋਇਆ, ਤੂੰ ਜਾਣਾ ਨਹੀਂ? ਮੈਂ ਕੀ ਕਰੂੰਗਾ, ਨਾ ਮੇਰਾ ਜਾਇ ਬਣਾ ਸਰਦਾ ਨਹੀਂ, ਮੈਂ ਨਹੀਂ ਜਾਂਦਾ ਜੁੰਦਾ ਹੈਗਾ। ਵੇਖ ਧਰਤੀ ਇੱਧਰ ਤੋਂ ਉੱਧਰ ਘੁੰਮ ਸਕਦੀ ਹੈ ਪਰ ਤੈਨੂੰ ਸਾਡੇ ਨਾਲ ਜਾਣਾ ਹੀ ਪਵੇਗਾ। ਮਹਾਰਾਜ ਆ ਖੋਏ ਦੀਆਂ ਪਿੰਨੀਆਂ ਮੈਂ ਆਪਣੇ ਹੱਥੀਂ ਬਣਾਈਆਂ ਨੇ, ਤੁਹਾਨੂੰ ਅੰਬ ਦਾ ਅਚਾਰ ਬਹੁਤ ਪਸੰਦ ਹੈ ਨਾ, ਆ ਅੰਬ ਦਾ ਅਚਾਰ ਵੀ ਹੈ। ਅਸੀਂ ਤੇਰੀ ਸੇਵਾ ਤੋਂ ਬੜੇ ਪ੍ਰਸੰਨ ਹੋਏ ਹਾਂ, ਮੰਗ ਧੀਏ ਮੰਗ ਜੋ ਮੰਗਣਾ। ਮਹਾਰਾਜ
जद धी बना लिया फिर होर की मंगा। धियां तो मापियां तो मंगदियां नहीं थकदियां ते मापे दिंदे नहीं थकदे तीए मंग। महाराज औरत नू सब तो प्यारा उसका सुहाग हुंदा है। भला होवे बुरा होवे उसका पति उसलिए रब हुंदा है। मैनू मेरा सुहाग वापस कर दियो महाराज वापस कर दियो। ए कदे नहीं हो सकदा तीए हे तू की मंग लिया साडे कोलों। कुछ भी होवे हेनू ते साडे नाल जाना ही पैना है। नहीं महाराज सुलोचना भी तो अपने पति नू स्वर्गा चो वापस ले आई सी। महाराज एक पति वरता औरत दा विश्वास ना तोड़ो। मैं भी इत्थे आके तेरा फेरी करनी सीख गया। मैं आपे कागज इधर उधर करके किसी होर दी उमरे नू ला दूं। महाराज तुहाडे हाथ विच सब कुछ है जी। महाराज तुसी की नहीं कर सकदे तुहाडी उपर किन्नी चलदी है। भैन तरणा दा जणा खणा तो डरदा। हाँ जी महाराज तुसी तां परलोक दे मालक हो जी तुसी की नहीं कर सकदे जी। इस पृथ्वी ते पैसिया दी रिश्वत चलदी है पर तुसी सारिया ने मैनू प्यार दी रिश्वत नाल खरीद लिया। जा बेटी तू सदा सुहागन रहे। चलो भी मुंडियो बेदा करिए। पिंड वासियो सचमुच ही पिंडां च रब दा वासा है। इत्थे आ के देखिया किवें लोक एक दूजे दे दुख सुख बंडाउंदे ने। असी प्यार बारे कुछ नहीं सी जानदे इत्थे आ के सानू प्यार दी परिभाषा समझ आई है। मैं सदा ऋणी रहांगा कहले बुढ़े दी फैमिली दा जिन्हें साडी अत्यंत सेवा कीती ते साडी धर्म दी ती सिंदर इन्हें तो दिन रात सौंके भी नहीं देखिया बस साडी सेवा च लगी रही है। ये फैमिली लगता है हुण सुधर जाएगी। नहीं महाराज मैनू पता है मेरी फैमिली कदे नहीं सुधरनी। हाँ कोशिश जरूर करूगी। महाराज तुसी ऐं दसो यह बंदा आप दे आप नू कैला बुढ़ा समझदा ये है कौन? कैला बुढ़ा तो मर चुके है उहदा कतल होया महाराज। हाँ महाराज पिंड का कोई बंदा भी यह मन नू तैयार नहीं भी मैं कैला बुढ़ा खुद मेरी गंदी लाद नहीं मानती पर हुण मन्नणगे। जदों पापां दा घड़ा भर जावे तां उह डुल जांदा है। इहदे पाप हुण इन्ने वध गए सन इहनूं मरना ही पैणा सी। मैनूं निक्के निक्के बच्चिआं ने मजबूर कीता इहदे शरीर च मैनूं कैले बुढ़े दी आत्मा पौणी पई। ऐं किवें हो सकदा जी? इस तरह हो तां नहीं सकदा पर बच्चे रब दा रूप हुंदे ने कई बार इन्हां दी मननी पैंदी है सो यही कैला बुढ़ा है। महाराज ये तो सानू जाली जा प्यो लगता है जी। मनन नू दिल तां नहीं करदा पर थोड़ा हुक्म सिर मत्थे जी। महाराज महाराज बड़ी दूर तो आई है मैं महाराज मेरा पुत्र मैनू वापस करो महाराज मुरादा मंग मंग के लिया सी मैं पुत्र तुसी उसनू लै गए उसने कोई पाप नहीं किया सी महाराज बड़ा भोला सी मेरा नाम। तेरे पुत्र ने बड़े पाप किते सी माई पिछले जन्म च? जी मैं पिछले जन्म च कोई पाप किया सी? नहीं तू कोई पाप नहीं किया सी। फिर मैनू किस जन्म दी सजा मिल रही है? इस जन्म च मैं रब दा बड़ा सिमरन कीता कोई पाप नहीं कीता मैं। इस लई फिर तैनू कोई सजा नहीं मिली माई? वाह जी दा कल्ला गब्बरू पुत मर जे ओ मां ना जोंदिया धुंदिया ना मोया मैं ता रो रो के अन्नी हो गई। मेरे बुढ़ापे दा सहारा तुसी खो लिया घर च कला ही कमाण वाला सी मेरा पुत। मैं बुरकी बुरकी नू तरस रही हां दर दर दिया ठोकरा खा रही हां ये कोई सजा नहीं महाराज। महाराज एक ही पाप कोई होर करे ते सजा कोई होर भुगते ये कैसे दस्तूर ने तुहाडे? ये लोग पिछले जन्मां नू नहीं जानते महाराज। धर्म के नाँ ते दंगे कराउण वाले
हजारां जानां लै के भी सुख की जिंदगी बतीत करते ने धीआं नूं जम्मण तों पहलां मारिया जांदा दाज पिछे जिउंदियां धीआं नूं तेल पा के साड़िया जांदा जी महाराज जो इस जन्म च पाप करदा ओदी सजा इसे जन्म च मिलनी चाहिंदी है बस चेत्या बस हुण तुसीं मेरियां अखां खोल दित्तियां जो मनुख पाप करेगा ओदी सजा ओनू इसे जन्म च मिलिया करेगी जो किसी का भला करेगा ओदा फल भी ओनू इसे जन्म च मिलिया करेगा पर एक गल याद रखियो मरना अटल सच्चाई है ते जीवना झूठ है परमात्मा भी ओना दी मदद करदा है जो लोग दूजिया दी मदद करदे ने पैण देने दियो साडा जी नहीं लगना बहुत याद आओगे डोंट वेरी बी हैप्पी टेक ऑफ हौसला फोटो स्टेट माय सन मेरा भी दिल नहीं लगना थोड़े बिना देखियो आड़ियो भुल ना जायो मैं तुहानू दोनों नू कदे नहीं भुल सकदा कदे नहीं भुल सकदा महाराज जे साडे तो कोई गलती हो गई होवे तां माफ कर दियो पिंड वासियो सारे मिल के रहो एकता विच बहुत बरकत है सो जदों कदे भी कहले बुढ़े दी फैमिली ते पीड़ पवेगी मैनू याद करियो मैं जरूर आवांगा जरूर आवांगा बस 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 गुप्ते बस बस जाना पैण बस चिट्ठी तो बाहरों आई है वो देख ले किते बिचो मेवे ना निकल आवे चुप कर आ है फ्रॉम जोगा सिंह जगाड़ी USA USA ओए ता मेरा बचपन दा लंगोटिया जा रहा है अमरीका तो हैं ओए ये ता बड़ा साइंसदान बन गया थी देख देखी पढ़ की लिखा करी छेती तने पढ़ ओ पढ़दा पढ़दा पढ़ 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 हे आले प्यारे दोस्त कहले सत श्री अकाल सत श्री अकाल सत श्री अकाल हां जी हां जी ए अगे पढ़दा है अगे समाचार ए है के मैं इंडिया आ रहा मैं एक अजेहिया गोलियां तैयार कीतियां ने जो बुड्ढे नू जवान ते जवान नू बुड्ढा बंदे नू जनानी ते बंदे दा कुत्ता गधा भी बना दिंदियां ने बल्ले बल्ले सो मैं यह एक्सपेरिमेंट करन आ रहा इंडिया मेरा इंडिया च होर कोई नहीं मैं तेरे घर ही रहांगा मेरे मेरी फ्लैट तीन है बल्ले मेरे वालों तेरी फैमिली नु सत श्री अकाल ते बच्चियां नु प्यार ओए मुंडियो आ रहा है मेरा आड़ी जोगा सिंह जगाड़ी रा ओ जट नी डरदा किसे दा ओ भुक्कू अज सारे पिंड नु भुक्कू अज भी डरदा जट पता पू चंद तेनू हुण चाड़ के दिखाऊंगा जट चाड़ूगा चंद जट ओए अंदर की लुक गए ओए अंदर बढ़ गए हुण गुंडे लाले डर के जट तो ओए जिथे मर्जी लुक जो मैं तो तेनू पताल चो भी कढ़ लूंगा बापू बापू तू बंदूक चके ले अपनी अपने आज दुश्मन दी भाजी मोड़नी आ ओए किदी भाजी मोड़ेगा भाजी मोड़न ता तेनू सारी उम्र लंघ जू किदी भाजी मोड़ेगा तू मेरी गल सुन मैं पिंड दे नाल तेनू भी फूक दूं ओ टैंकी ते चढ़ के ग्रेनेड चलाऊंगा सन्नी देओल ओए कुत्ते मांगू भौंकी जाना
ਗੱਲ ਦੱਸ ਕੀ ਹੋ ਗਈ? ਕਿਸੇ ਦਾ ਕੋਈ ਕਸੂਰ ਨਹੀਂ, ਸਾਰਾ ਕਸੂਰ ਤਾਂ ਤੇਰੀ ਗੰਦੀ ਲਾਤ ਦਾ। ਬਰਾਚਨ ਤੋਂ ਪਹਿਲੀ ਪੈਗ ਲਾ ਲਿਆ ਸੀ, ਅੱਜ ਤਾਂ ਪਹਿਲੀ ਸਮਝ ਗਏ ਤੇ, ਅੱਜ ਇਹ ਛੇਤਰ ਖਾ ਕੇ ਰਹੂ। ਮੈਂ ਤਾਂ ਕਿਹਾ ਸੀ ਇਹਨੂੰ ਬਰਾਤ ਨਾ ਤੋਰੋ ਨਾ ਤੋਰੋ, ਤੁਸੀਂ ਕਹਿੰਦੇ ਤਰੀਕੇ ਦਾ ਮਾਮਲਾ। ਓਹੋ, ਉਹ ਕੀ ਗੱਲ ਹੋ ਗਈ, ਲੜ ਪਿਆ ਸੀ ਕਿਸੇ ਨਾਲ ਬਰਾਚ? ਡਾਂਸਰਾਂ ਦਾ ਹੱਥ ਫੜ ਫੜ ਕੇ ਨੱਚਦਾ ਸੀ। ਇੰਨਾ ਗੰਦ ਪਾਇਆ, ਬਸ ਪੁੱਛੀ ਕੁਛ ਨਾ, ਤੂੰ ਦੱਸ ਰੋਡੂ। ਮੈਨੂੰ ਤਾਂ ਦੱਸ ਦੇ ਨੂੰ ਸ਼ਰਮ ਆਉਂਦੀ ਆ। ਓਏ ਹੁਣ ਕੋਈ ਦੱਸੂਗਾ ਵੀ ਕੋਈ ਵੀ ਕੀ ਗੱਲ ਹੋ ਗਈ? ਡਾਂਸਰਾਂ ਨਾਲ ਨੱਚਦੇ ਨੱਚਦੇ ਇੱਕ ਡਾਂਸਰ ਦੇ ਚੁੰਡੀ ਵੱਜ ਲਈ, ਫੇਰ ਹੋ ਗਿਆ ਸ਼ੁਰੂ ਕੁਟਾਪਾ। ਮੁੰਡੇ ਵਾਲੇ ਨੇ ਕੁੱਟਿਆ, ਹੋਰ ਤਾਂ ਹੋਰ ਕੁੜੀ ਵਾਲੇ ਨੇ ਵੀ ਕੁੱਟਿਆ, ਹੋਰ ਤਾਂ ਹੋਰ ਸਾਰੇ ਵੇਟਰਾਂ ਨੇ ਵੀ ਕੁੱਟਿਆ, ਬਾਪੂ ਵਾਜੇ ਵਾਲਿਆਂ ਨੇ ਵੀ ਕੁੱਟਿਆ। ਮੇਰਿਆ ਸਾਲਿਆ, ਅੱਗੇ ਨਾ ਬਣੀ ਕਤਲ ਹੋ ਜਾਂਦੇ ਹੁੰਦੇ ਨੇ, ਇਹਨੂੰ ਮੈਂ ਕਰਾਉਣਾ ਕਤਲ। ਹਲ ਹਲ ਹਲ, ਮੇਰਾ ਸਾਲਾ ਕੁੜੀਆਂ ਛੇੜਦਾ, ਹਲ ਹਲ ਹੁਣ ਦੱਸਣਾ ਦੋਤਰਾ, ਹਲ ਹਲ। ਤੈ ਨਹੀਂ ਕਦੇ ਕੋਈ ਪੱਤਰਕਾਰਾ ਕਰਿਆ ਕਿ ਮੈਂ ਬੋਕ ਟੱਟਦਾ ਸਾਲਾ ਥੁੱਕਲ ਕੁਜਾ। ਯਾਰ ਇਹ ਬੰਦਾ ਕਦੇ ਨਹੀਂ ਸੁਧਰਦਾ। ਕੋਈ ਨਾ ਬੁੜਿਆ, ਆ ਟੱਕੀ ਤੇ ਚੜ ਕੇ ਥੱਲੇ ਛਾਲ ਮਾਰੂ, ਪੱਕੇ ਤੌਰ ਤੇ ਮਰੂਗਾ ਜੱਟ। ਜੱਟ ਨਾ ਕਹੀ ਜੇ ਨਾ ਮਰਿਆ, ਯਾਰ ਮੈਂ ਕਿਉਂ ਮਰਾਂ ਜੱਟ ਮਰੇ ਹੈ। ਚੱਲ ਬਈ ਆਪਣੇ ਵੱਲੋਂ 200% ਮੁਕੰਮਲ ਬੰਦਿਆ, ਲੈ ਬਈ ਨਜ਼ਾਰੇ। ਸਾਡੀ ਦਿਨ ਵਰ ਕੀ ਬਰਾਤ ਹੋਵੇ, ਸਾਡੀ ਦਿਨ ਵਰ ਕੀ ਬਰਾਤ ਹੋਵੇ, ਬਿਨਾ ਬਦਲਾ ਤੋਂ ਬਰਸਾਤ ਹੋਵੇ, ਬਿਨਾ ਬਦਲਾ ਤੋਂ ਬਰਸਾਤ ਹੋਵੇ। ਆਪੋ ਤੇ ਚੱਲੀਏ ਜਿੱਥੇ ਬੰਦਾ ਨਾ ਬੰਦੇ ਦੀ ਜਾਤ ਹੋਵੇ, ਸਾਡੀ ਦਿਨ ਵਰ ਕੀ ਬਰਾਤ ਹੋਵੇ, ਸਾਡੀ ਦਿਨ ਵਰ ਕੀ ਬਰਾਤ ਹੋਵੇ। ਸਾਡੀ ਦਿਨ ਵਰਗੀ ਬਰਾਤ ਹੋਵੇ, ਸਾਡੀ ਦਿਨ ਵਰਗੀ ਬਰਾਤ।
ਹੋਵੇ ਸਾਡੀ ਦਿਨ ਵਰਗੀ ਸਾਰੇ ਜਹਾਨ ਦਾ ਲੁੱਚਾ ਹੈ ਬਗਾਨੀਆਂ ਤੀਵੀਆਂ ਨੂੰ ਪਹਾੜਾਂ ਤੇ ਲਈ ਫਿਰਦਾ ਹੈ ਨਿੱਤ ਨਵੀਆਂ ਦੇ ਸੁਪਨੇ ਲੈਂਦਾ ਮੈਂ ਗਾਜਰ ਵਰਗੀ ਤੈਨੂੰ ਨਜ਼ਰ ਨਹੀਂ ਆਉਂਦੀ ਆ ਗਾਜਰ ਵਰਗੀ ਦੇਖ ਲੋ ਸਾਲੀ ਪੱਕੀ ਹੋਈ ਸੁੰਡ ਵਾਲੀ ਭਿੰਡੀ ਸੁੱਤਾ ਰਹਿ ਜਾਏਗਾ ਜਿਵੇਂ ਮੇਰੀਆਂ ਅੰਦਰ ਤੜਫਾਉਣਾ ਨਾ ਐਵੇਂ ਤੂੰ ਤੜਫੇਗਾ ਕੀੜੇ ਪੈਣਗੇ ਕੀੜੇ ਉਹ ਮਾਰੀ ਨਾ ਜੇ ਬੱਖੀ ਚ ਮੁੱਕੀ ਮੇਰੇ ਸਿਰ ਤੇ ਰਾਤ ਪਾ ਦੂੰ ਰਾਤ ਹੱਥ ਨਾ ਲਾ ਦੀ ਮੈਨੂੰ ਕਿਤੇ ਕਿਉਂ ਤੇਰਾ ਸੌਦਾ ਹੋਇਆ ਹੋਇਆ ਸੌਦਾ ਤੁਹਾਡੇ ਖਾਨਦਾਨ ਚ ਹੁੰਦੇ ਨੇ ਸਾਡੇ ਨਹੀਂ ਅਸੀਂ ਤਾਂ ਇੱਜ਼ਤ ਵਾਲੇ ਆ ਜੈਲਦਾਰ ਹੁੰਨੇ ਜੈਲਦਾਰ ਉਹ ਜਾਣਦਾ ਤੁਹਾਡੀ ਇੱਜ਼ਤ ਨੂੰ ਸਾਲੇ ਇੱਕ ਨੰਬਰ ਦੇ ਚੋਰ ਲੱਗ ਵੇ ਅਸੀਂ ਨੱਖ ਹੁੰਨੇ ਨੱਖ ਤੁਸੀਂ ਅਨਪੜ੍ਹ ਗਵਾਰ ਹੈ ਸਾਡੀ ਸਾਰੀ ਫੈਮਿਲੀ ਪੜ੍ਹੀ ਲਿਖੀ ਮੇਰੇ ਵੱਡੇ ਭਰਾ ਨੇ ਐਮ ਏ ਕੀਤਾ ਛੋਟੇ ਨੇ ਬੀ ਏ ਕੀਤਾ ਤੇ ਤੇਰੀ ਮਾਂ ਨੇ ਗੁੱਸੇ ਚ ਆ ਕੇ ਫਿਰ ਹੈਡ ਮਾਸਟਰ ਕਰਿਆ ਉਹਨੂੰ ਛੱਡ ਕੇ ਫਿਰ ਨਚਾਰ ਕਰਿਆ ਤੇਰਾ ਬੇੜਾ ਬਹਿ ਜਾ ਮਰ ਜਾਣੇ ਦਾ ਹੈ ਮੇਰੇ ਬਖਤਾਵਰ ਜੈਲਦਾਰ ਬਾਪ ਨੂੰ ਤੂੰ ਨਚਾਰ ਦੱਸਦਾ ਮੇਰਾ ਬਾਪ ਤਾਂ ਇਹੋ ਜਿਹਾ ਜੇ ਕਿਸੇ ਵੇਲੇ ਵੇਖ ਲਵੇ ਨਾ ਤਾਂ ਉੱਥੇ ਬੰਦਾ ਥਾਂ ਹੀ ਮਰ ਜਾਂਦਾ ਜਾਣਦਾ ਤੁਹਾਡੀ ਇੱਜ਼ਤ ਨੂੰ ਉਹ ਮੈਨੂੰ ਕੱਲੇ ਨੂੰ ਨਹੀਂ ਆ ਪੂਰੀ ਦੁਨੀਆ ਜਾਣਦੀ ਹੈ ਜੈਦਰਾਂ ਦੇ ਗੰਦੇ ਖਾਨਦਾਨ ਨੂੰ ਹੈ ਪਿਓ ਤੇਰਾ 2 ਰੁਪਏ ਤੇ 200 ਟੁੰਕੇ ਲਾਉਂਦਾ ਹੈ ਬੱਤੀ ਆਈ ਹੈ ਅੱਜ ਮੈਂ ਦੇਖੀ ਤੈਨੂੰ ਮਾਰ ਕੇ ਦਿਖਾਉਂਗੀ ਦੇਖੀ ਜੇ ਤੈਨੂੰ ਰੰਡਾ ਨਾ ਕਰਕੇ ਗਈ ਤਾਂ ਮੈਨੂੰ ਵੀ ਜੈਦਰਾਂ ਦੀ ਨਾ ਆਖੀ ਮੈਂ ਕਰੰਟ ਲਾ ਕੇ ਮਰੂੰਗੀ ਚੰਗਾ ਉਹ ਕਰਦੀ ਲੈ ਨਾ ਤੈਨੂੰ ਕੁਝ ਨਹੀਂ ਹੋਣਾ ਮੈਂ ਤਾਂ ਘਰ ਵਿੱਚ ਬੈਠ ਕੇ ਬਗਦਾ ਠੰਡੇ ਵਾਲੇ ਤੂਤਲੇ ਚ ਛਾਲ ਮਾਰ ਜੱਟਰਾ ਸਰ ਨੂੰ ਹੱਥ ਲਾ ਕੇ ਗ੍ਰੈਜ ਚ ਜਾ ਗ੍ਰੈਜ ਚ ਸਾਰੀ ਗੰਦੇ ਖਾਨਦਾਨ ਨੇ ਸਾਰਾ ਨਜ਼ਾਰਾ ਖਰਾਬ ਕਰਤਾ ਚੱਲ ਬਈ ਮਨਾ ਫਿਰ ਉੱਥੇ ਨਜ਼ਾਰੇ ਸ਼ੁਰੂ ਕਰਦੇ ਇਹ ਇਧਰੋਂ ਮੋੜ ਦੇ ਬਾਈ ਇਹ ਕੱਟ ਦੇ ਗੱਡੀ ਟਰਾ ਲਓ ਜੀ ਇਹ ਹੈ ਸਾਡਾ ਪਿੰਡ ਈਲਵਾਲ ਦੇਖੋ ਹੁਣ ਇੱਥੇ ਨਜ਼ਾਰੇ ਇਹ ਉਹ ਦੇਖੀ ਦੇਖੀ ਬਚ ਕੇ ਬਾਈ ਉਹ ਟਰੈਕਟਰ ਚ ਨਾ ਮਾਰੀ ਕਿਤੇ ਪਤੰਦਰਾ ਆਹ ਲੈ ਚੱਲ ਬਚ ਕੇ ਇਹ ਰੂਟ ਚੌਧਰੀ ਦਾ ਟਰੈਕਟਰ ਸੀਗਾ ਹਾਂ ਇਹ ਲੈ ਮਿੱਤਰਾ ਕਿਹੜਾ ਇੱਥੇ ਮਾਰਦੇ ਬ੍ਰੇਕਾਂ ਆ ਜਾਓ ਜੀ ਕਿਹੜਾ ਆ ਗਿਆ ਆਪਣਾ ਘਰ ਉਤਰੋ 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 ਬਚ ਕੇ ਆ ਜਾਓ ਕਿਹੜਾ ਜੀ ਇਸ ਇਜ ਮਾਈ ਹਾਊਸ ਦੇਖੋ ਕਿ ਰੈਨਕਾਂ ਲਾ ਕੇ ਆਹ ਦੇਖਿਆ ਜੀ ਝੱਟ ਫਿਰ ਆ ਜਾਓ ਕਿਹੜਾ ਪੁੱਤਰਾ ਹੁਣ ਦੱਸੇਗਾ ਵੀ ਮੇਰਾ ਯਾਰ ਜੋਗਾ ਸਿੰਘ ਜਗਾੜੀ ਕਿੱਥੇ ਹੈ ਉਹ ਬਾਪੂ ਇਹ ਉਸੇ ਦੇ ਜਗਾੜ ਹੈ ਮੇਰਾ ਮਤਲਬ ਹੈ ਇਹ ਹੈ ਜੋਗੇ ਦਾ ਮੁੰਡਾ ਅਚਾਨਕ ਜੋਗੇ ਦੀ ਤਬੀਅਤ ਖਰਾਬ ਹੋ ਗਈ ਹੋਣੇ ਇਹਨੂੰ ਇੱਥੇ ਭੇਜਤਾ ਅੱਛਾ ਅੰਗਰੇਜ਼ ਉਹਦਾ ਮੁੰਡਾ ਹੈ ਹਾਂ ਓਏ ਮੈਨੂੰ ਪਤਾ ਉਸ ਕੰਜਰ ਦੇ ਪੁੱਤ ਨੇ ਇੱਕ ਮੇਮਣੀ ਨਾਲ ਵਿਆਹ ਕਰਾ ਲਿਆ ਸੀ 25-30 ਸਾਲ ਪਹਿਲਾਂ ਆਈ ਸੀ ਪਿੰਡ 'ਚ ਬਲਾਈ ਸੋਹਣੀ ਸੀ ਓਏ 10 ਦਿਨ ਪਿੰਡ ਦੇ ਮੁੰਡਿਆਂ ਨੇ ਕੰਮ ਦਾ ਡੱਕਾ ਨਹੀਂ ਸੀ ਤੋੜਿਆ ਬਾਪੂ ਇਹ ਹੁਣ ਆਪਣੇ ਘਰੇ ਰਹੂਗਾ ਠੀਕ ਹੈ ਉਹ ਨਾਲੇ ਬਾਈ ਇਹਨੇ ਇਹੋ ਜਿਹੀਆਂ ਗੋਲੀਆਂ ਤਿਆਰ ਕੀਤੀਆਂ ਨੇ ਜਿਹੜੀਆਂ ਬੁੱਢੇ ਨੂੰ ਜਵਾਨ ਪੋਤੇ ਦਾ ਬੰਦਾ ਤੇ ਕੁੜੀ ਦਾ ਮੁੰਡਾ ਬਣਾ ਦਿੰਦੀਆਂ ਨੇ ਅੱਛਾ ਕੁੜੀ ਦਾ ਮੁੰਡਾ ਬਣਾ ਦਿੰਦੀਆਂ ਨੇ ਹਾਂ ਇਹ ਕੌਣ ਹੈ ਓ ਦਿਸ ਇਜ ਗੰਦਾ ਓ ਪੰਜਾਬ ਰੂੜੀ ਮੈਨ ਮਾਈ ਵੱਡਾ ਬ੍ਰਦਰ ਹੈ ਓ ਸਾਡਾ ਪਿਓ ਮਾਈ ਫਾਦਰ ਫਾਦਰ ਹੈਲੋ ਹੈਲੋ ਏ ਓਏ ਇਹਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂ ਸਤਿ ਸ੍ਰੀ ਅਕਾਲ ਹੈਲੋ ਭੈਣ ਦੇਣੇ ਦਿਆ ਹੈਲੋ ਇਹ ਕੌਣ ਹੈ ਇਹ ਮੇਰੇ ਮੁੰਡੇ ਨੇ ਇਹ ਮੇਰਾ ਵੱਡਾ ਮੁੰਡਾ ਇਹ ਮੇਰਾ ਛੋਟਾ ਮੁੰਡਾ ਮੇਰੀ ਲਾਦ ਹੈ ਮਾਈ ਨੇਫਿਊ ਮੇਰੇ ਭਤੀਜੇ ਨੇ ਨਾਲੇ ਬਾਪੂ ਇਹਨੂੰ ਪੰਜਾਬੀ ਬਹੁਤ ਘੱਟ ਆਉਂਦੀ ਹੈ ਉਹ ਇਹਦੀ ਅੰਗਰੇਜ਼ੀ ਤਾਂ ਗੱਡੀ 'ਚ ਮੈਂ ਵੀ ਮਸਾਂ ਹੀ ਸਮਝਿਆ ਸੀਗਾ ਓਏ ਚੰਗਾ ਇਹਨੂੰ ਨਮਾ ਧਮਾ ਕੇ ਤਿਆਰ ਕਰ ਦਿਓ ਓਏ ਨਾਲੇ ਇਹਨੂੰ ਪੰਜਾਬੀ ਸਿਖਾ ਦਿਓ ਬਾਪੂ ਮੈਂ ਇਹਨੂੰ ਗੰਦੀਆਂ ਗਾਲਾਂ ਕੱਢਣੀਆਂ ਸਿਖਾਊਂਗਾ ਉਹ ਚੰਦਰੀ ਗੰਦੀਏ ਲਾਦੇ ਫੇਰ ਸਿਖਾ ਲਈ ਪਹਿਲਾਂ ਇਸ ਕੰਜਰ ਦੇ ਪੁੱਤ ਦਾ ਸਮਾਨ ਤਾਂ ਲਾ ਲਓ ਗੱਡੀ 'ਚੋਂ ਓਏ ਹਾਂ ਉਹ ਮੈਂ ਤਾਂ ਸਮਾਨ ਲਾਉਣਾ ਇਹਦੇ ਬੈਗ ਚੋਂ ਕੀ ਪਤਾ ਮੇਵੇਂ ਨਿਕਲਿਆ ਵੇ ਚਲੋ ਅੰਗਰੇਜ਼ ਜੀ ਨਹਾਇੰਗ ਧੋਇੰਗ ਬਾਥਿੰਗ ਘੁੰਮਿੰਗ ਐਂਡ ਸਲੀਪਿੰਗ ਓਕੇ ਆਜੋ ਚੱਲ ਚੱਲੀਏ ਰੋਡੂ ਆਪਾਂ ਵੀ ਆਜੋ ਆਜ ਦਿਖਾਏਂਗ ਯੂਰ ਬੈਡਰੂਮ ਆਜੋ ਕਮ 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 ਜਵਾਨ ਹੁਣ ਤੱਕ ਤਾਂ ਮੇਰੀ ਚੰਦਰੀ ਗੰਦੀ ਲਾ ਦੀ ਨਜ਼ਾਰੇ ਲੈਂਦੀ ਤੀ ਹਾਏ ਹੁਣ ਤਾਂ ਨਜ਼ਾਰੇ ਲੈਣ ਦੀ ਵਾਰੀ ਮੇਰੀ ਆਈ ਮਰ ਗਿਆ ਆਈ ਚੱਕ ਬਈ ਇਹ ਆ ਮੇਰਾ ਚੱਕ ਬੋਲੇ ਓਏ ਤੂੰ ਜਦ ਨਾ ਵੀ ਬਸ 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 ਬਸ
चक भाई। Cheers! Cheers! यार उन्नी तेनु पाई है, उन्नी तेनु पाई है, मैं कोई लड़ू मिलना यार, मैं बराबर दी पाई है यार। ओ भाई रूप, ए अंग्रेजा दा दारू पीण तो पहला मूर्त होंदा है, ए कहंदे ने कुर्सियां। ओए मेरी गल सुन, एक बोतल पहला सड़ा के अद्धी आ सड़ा के अजे साले दा मूर्त अड़ी रह गया। चलो पी लो पी लो फिर। पियो स्कॉच पी, साडी रूड़ी स्कॉच पी। इतना अच्छा विस्की मैंने पहले कभी नहीं पिया। ओ अंग्रेज साहब, ए ता अजे चौथे तोड़ दिया है, अजे ता असी थोनू पहले तोड़ दी दा नजारा नहीं दिखाया। ये पहले तोड़ की क्या होती है? गोरिया, जब हम दारू काटते हैं ना, जो पहली बोतल होती है उसको हम पहले तोड़ की बोलता है। फर्स्ट तोड़ दी। देखो अंग्रेज साहब, तुसी मेरा किसे मेम नाल ब्याह करा दियो, नहीं तो मैं कुवारी मर जूंगा। हम तुम्हारा शादी मेम से ही करवाएगा। थैंक यू जी। ए आ लो मिठी। ओए गंद नहीं पाइंदा, चल ले आओ जी। ऐनी गल याद रखी भोले, इना मेमा दी इज्जत उज्जत कोई नहीं हुंदी, इना दा कोई पता नहीं किदे नाल चल जाना। ओ तू देखी ता सही भाई, परछावे वांगू मैं ता ओदे नाल नाल रहूंगा। परछावे वांगू ता यार मैं भी नाल रहूंगा। की मेरा मतलब है यार, मैं निगाह नुगाह रखूंगा यार, अपने घर दी इज्जत है यार, है आपां कोई उही तोरे फिरदे यार, मैनू ते मुंडे हैं यार। ओए मैनू तेरी कोई लोड़ नहीं, आई हैव नॉट योर लोड। मैं ता भाई ओनू सोने सोने कपड़े लिया के दऊंगा भाई। ओए तैनू कपड़े लेण दी भाई जरूरत ही नहीं पैनी। क्यों? देख तेरी भरजाई दा सूट बनदा भाई जी 5 मीटर दा, बड़े बने दा। जेड़ी तेरे आली मेम होगी 1 मीटर दे 5 सूट बनाऊगी भाई। मैनू एक गल दसो अंग्रेज साहब, ए थोड़ियां कुड़ियां मेरा मतलब है, ए मेमा इन्ने घट कपड़े क्यों पाउंदियां ने? वाए फैशन है मॉडर्न जमाना। ओए अंग्रेजा, जिन्नियां थोड़ियां मेमा ना बाहर कपड़े पाउंदियां ने, साडे आलियां उन्ने गुतलखाने च पाउंदियां ने। अंग्रेज साहब, हुण तुसी छेती दिने गोलियां तैयार कर दो, जिन्ना नू खा के भोला होर जवान हो जाए। आ देख ला हो गया मेरा साला जवान, लग गया मिट्टी खान। अंग्रेजा ये तो सारे लड़ू बंदे ने, तू इहो जियां गोलियां मैनू खवा, मेरा 20-25 मेमा नाल ब्याह। ओए तू भी साला हो गया चुन। ओए 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 ले भाई, ये तो सारे हो गए टुन, आपा नहीं हुण ज्यादा पींदे, बस साही पैग ला के आपा तो लेने नजारे, ते सारी मेवी नाजे सब। बैंड देने दा ब्लैत गया कि टट्टी गया? वो देख ला कितने सापी ना लड़ गया होवे। आ गया। हेलो, ये क्या खा रहे हो तुम लोग? दिस इज गन्ना। गन्ना? ये गन्ना क्या होता है? गन्ना होता है गन्ना, इसके ऊपर आग होते हैं आग। इसका गुड़ बनता है, खंड बनती है। क्या? इसका शुगर बनता है और इसकी शराब बनती है, रूडी स्कॉच। ओह, इट्स वेरी स्ट्रॉन्ग स्कॉच। ये हमारे खेत में ऐसे बीते हैं और ऐसा होता है। इधर पंजाब में जट गन्ना नहीं देता, पहली देता है। हमको भी खाना मांग रहा है। फायदा नहीं, चुप्पी रह, ले फट चुपिंग चुपिंग। थैंक यू। ओ ये तो भी बहुत हार्ड है। ये यार मैं तेनु चिल के दन्ना। इस तरह चुप्पी दे, इस तरह ले पड़ेंगे। ओ थैंक यू। ये भी बहुत हार्ड है। कटे वर्गा प्या गन्ना नहीं चुप सकता, ना तेनु मैं नरम करके दन्ना। देख ऐमे गन्ना चुप्पी दे, आ देख इस तरह चबाउण नाल ही मिठा हुंदा। थैंक यू। ये तो अभी भी फीका है। चुपी जा आप ही मिठा हो जू। थैंक यू। चलो करे चलिंग। चलो हमने स्कूल जाना है। ओ वेरी गुड चिल्ड्रन। जीत पंचरे दे मशहूर गोली वाले बच्चे, ठंडे ठार बच्चे।
ਚੀਤ ਪੰਚਰਾਲ ਦੇ ਮਸ਼ਹੂਰ ਗੋਲੀ ਵਾਲੇ ਬੱਚੇ, ਜਿਹੜਾ ਪਿਊ ਬੱਚੇ ਉਹਦੇ ਹੋਣਗੇ ਬੱਚੇ। ਆਜੋ ਠੰਡੇ ਠਹਿਰੇ, ਰੋਕ 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 ਮਾੜਾ ਜਾ, ਸ਼ੂ ਮੈਂ ਮਾਚੀਆ ਬੇ ਜੀਤ ਬੇ, ਤੂੰ ਕੋਈ ਕੰਮ ਛੱਡੇਗਾ ਵੀ? ਆਹੋ ਬੱਤੇ ਵੇਚਣ ਲੱਗ ਗਿਆ ਹੈ। ਉਹ ਤੈਨੂੰ ਤਾਂ ਪਤਾ ਦੇਬੋ, ਆਪਾਂ ਤਾਂ ਸੀਜ਼ਨ ਦੇ ਮੁਤਾਬਕ ਕੰਮ ਕਰਦੇ ਆ। ਅੱਛਾ, ਆਥਣ ਤੜਕੇ ਆਪਾਂ ਪੈਂਚਰਾਂ ਦੀ ਦੁਕਾਨ ਸਾਂਭਦੇ ਆ। ਮਹਿੰਗਾਈ ਦਾ ਜ਼ਮਾਨਾ ਹੈ, ਸਾਈਡ ਬਿਜ਼ਨਸ ਜ਼ਰੂਰੀ ਹੈ। ਪੀ ਬੱਚਾ, ਨਾ 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 ਨਾ, ਮੈਂ ਨਹੀਂ ਪੀਂਦੀ, ਇਹ ਤਾਂ ਨੀਰੀ ਬਿਮਾਰੀ ਦਾ ਖਾਜਾ ਹੈ। ਓਹੋ, ਉਹ ਜਿਹੜੇ ਭਈਏ ਵੇਚਦੇ ਨੇ ਉਹ ਆ ਨੀਰੀ ਬਿਮਾਰੀ ਦਾ ਖਾਜਾ? ਓਏ, ਤਾਂ ਢਿੱਡੂ ਦੀ ਬੇਬੇ ਆਪ ਤਿਆਰ ਕਰਦੀ ਹੈ। ਬੇ ਭਈਏ ਤਾਂ ਨੀਰੀ ਬਿਮਾਰੀ ਫੈਲਾ ਰਹੇ ਨੇ, ਕੱਲ ਇੱਕ ਭਈਆ ਗੋਲ ਗੱਪਿਆਂ ਨੇ ਪਾਣੀ ਚ ਟੋਬੇ ਦਾ ਪਾਣੀ ਪਾਈ ਜਾਵੇ, ਹੂੰ ਮੈਂ ਮਰ ਜਾ। ਬੇਜੀਤ, ਤਾਂ ਸੁਣਿਆ ਕੈਲੇ ਬੁੜੇ ਕੇ ਘਰੇ ਰੰਗੇਜ ਹੈ, ਕੌਣ ਹੋ? ਉਹ ਬੜੀ ਪੁਰਾਣੀ ਗੱਲ ਆ ਦੇਬੋ, ਉਹ ਜਿਹੜਾ ਖਜ਼ਾਨਾ ਬੁੜਾ ਹੁੰਦਾ ਤੀਗਾ ਲੰਬੜਦਾ ਰਹਿ ਕੇ ਲਾਣੇ ਚੋ, ਆਹੋ ਉਹਦਾ ਮੁੰਡਾ ਤੀਗਾ ਜੋਗਾ ਸਿੰਘ ਜਗਾੜੀ, ਜਿਹਦਾ ਜਗਾੜ ਲੱਗ ਗਿਆ ਅਮਰੀਕਾ ਚਲਾ ਗਿਆ। ਮੈਂ ਨੀ ਜਾਣਦੀ, ਉਹ ਤਾਂ ਮੈਂ ਨਵੀਂ ਨਵੀਂ ਵਿਆਹੀ ਆਈ ਸੀ ਪਿੰਡ ਚ। ਹਾਂ, ਓਏ ਉਹਨੇ ਜਾ ਕੇ ਉਧਰ ਮੇਮ ਪੱਟ ਲਈ, ਉਹਦੇ ਨਾਲ ਵਿਆਹ ਕਰਾ ਲਿਆ, ਉਹਦਾ ਮੁੰਡਾ ਹੋ ਅੰਗਰੇਜ਼। ਬੇ ਉਹਨਾਂ ਦਾ ਤਾਂ ਸਾਰਾ ਟੱਬਰ ਹੀ ਬਾਹਰ ਹੈ। ਉਹ ਕੈਲੇ ਬੁੜੇ ਦਾ ਦੋਸਤ ਸੀਗਾ ਤਾਂ ਉਹਨਾਂ ਦੇ ਘਰੇ ਆ ਕੇ ਰਹਿੰਦਾ। ਬੇ ਮੈਂ ਸੁਣਿਆ ਕੋਈ ਉਹ ਦਵਾਈ ਦਵੂਈ ਜੀ ਬਣਾਉਂਦਾ ਹੈ ਬੰਦਿਆਂ ਤੋਂ, ਬੁੜਾ ਬੁੜੇ ਤੋਂ ਜਵਾਨ, ਬਿੱਲੀ ਤੋਂ ਕੁੱਤਾ, ਇਹੋ ਜਿਹਾ ਕੁਛ ਕਰਦਾ। ਉਹ ਦੇਬੋ, ਇਹਨਾਂ ਅੰਗਰੇਜ਼ਾਂ ਦਾ ਦਿਮਾਗ ਬੜਾ ਹਾਈ ਫਾਈ ਹੁੰਦਾ, ਇਹ ਤਾਂ ਪਤੰਦਰ ਚੰਦ ਤੇ ਵੀ ਪਹੁੰਚ ਗਏ। ਲੈ ਭਾਈ ਜੀਤ, ਮੈਂ ਤਾਂ ਜਾਣੀ ਆ ਸੁਖਦੇਵ ਡਾਕਟਰ ਨੂੰ ਬੁਲਾਉਣ, ਮੇਰੀ ਮੈਂ ਹੱਸਦੇ ਤਾਂ ਪਰਸੋਂ ਦੀ ਜੇਰ ਨੀ ਪਈ, ਬਾਲੀ ਔਖੀ ਆ, ਰਾਤ ਬੈਠ ਕੇ ਕੱਟੀ ਆ। ਚੰਗਾ, ਇਹ ਠੰਡੇ ਠਾਰੇ ਗੋਲੀ ਵਾਲੇ ਬੱਚੇ, ਠੰਡੇ ਠਾਰੇ। ਭੈਣ ਸਦਕੇ, ਮੇਰੇ ਮਾਂ ਜਾਏ, ਮੇਰੇ ਖਾਨਦਾਨ ਦੇ ਚਿਰਾਗ, ਮੇਰੇ ਦੇਸਾਂ ਦੇ ਰਾਜੀ ਆਏ ਨੇ। ਪਗੜੀਆਂ ਭੈਣੇ ਜਿੰਦਰੇ, ਮੱਥਾ ਟੇਕਦਾ ਭੈਣੇ, ਜਿਉਂਦਾ ਰਹਿ ਵੀਰ, ਤੇਰੀ ਲੰਮੀ ਉਮਰ ਹੋਵੇ। ਸੱਚੀ, ਅੱਜ ਤਾਂ ਮੇਰੇ ਘਰੇ ਚੰਨ ਚੜ ਗਿਆ, ਤੜਕੇ ਦਾ ਕਾਂ ਬੋਲੀ ਜਾਂਦਾ ਸੀ, ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਮੇਰੇ ਵੀਰ ਆਉਣਗੇ। ਉਹ ਭੈਣੇ, ਅਸਲ ਚੌਣਾ ਦਾ ਸੀ, ਪਰਸੋਂ ਸੀਗਾ, ਉਹ ਮੁੱਖ ਮੰਤਰੀ ਦਾ ਕੰਮ ਸੀ ਗਰੀਬਾਂ ਦਾ, ਉਹ ਮੈਂ ਕਿਹਾ ਕੋਈ ਭਲੇ ਦਾ ਕੰਮ ਵੀ ਕਰ ਦਈਏ, ਅਕਸਰ ਸਾਡੀ ਵੀ ਇੱਜ਼ਤ ਹੈ। ਚੰਗਾ ਵੀਰ, ਆਹੀ ਭਲੇ ਦੇ ਕੰਮ ਕਰਵਾਈ ਜਾਇਓ, ਨਾਲੇ ਆਪਣੇ ਜਾਇਲਦਾਰਾਂ ਦੇ ਖਾਨਦਾਨ ਤੋਂ ਬਿਨਾ ਇਹ ਭਲੇ ਦਾ ਕੰਮ ਹੋਰ ਕੋਈ ਕਰ ਹੀ ਨਹੀਂ ਸਕਦਾ। ਮੈਂ ਸੁਣਿਆ ਭੈਣੇ ਆਪਣੇ ਘਰੇ ਅੰਗਰੇਜ਼ ਆਇਆ ਹੋਇਆ। ਆਹੋ ਮੱਦੀ, ਇਹੋ ਜਿਹੀ ਦਵਾਈ ਤਿਆਰ ਕਰ ਰਿਹਾ, ਕਹਿੰਦੇ ਜਵਾਨ ਤੋਂ ਬੁੱਢਾ ਤੇ ਬੁੱਢੇ ਤੋਂ ਜਵਾਨ ਬਣਾ ਦਿੰਦਾ। ਲੈ ਵੀ ਜੁਰਿਆ, ਫਿਰ ਤੂੰ ਤਾਂ ਬਣ ਗਿਆ 18 ਸਾਲ ਦਾ, ਤੇਰੀ ਤਾਂ ਖੈਰ ਫਿਰ ਬਣ ਗਈ ਇੱਜ਼ਤ। ਭੈਣੇ, ਜੀਜਾ ਸਾਹਿਬ ਜੀ ਨਹੀਂ ਦਿੰਦੇ? ਤੇਰਾ ਜੀਜਾ ਅੰਗਰੇਜ਼ ਨੂੰ ਲੈ ਕੇ ਖੇਤਾਂ ਵਿੱਚ ਕਮਾਉਣ ਗਿਆ ਹੋਇਆ, ਭਾਈ ਅੰਗਰੇਜ਼ ਤਾਂ ਦਿਨ ਰਾਤ ਦਵਾਈ ਤਿਆਰ ਕਰਨ ਵਿੱਚ ਲੱਗਿਆ ਹੋਇਆ, ਕਹਿੰਦਾ ਬਸ ਇੱਕ ਹਫ਼ਤੇ ਦੇ ਵਿੱਚ ਮੈਂ ਦਵਾਈ ਤਿਆਰ ਕਰਕੇ ਦੇ ਦੇਣੀ ਹੈ। ਉਹ ਮਦੀ, ਉਹ ਕੇਲੇ ਸੰਤਰੇ ਕਿੱਥੇ ਹੋਏ? ਉਹ ਬਾਈ, ਉਹ ਤਾਂ ਮੈਂ ਕਾਲੀ ਚ ਰੇੜੀ ਤੇ ਭੁੱਲਿਆ ਆ। ਫਿਰ ਫਿੱਟੇ ਲਾਂਤ, ਤੇਰੇ ਸਾਲਿਆ ਜਵਾਕ ਖਾਣ ਗਿਆ ਹੋਏ, ਭੈਣ ਦੇ ਘਰੇ ਖਾਲੀ ਹੱਥ ਆਈ ਜਾਂਦਾ, ਨਾ ਸਾਡੀ ਕੋਈ ਇੱਜ਼ਤ ਆ ਯਾਰ। ਓਹੋ, ਫਿਰ ਕੀ ਹੋ ਗਿਆ, ਬਥੇਰਾ ਫੂਕਣਾ ਫੂਕਦੇ ਹੋ ਤੁਸੀਂ ਇਸ ਘਰ ਦਾ। ਓ ਚੱਲ ਛੱਡ ਭੈਣੇ, ਤੂੰ ਅੱਗੇ ਖੁਸ਼ੀ ਦੀ ਖਬਰ ਸੁਣ। ਹਾਂ, ਬਾਪੂ ਰਿਹਾ ਹੋ ਗਿਆ ਪਰਸੋਂ ਜੇਲ ਚੋਂ। ਸੱਚੀ? ਹਾਂ, ਅਸੀਂ ਤੁਰੇ ਤਾਂ ਇਕੱਠੇ ਸੀ ਘਰੋਂ, ਉਹ ਬਸ ਚੜ ਗਿਆ ਸੀ, ਪਹੁੰਚਿਆ ਨੀ ਭਲਾ ਅਜੇ। ਨਾ, ਆਇਆ ਨੀ ਗਾ ਹਲੇ ਤੱਕ। ਓ ਭੈਣੇ, ਓ ਆ ਗਿਆ ਬਾਪੂ। ਮੇਰੀ ਰਾਣੀ ਧੀ, ਕੋਈ ਨਾ ਧੀਏ, ਤੂੰ ਰੋ ਨਾ, ਹੁਣ ਮੈਂ ਆ ਗਿਆ, ਦੇਖੀ 6 ਸਾਲਾਂ ਦੀਆਂ ਕਸਰਾਂ ਕੱਢ ਕੇ ਜਾਊਂਗਾ।
जे एक एक नुना नचन लाता ते मैनू भी किने कहना जैलदार बख्तावर सिंह। चल कुड़िए साड़ी कोई इज्जत है। चला चला वीर आज ता सुख नाल मेरा घर भर गया, आज ता मैं खीर कड़ा ते पूरियां बनाऊंगी। चला एक मिनट शिंद्रे गल ता सुन, आ कोठियाल ता बुलाई चिप कड्डे पए आ, ट्रैक्टर कारा किते साडे वाला काम ता नहीं शुरू कर लिया? ले ओए बापू तू चुप कर, आजा भणे आपा अंदर बैठ के गल्लां करदे आ। चला 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 देख ला के डांस करिए, हुण होणगे शुरू ड्रामे। आजा भी आजा गोरिया, ए साडा पिंड है, हैं खेत ता ता बड़े देख ले, आजा हुण तैनू पिंड दी सैर करौणा। ए साडे पिंड दा ना दरवाजा दरवाजा, हां दरवाजा हुंदा ए। भई गोरिया मैनू ए दस, लगदा थोड़े तो उधर कुड़ी छेण दी लोड़ नहीं पैंदी हैगी, है ना, पर साडे इधर बड़ी मेहनत करनी पैंदी आ। अच्छा भई हां साडे ना शहर दी ते पिंड दी जनानी च फर्क बहुत है। क्या फर्क होता है? जेडी पिंड वालियां जनानियां ने जे इन्हां नूं छेड़ो हां ए गालां कढ़दियां ने ते कुट भी दिंदियां नेगियां, ते उस तो बाद फिर अपने भाइयों तो भी कटवा दिंदियां ने। हां शहर की जेडी शहर दी जनानियां लै भई ओ ता वाह वाह वाह, गालां तो ओ भी दिंदी है, थप्पड़ थुप्पड़ भी मारदी है, वो अपने आशका तो कटवा दिंदी है, उसके बाद थाने में डा दिंदी है। तुम्हारी तो किसी ने पिटाई नहीं करवा दी। ओए गोरिया की बकवास मारता है, मेरी पिटाई? ओ वाह ओए तेरे अपन नु ता सलामा हुंदिया ने, पूरी चढ़ाई है पिंड च, मारदा है गल्ला। हम कभी पंजाबी कुड़ी पठानी मांगता है। ओए तैनू ता कुड़ियां दे मैं लेना ला दूं गोरिया, कही जी गल करदा यार, मैं कहना तेरे वास्ते मैं एहो जी कुड़ियां दा प्रबंध करूंगा ना, ब्याह करा के उधर ले जी, उधरों मेरे वास्ते भेज दी पांच छे। ओके आओ देख ओ कुड़िया आ रही ने गिया। ओ वेरी ब्यूटीफुल, मेरी गल सुन, तैनु मैं कुड़ी छेड़न दा तरीका दसदा, जदों कोले आ गिया सीटी मार के कहीं की हाल है पुरजिया, की हाल है पुरजिया, हां की हाल है पुरजिया, फिर उस तो बाद बस तेरी गल बन गई, ब्याह करा के ले जी उधर अमरीका च। ओके आ गयो आ गयो आ गयो। नी बागरू अपन देख के कंजरा सीटी मारी है, देख ले किवें है पुरजियो। हाय नी मर जाने ने पुरजा के है। हां अख मारी है। यस नी फड़ लो नी पैर दे खसम नु। यू आर वेरी स्मार्ट, आई लव यू। ओ माय गॉड प्लीज माय सिस्टर, प्लीज सिस्टर डोंट बीट मी, आई एम फ्रॉम इंग्लैंड, डोंट बीट मी सिस्टर, माय सिस्टर, नो नो नो, डोंट बीटिंग, नो बीटिंग, नो बीटिंग सिस्टर, माय सिस्टर। गुड्डी वांगू अज मैन सजना, नचाई जा नचाई जा नचाई जा, तेरे हाथ मेरी डोर तेरा चलना नी जोर, एम तुन के ते तुन का लगाई जा, नचाई जा। हाय नाना जा तू नचना भी आंदा ते नचाना भी, फिर सजनू क्यों कह रहा, सजन कोई खास बंदा? फिटे मु जा दे सजन की मेरा साला लगदा, ए ता मैं उही गाना गा रहा सी। नाना शेरी 10 रुपए दे दे। 10 रुपए दे दो, मेरा की बैंक खोलिया होया, जा जाके अपने दादे तो मांग, नांग तो दे दे, आड़े आड़े दे दे, मेनू पता तेरे सोने चेहरे विचो मेनू नानी दिस रही है। जा जा एवे मस्का ना ला। दे दे बतेरे कमाए ने नच नच के। नच नच कमाए ने, नचना कोई सौखा कम नहीं हुंदा, नाले एरा गैरा ता उही नहीं नच सकदा, खानदानी बंदे ही नचदे ने, तू तां बतेरी दुनिया लुट्टी है। ओए होए 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 पुत दुनिया लुट्टी, जदों मैं नचदा सी तां लोग दूरों दूरों बसां ट्रकां कारां साइकलां कड़ुकियां ते चढ़ चढ़ के वेखण आउंदे सी। हाय पुत जदों मैं ए ए ए ए ए ए आए करके नोट फड़दा सी तां लोकी ताड़ियां दा गड़ड़ 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 मीं बरा दिंदे सी। एक वारी जदों मैं जीरे कोले मियां सिंह वाले प्रोग्राम कीता तां तेरे नाने दे हुसन करके ओथे पुत इन्नी लड़ाई होई इन्नी लड़ाई होई, मैनूं तां डर सी किते मैनूं कोई उही चुके ना लै जे। नाना तू तां बहुत सोहणा सी ना। सोहणा पुत आ फड़ एक वारी, जदों मैं छाल मार के हे एक्शन करदा सी ता लोक नोटा दा ता उही मी बिरा देंदे सी। फिर ता कुड़िया दे व्याह भी ते नच नच के कीते ने। चुप कर, नच नच के कीते ने, ओ ता मेरा साइड बिजनेस सी, हूं अपने पिंड बथेरे मरबे ने जेड़े वर्तमान च हुंदे ने। वर्तमान च हुंदे ने, जमीना दे मरबे ने, नाले मैनूं पता तू कित्थों बोलदा, मैं नचना भी जानदा ते नचाउणा भी जानदा, मेरा नाम जैलदार बख्तावर सिंह उही नहीं है। ये असली जैलदार आ, ता 10 रुपए कड, फिर भी मैं तेरा दोता। हूं तैनूं 100 बारी कहता है नहीं है नहीं है नहीं, मैं दंदे लंडू जैलदार
ਨੰਗ ਇਹੋ ਜਿਹੇ ਸਾਰੇ ਤਾਂ ਮੈਂ ਉਹੀ ਨਾ ਰੱਖਾਂ ਮੇਰਾ ਪਿਓ ਪਤਾ ਨਹੀਂ ਕਿਵੇਂ ਰੱਖੀ ਜਾਂਦਾ ਇਹਨਾਂ ਨੂੰ ਚਪੇੜ ਮਾਰ ਕੇ ਮੈਂ ਤੇਰੇ ਦੰਦ ਬਾਹਰ ਕੱਢ ਦੂੰ ਮੈਂ ਨੱਚਣਾ ਵੀ ਜਾਣਦਾ ਤੇ ਨਚਾਉਣਾ ਵੀ ਜਾਣਦਾ ਆਹੋ ਤੂੰ ਤੈਨੂੰ ਨੱਚਣਾ ਹੀ ਜਾਣਦਾ ਨਚਾਰ ਜਾ ਤੇਰੇ ਦਾਦੀ ਨਚਾਰ ਤੇਰੇ ਦਾਦਾ ਨਚਾਰ ਤੇਰਾ ਪਿਓ ਨਚਾਰ ਤੇਰਾ ਚਾਚਾ ਨਚਾਰ ਓਏ ਤੇਰੀ ਮਾਂ ਨਚਾਰ ਮਾਤਾ ਕਾ ਨਚਾਰ ਹੈ ਪੁੱਤ ਮਿਰਤੀ ਹੈ ਤੇਰਾ ਸਰ ਖਾਂਦਾ ਨਚਾਰ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਤੱਤੀ ਦਾ ਪੈਗ ਲਾਇਆ ਹੋਵੇ ਓਏ ਮੱਦੀ ਵੀ ਆਇਆ ਹੋਵੇ ਓਏ ਸਤਿਕਾਰਯੋਗ ਜੀਜਾ ਜੀ ਇਹ ਕੰਮ ਤੁਸੀਂ ਮੈਥੋਂ ਕਰਾਇਆ ਕਰੋ ਨਾ ਜੇ ਦਾਰੂ ਫੜੀ ਗਈ ਫੇਰ ਨਾ ਆਪਦੇ ਜੰਮੇ ਲੈ ਲੂ ਨਾਲੇ ਜੀਜਿਆਂ ਦੀ ਖਾਤਰ ਸਾਲੇ ਮਰਦੀ ਆਏ ਦਾਰੂ ਵੀ ਮੇਰੇ ਸਾਲੋ ਤੁਸੀਂ ਫੜਾਉਣੀ ਹੈ ਸਮਝ ਗਿਆ ਨਾ ਗਿੱਦੜਾ ਬਿਨਾਂ ਝਾਨਾ ਚਕਾਉਣ ਹੱਕਦਾ ਓਏ ਨਾ ਜੀਜਾ ਜੀ ਉਹ ਤੁਸੀਂ ਵੀ ਮੈਨੂੰ ਉਹਨਾਂ ਕੰਜਰਾ ਵਰਗਾ ਸਮਝ ਲਿਆ ਉਹ ਮੇਰਾ ਪਿਓ ਜਿਹਨੇ ਆਪਦੇ ਸਕੇ ਭਾਈ ਨੂੰ ਨੀ ਬਖਸ਼ਿਆ ਉਹ ਜੋਰਾ ਜਿਹੜਾ 2 ਰੁਪਈਆਂ ਪਿੱਛੇ ਬੇਈਮਾਨ ਹੋ ਜਾਂਦਾ ਨਾਲੇ ਜੀਜਾ ਜੀ ਜੇ ਇਹਨਾਂ ਦੇ ਖਾਨਦਾਨ ਚੋਂ ਕਿਸੇ 'ਚ ਗੈਰਤ ਹੈਗੀ ਆ ਤਾਂ ਉਹ ਮਹੀ ਆ ਨਾਲੇ ਤੁਹਾਨੂੰ ਤਾਂ ਪਤਾ ਮੈਂ ਪਿਓਰ ਜੈਲਦਾਰ ਹਾਂ ਜਮਾਂ ਓਏ ਜਾਣਦਾ ਤੈਨੂੰ ਜਾਣਦਾ ਸਾਲੇ ਨੰਗ ਨੂੰ ਸਾਲਿਆ ਦਾਰੂ ਦੇ ਪੈਗ ਪਿੱਛੇ ਤਾਂ ਤੂੰ ਜੁੱਤੀ ਦੇ ਤਲੇ ਚੱਟਣ ਤੱਕ ਜਾਂਦਾ ਉਹ ਜੀਜਾ ਜੀ ਜੋ ਮਰਜ਼ੀ ਕਹਿ ਨਾਲੇ ਜੇ ਤੂੰ ਮੱਦੀ ਨੂੰ ਕਹੇ ਨਾ ਬਈ ਸਾਰਾ ਦਿਨ ਇੱਕ ਲੱਤੇ ਧੁੱਪੇ ਖੜਾ ਰਹੇ ਓਏ ਜੇ ਹਿੱਲ ਗਿਆ ਤਾਂ ਕਹਿ ਦੀ ਓਏ ਨਾਲੇ ਜੀਜਾ ਜੀ ਮੈਂ ਕਦੇ ਤੁਹਾਡੇ ਮੂਹਰੇ ਬੋਲਿਆ ਜਮੀਨੀ ਮੂਹਰੇ ਬੋਲਿਆ ਉਦੋਂ ਮੇਰਾ ਸਾਲਿਆ ਸੋਰੀ ਕਹਿ ਦੀ ਕਿੰਨੀ ਬੇਇੱਜ਼ਤੀ ਕਰੀ ਸੀ ਜੱਟ ਦੀ ਓ ਜੀਜਾ ਜੀ ਉਦੋਂ ਤਾਂ ਮੈਂ ਆਪਦੀ ਮਾਂ ਤੇ ਜੋਰੇ ਦੇ ਪਿੱਛੇ ਲੱਗ ਗਿਆ ਸੀ ਉਹ ਤੁਹਾਡੇ ਵਰਗੇ ਬੰਦੇ ਤੇ ਮੈਂ ਤੋਂ ਹੱਥ ਚੱਕਿਆ ਗਿਆ ਜੀ ਨਾਲੇ ਜੀਜਾ ਜੀ ਤੁਸੀਂ ਬੰਦੇ ਨਹੀਂ ਕਿਉਂ ਤੁਸੀਂ ਤਾਂ ਦੇਵਤੇ ਹੋ ਜੀ ਉਹ ਤਾਂ ਹੈਗੀ ਆ ਇਹਦੇ ਚ ਕਿਹੜਾ ਕੋਈ ਸ਼ੱਕ ਹੈ ਸਾਰੀ ਕਹਿੰਦੇ ਨੇ ਜੀਜਾ ਜੀ ਤੁਸੀਂ ਨਫ਼ਰਤ ਨਾ ਕਰੋ ਓਨਾ ਹੀ ਪਿਆਰ ਕਰੋਗੇ ਨਾਲੇ ਤੁਹਾਨੂੰ ਸਾਡੇ ਵਰਗੇ ਸਿਆਕ ਤੋਂ ਮਿਲਨੇ ਨੇ ਇੱਕ ਗੱਲ ਹੋਰ ਜੀਜਾ ਜੀ ਸਿੰਦਰ ਬਸੀ ਕਰ ਜੰਤਰ ਲੈ ਕੇ ਆਈ ਆ ਕਾਲ ਸ਼ਾਹ ਕਾਦਰੀ ਤੋਂ ਕਿਉਂ ਉਹ ਬਈ ਤੂੰ ਉਹਦੇ ਬਸ 'ਚ ਰਹੇ ਬਗਾਨੀਆਂ ਤੀਵਿਆਂ ਦੇ ਸੁਪਨੇ ਨਾ ਲਵੇ ਉਹ ਮੇਰੀ ਮਰਜ਼ੀ ਮੈਂ ਜਿਹਦੇ ਮਰਜ਼ੀ ਸੁਪਨੇ ਲਵਾਂ ਹੈ ਤੁਸੀਂ ਕੌਣ ਹੁੰਦੇ ਹੋ ਮੈਨੂੰ ਰੋਕਣ ਵਾਲੇ ਸਾਲਾ ਬੜਿਆ ਸੁਪਨਿਆਂ ਦਾ ਮੇਰੀ ਕਿਸੇ ਚੰਦੇ ਜੁੱਤਰ ਨੂੰ ਮੰਨਦਾ ਉਹ ਜੀਜਾ ਜੀ ਤੁਸੀਂ ਗੁੱਸਾ ਨਾ ਕਰੋ ਨਾ ਸ਼ਰਾਬ ਅੰਗਰੇਜ਼ ਵਾਸਤੇ ਕੱਢ ਰਹੇ ਹੋ ਤੈਂ ਟਿੰਡੀਆਂ ਲੈਣੀਆਂ ਨੇ ਓਏ ਜਿਹਦੇ ਵਾਸਤੇ ਮਰਜ਼ੀ ਕੱਢਾਂ ਉਹ ਜੀਜਾ ਜੀ ਮੈਂ ਸੁਣਿਆ ਤੁਸੀਂ ਅੰਗਰੇਜ਼ ਤੋਂ ਮੇਮ ਮੰਗਾ ਰਹੇ ਹੋ ਉਹ ਜੀਜਾ ਮੇਰੇ ਤੇ ਵੀ ਕਰਦੇ ਕਿਰਪਾ ਮੰਗਾ ਦੇ ਮੇਮ ਬੁੱਥੀ ਦੇਖੀਏ ਜਿਵੇਂ ਟਾਇਰ ਥੱਲੇ ਡੱਬਾਇਆ ਹੁੰਦਾ ਸਾਲਾ ਬਣਿਆ ਮੇਮ ਦਾ ਓਏ ਜੀਜਾ ਹੋਰ ਨਹੀਂ ਅੰਗਰੇਜ਼ ਤੋਂ ਸੋਹਣਾ ਬਣਨੀ ਦਵਾਈ ਉਹ ਬਣਵਾ ਦੇ ਮੈਨੂੰ ਓਏ ਤੂੰ ਤੁਰਦਾ ਬਣ ਚੁੱਪ ਕਰਕੇ ਵਗ ਜਾ ਨਹੀਂ ਮੇਰੇ ਸਾਲੇ ਨੂੰ ਅੱਗ ਲਾ ਕੇ ਨਾ ਟੋਏ 'ਚ ਦੱਬ ਦੂੰ ਆਹ ਚੱਕ ਬੋਤਲ ਜਿਹਦੇ ਵਾਸਤੇ ਤੂੰ ਆਇਆ ਜਾ ਤੁਰਦਾ ਮੇਰੇ ਤੋਂ ਓਏ ਜਿਉਂਦਾ ਰਹਿ ਜੀਜਾ ਧਰਮ ਨਾਲੇ ਜੀਜਾ ਇਹੋ ਜਿਹੇ ਸਾਗ ਨਹੀਂ ਤੈਨੂੰ ਲੱਭਣੇ ਓਏ ਅਸੀਂ ਤਾਂ ਤੇਰੇ ਹੀ ਖਾਣਾ ਤੇਰੇ ਹੀ ਪਾਉਣਾ ਓਏ ਤੇਰੇ ਹੀ ਹੰਡਾਉਣਾ ਓਏ ਜਿਉਂਦਾ ਰਹਿ ਜੀਜਾ ਧਰਮ ਨਾਲੋਂ ਜੁੱਤੀ ਵੀ ਜਮਾਂ ਫਿੱਟ ਆਉਂਦੀ ਆ ਮੇਰਾ ਸਾਲਾ ਇਹ ਪਰਿਵਾਰ ਨਾ ਮੇਰੇ ਸਹੁਰਿਆਂ ਦਾ ਗਿਰਗਟ ਵਾਂਗੂ ਰੰਗ ਬਦਲਦਾ ਗਿਰਗਟ ਵਾਂਗੂ ਇੱਕ ਦੋ ਤਿੰਨ ਚਾਰ ਪੰਜ ਮੇਰੇ ਵੀਰ ਕਰਦੇ ਪਿਆਰ ਸਭ ਤੋਂ ਉੱਚੇ ਨੇ।
जी जी जा जी गल सुन जी जा जी जी जा जी जी जा जी साड़ी भैन नू ना तू सता संग कर तो ना बजा गल सुन जी जा जी जी जा जी जी जा जी साड़ी भैन नू ना तू सता संग कर तो ना बजा ਨੱਚਦੀ ਦੇ ਖੁੱਲ ਗਏ ਵਾਲ ਭਾਬੀ ਮੇਰੀ ਗੁੱਤ ਕਰਦੇ ਨੀ ਮੇਰੇ ਨੱਚਦੀ ਦੇ ਹਾਏ ਨੀ ਨੱਚਦੀ ਦੇ ਮੈਂ ਕਿਹਾ ਨੱਚਦੀ ਦੇ ਖੁੱਲ ਗਏ ਵਾਲ ਭਾਬੀ ਮੇਰੀ ਗੁੱਤ ਕਰਦੇ ਵੇ ਅੰਗਰੇਜ਼ਾ ਕਦੇ ਦੋ ਪਲ ਮੇਰੇ ਕੋਲ ਵੀ ਬਹਿ ਜਾ ਕਰਵੇ ਮੈਂ ਤਾਂ ਨੱਚਣਾ ਵੀ ਜਾਣਦਾ ਤੇ ਨਚਾਉਣਾ ਵੀ ਜਾਣਦਾ ਯੇ ਲੇਡੀਜ਼ ਕੌਣ ਹੈ ਮੇਰਾ ਸੌਰਾ ਹੈ ਸੌਰਾ ਕਿਆ ਹੋਤਾ ਹੈ ਸੌਰਾ ਹੋਤਾ ਹੈ ਜੋ ਆਪਣੀ ਕੁੜੀ ਦਾ ਸਾਕ ਕੁੜੀ ਨੂੰ ਕਿਸੇ ਦੇ ਘਰ ਵਿਆਹੁੰਦਾ ਹੈ फिर वही सौरा उस कुड़ी दे कर जाके रोटियां पारता है उसको सौरा बोलता है ये लेडीज की तरह ऐसा ऐसे क्यों करता है पहन देने दा है नाचा है नाचा नचार ये लेडीज कपड़े पहन के अखाड़ों में ठुमके लगाता है ऐसे 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 ओह मिस्टर डांसर इनु ऐसी दवाई पिला ए कुड़ी बन जे हाय वे अंग्रेजा ता पुन ले ला वे जे मैं ता कुड़ी बन गई मैं ता नच नच के दुनिया लुट लू नच नच के ओए मेरी गल सुनो ए ओए रब दे वास्ते हाथ बना ले ना गंद पा मेरे घर च बाहर जाना है गंद पाउना है लोकां नु ठुमके मार मार के दिखाउना है ओए मेरे घर दफा हो जा तुसी वे जवाईया मैं ता नचना भी जानदा ते नचाउना भी जानदा साडी धी दा घर जदों जी करूगा ओदो ही जावांगे ओदो ही जावांगे ओदो ही जावांगे हाय तू वड्डना भी जानदा भौंकना भी ओ गल सुना रोडू असि जैलदार हुन्ने आ आखर साडी कोई इज्जत है यही कौन है साडा मामा बेला अवारा निकम्मा बीजी हाँ ये मामा क्या होता है मामा होता है जब अपनी भैन किसी दे घर ब्याउंदा है जो उसकी भैन का खसम होता है ना वो पलोइया लगता है फिर उसके घर दो ऐसे बच्चे होते हैं वही साला फिर मामा बन जाता है इन्ना ने थे पक्के डेरे लाए हुए ने ए बड़ा घंट है ए मैं ऐसा गोवा सुन के बता देता है के मैं ऐसे केड़े सूए है
देखो जी, हमारा जीवन तो भैन और पनोइये के लिए समर्पित है, क्योंकि हमारी भी कोई इज्जत होती है। ये दो ही मामे नाने कुत्ते ने। हाँ कुत्ते कुत्ते। ओए कुत्ते के में? असी जायदार होने हैं, तू जायदार नु कुत्ते क्या? अक्सर साड़ी भी इज्जत है। देख मामा, भैन करे भाई कुत्ता, साडे करे मामा कुत्ता। कुत्ते देख अंग्रेज साहब, इस दुनिया विच सब तो वादे लड़ू बंदे ने। लड़ू 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 होता जिसके पूछ नहीं होता। ओके ओके, हमको पढ़ना है, हम ऊपर जाता है। हाय वे, तू ऊपर चलिया, चल मैं तो फिर वेली हूं, मैं हूं दो चार ठुमके लाऊं। मैं ऐसा कर दी पील वाला ले, मैं तो कल बात से घर चली हूं, मैं जरा ठुमके लाके आऊंगी। हाय तेरे लख रे जी, हाय तेरे लख रे जी, हाय ना सुन मेरी गल ना वे, अरे नु मेरा सुन। ओए ਲੈ ਜੁਰਿਆ, ਅੰਗਰੇਜ਼ ਤਾਂ ਬੈਠਾ। ਪਾਂਜੇ ਪੋਸ ਘਣ ਮੇਰਾ ਵੇ ਮੈਂ ਜਾਣਾ ਹੈ ਵੱਲੈ ਤੈਨੂੰ, ਪਾਂਜੇ ਪੋਸ ਘਣ ਮੇਰਾ ਵੇ ਜਾਣਾ। ਓਹ ਸ਼ਿਟ ਮੈਨ, ਸਾਡੀ ਕੋਈ ਇੱਜ਼ਤ ਹੈ ਯਾਰ? ਇੱਜ਼ਤ ਕਿਆ ਹੋਤਾ ਹੈ? ਓਏ ਦਾਦਾ, ਸਾਨੂੰ ਨਹੀਂ ਪਤਾ, ਤੈਨੂੰ ਕਿੱਥੋਂ ਪਤਾ ਹੋਊਗਾ। ਗੱਲ ਸੁਣ ਵੀਰ ਸਿੰਘ ਯਾਰ, ਦਵਾਈ ਦੇ ਕੇ ਮੈਨੂੰ 18 ਸਾਲ ਦਾ ਬਣਾ ਦੇ, ਕੋਈ ਮੇਂ ਮੂੰਹ ਟਿਕਾ ਦੇ। ਬੜੇ ਖੱਬੀ ਖਾਣ ਖਾਣੇ ਸੀ, ਚੱਲਦਾ ਹੁੰਦੇ ਹੈ। ਖਾਨਦਾਨ ਸਾਡਾ ਬਹੁਤ ਉੱਚਾ ਹੈ, ਸਾਡੀ ਵੀ ਕੋਈ ਇੱਜ਼ਤ ਹੈ। ਓਕੇ, ਸ਼ਾਦੀ ਕਰਨਾ ਮੰਗਦਾ ਹੈ? ਹਾਂ, ਐਡੀ ਮੋਟੀ ਸ਼ਾਹ ਪਾਊਂਗਾ, ਵਿਚੋਲਾ ਬਣ ਜਾ। ਵਿਚੋਲਾ? ਇਹ ਵਿਚੋਲਾ ਕਿਆ ਹੋਤਾ ਹੈ? ਹੁਣ ਕੰਜਰ ਦੇ ਪੁੱਤ ਨੂੰ ਐਂ ਨਹੀਂ ਪਤਾ ਇਹ ਵਿਚੋਲਾ ਕੀ ਹੁੰਦਾ, ਕਿਵੇਂ ਸਮਝਾਵਾਂ? ਐ ਜੋ ਰਿਸ਼ਤਾ ਕਰਵਾਤਾ ਹੈ ਉਹ ਵਿਚੋਲਾ ਹੁੰਦਾ ਹੈ। ਓ ਗੱਲ ਸੁਣ, ਮੈਨੂੰ ਮੁੰਡਾ ਬਣ ਦੀ ਦਵਾਈ ਦਵਾ ਦੇ। ਓਕੇ, ਮੈਂ ਤੁਹਾਡਾ ਦਵਾਈ ਬਣਾਏਗਾ, ਇਕਦਮ ਜੰਗ ਲੱਗੋਗੇ। ਓ ਜੰਗ ਨਹੀਂ ਯਾਰ, ਮੈਂ ਜੋਰਾ ਲਗਣਾ ਚਾਹੀਦਾ। ਹਾਏ ਨੀ ਮੇਮੇ, ਸਾਡੀ ਵੀ ਇੱਜ਼ਤ ਹੈ। ਓਏ ਬੁੜੇ ਨੂੰ ਚੜੀ ਜਵਾਨੀ, ਲਾ ਕੇ ਕੁੱਟ ਬਣ ਕੇ ਆ ਜਾਨੀ, ਆ ਗਿਆ ਨਜ਼ਾਰਾ। ਭੁੱਲੇ ਭੁੱਲੇ ਆਈ, ਓਏ ਕੌਣ ਹੈ ਤੂੰ, ਇੱਥੇ ਹੀ ਕਰਦਾ ਤੂੰ? ਮੈਂ ਤੁਹਾਡਾ ਬਾਪੂ, ਹੋਰ ਕੌਣ? ਪਿਓ ਪਿਓ, ਕਿਤੇ ਅੰਗਰੇਜ਼ ਦੀ ਦਵਾਈ। ਓ ਤੇਰਾ ਬੇੜਾ ਬਹਿ ਜੇ ਓਏ ਅੰਗਰੇਜ਼ਾ, ਓਏ ਅਸੀਂ ਪੱਟੇ ਗਏ ਓਏ ਲੋਕੋ। ਦੇਖੋ ਮੈਂ ਤੁਹਾਡਾ ਛੋਟਾ ਭਾਈ ਲੱਗਦਾ ਨਾ? ਓਏ ਛੋਟਾ ਭਾਈ ਨੀ, ਦੁਸ਼ਮਣ ਕਹਿ ਦੁਸ਼ਮਣ, ਮੇਰੀਆਂ ਅੱਖਾਂ ਤੋਂ ਪਰੇ ਹੋ ਜਾ, ਨਹੀਂ ਵੱਢ ਕੇ ਸਿਰ ਨਾ ਤੇਰਾ ਉੱਥੇ ਡੰਗ ਦੂ। ਨਾ ਮੇਰਿਆ ਸਾਲਿਆ, ਜਵਾਨ ਰਹਿਣ ਨੂੰ ਕਿਹਦਾ ਨਹੀਂ ਦਿਲ ਕਰਦਾ? ਓਏ ਓਏ ਜਵਾਨ ਦਿਆ ਲੱਗਦਿਆ, ਹਾਲੇ ਤਾਂ ਮੈਂ ਕੁਵਾਰਾ, ਮੈਨੂੰ ਲੱਗਦਾ ਮੈਂ ਤਾਂ ਛੜੇ ਹੀ ਮਰੂੰਗਾ। ਮੇਰੇ ਤਾਂ ਅਰਮਾਨਾਂ ਤੇ ਪਾਣੀ ਫਿਰ ਗਿਆ। ਪਰ ਮੇਰੀ ਗੱਲ ਸੁਣ ਲੈ ਬਾਪੂ, ਹੁਣ ਮੈਂ ਵੀ ਤੈਨੂੰ ਕੁਛ ਕਰਕੇ ਦਿਖਾਊਂਗਾ। ਭੋਲੇ ਤੂੰ ਕਿੱਥੇ ਚੱਲਿਆ? ਭੋਲੇ ਟੱਠੇ ਖੂਹ ਚ, ਇਹਨੂੰ ਵੀ ਨਾਲ ਲੈ ਜਾ ਬਾਪੂ, ਉਹ ਮਰ ਜੂਗਾ, ਬਹੁਤ ਅਣਖੀ ਹੈ ਬਾਪੂ, ਟ੍ਰਾਂਸਫਰ ਨੂੰ ਹੱਥ ਲਾ ਲੂ ਉਹ। ਬਾਪੂ ਗੱਡੀ ਥੱਲੇ ਆ ਜੂ, ਉਹ ਮੰਨ ਲੈ ਮੇਰੀ, ਉਹਨੂੰ ਰੋਕ ਲੈ, ਉਹ ਅਣਖੀ ਹੈ। ਉਹ ਕੁਛ ਨਹੀਂ ਕਰਦਾ, ਡਰਾਉਂਦਾ ਮੇਰਾ ਸਾਲਾ, ਖੇਤ ਕਿਹੜਾ ਦੇ ਕੇ ਮੁੜਿਆ ਆਊ? ਉਹ ਮੇਰਾ ਸਾਰ ਕੜਿਆ, ਆ ਕੀ ਭਸੂੜੀ ਪਾਤੀ ਤੈ? ਇਹ ਭਸੂੜੀ ਕਿਆ ਹੋਤਾ ਹੈ? ਭਸੂੜੀ ਹੋਤਾ ਹੈ ਜਦੋਂ ਤੇਰੀ ਮਾਂ ਕਿਸੇ ਨਾਲ ਨਿਕਲ ਜੇ ਨਾ, ਤਾਂ ਪਿੰਡ ਚ ਪੈ ਜੇ ਰੌਲਾ, ਤਾਂ ਉਸ ਕੋ ਭਸੂੜੀ ਬੋਲਤਾ ਹੈ ਭਸੂੜੀ। ਭਸੂੜੀ ਤਾਂ ਹੁਣ ਮੈਂ ਪਾਊਂਗਾ। ਓਏ ਬਾਪੂ ਬਾਪੂ, ਓਏ ਬਾਪੂ, ਓਏ ਮੇਰੀ ਗੱਲ ਸੁਣੋ, ਆ ਕੀ ਚੰਦ ਚਾੜਤਾ, ਓਏ ਹੁਣ ਕੀ ਬਣੂ? ਓ ਯੇ ਤੋ ਅਭੀ ਮੈਨੇ ਟੈਸਟ ਕੀਆ ਹੈ, ਅਭੀ 10 ਮਿੰਟ ਬਾਅਦ ਉਸਕਾ ਅਸਰ ਉਠ ਜਾਏਗਾ, ਯਾਨੀ ਕਿ ਠੀਕ ਹੋ ਜੂਗਾ। ਯੇ ਸ਼ੁਕਰ ਹੈ ਸ਼ੁਕਰ ਹੈ, ਤੂੰ ਸਾਡੇ ਘਰ ਨੂੰ ਪੱਟੇਗਾ, ਤੂੰ ਖਰਾਬ ਕਰੇਗਾ ਤੂੰ। ਥੈਂਕ ਯੂ ਸਾਲਾ, ਥੈਂਕੜੂ ਦਾ। ਮੁੱਖ ਮੋੜ ਗਏ ਦਿਲਾਂ ਦੇ ਜਾਨੀ, ਸਾਡੀ ਮਿੱਟੀ ਵਿੱਚ ਰੋਲ ਕੇ ਜਵਾਨੀ, ਵੇ ਰੱਬਾ ਹੁਣ ਕੀ ਕਰੀਏ, ਹਾਏ ਵੇ ਰੱਬਾ ਹੁਣ ਕੀ ਕਰੀਏ। ਸ਼ਕਤੇ ਪਿਆਰੀਆਂ ਨੇ, ਨਾਨਾ ਜੀ ਕਦੋਂ ਆਣਾ? ਓਏ ਜਾਂਦੇ ਰਹਾਂਗੇ, ਤੇਰੇ ਸੂਲ ਹੁੰਦਾ, ਸਾਡੀ ਭੈਣ ਦਾ ਘਰ ਹੈ, ਨਾਲੇ ਸਾਡੀ ਵੀ ਇੱਜ਼ਤ ਹੈ। ਅਸੀਂ ਤਾਂ ਵੈਸੀ ਗੱਲ ਕੀਤੀ ਸੀ ਰਿਵਾਜਨ, ਨਾਲੇ ਵੱਡੇ ਬੰਦੇ ਹੋ, ਕੀ ਪਤਾ ਕਿੱਧਰਲਾ ਤੂੰ ਨਿਕਲ ਆਵੇ। ਇਹ ਨਹੀਂ ਜਾਂਦੇ, ਆਪਾਂ ਨੂੰ ਘਰ ਨੂੰ ਅੱਗ ਲਾਉਣੀ ਪਊਗੀ, ਫੇਰ ਹੀ ਉੱਜੜਨਗੇ ਇਹ। ਓ ਜਦ ਤੱਕ ਸਾਡੇ ਜੈਲਦਾਰਾਂ ਦੇ ਦਮ ਚ ਦਮ ਆ,
ਸਾਡੀ ਭੈਣ ਦੇ ਘਰ ਨੂੰ ਕੋਈ ਅੱਗ ਲਾ ਦੂ। ਓ ਕਿਉਂ ਤੁਸੀਂ ਭੈਣ ਨੂੰ ਰੰਡੀ ਕਰਾਉਣਾ? ਜਰ ਫਿੱਟੇ ਮੂੰਹ ਤੁਹਾਡੇ, ਲਾਂਤਾ ਤੁਹਾਡੇ ਤੇ, ਨਾਲੇ ਤੁਹਾਡੇ ਬਣਾਏ ਘਰ ਨੂੰ ਅੱਗ ਕੌਣ ਲਾ ਸਕਦਾ? ਓਏ ਜ਼ੁਬਾਨ ਸੰਭਾਲ ਕੇ ਗੱਲ ਕਰ ਓਏ, ਅਸੀਂ ਜੈਲਦਾਰ ਹੁੰਨੇ ਆ ਜੈਲਦਾਰ, ਇਹ ਸਾਰਾ ਇਲਾਕਾ ਜਾਣਦਾ ਕਿ ਅਸੀਂ ਨੱਚਣਾ ਵੀ ਜਾਣਦੇ ਤੇ ਨਚਾਉਣਾ ਵੀ ਜਾਣਦੇ ਆ। ਜਦ ਉਹ ਤੂੰ ਬਸਰਮ ਕਰ ਥੋੜਾ ਮੋਟਾ ਇਹਨਾਂ ਨੂੰ। ਇੱਕ ਵਾਰ ਆਪਣੇ ਨਾਨਕਿਆਂ ਨੇ ਤੋਤਾ ਰੱਖ ਲਿਆ, ਇਹਨਾਂ ਦੇ ਘਰ ਆ ਗਏ ਮਹਿਮਾਨ, ਨੰਬਰ ਬਣਾਉਣ ਦੇ ਮਾਰੇ ਤੋਤੇ ਨੂੰ ਕਹਿੰਦੇ ਚੂਰੀ ਖਾਣੀ ਆ। ਫਿਰ ਤੋਤਾ ਕੀ ਕਹਿੰਦਾ? ਕੰਜਰ ਦੇ ਪੁੱਤੋ ਕੋ ਦੇ ਆਪ ਖਾਦੀ ਆ। ਓਏ ਦਾਦੇ ਮਗਾਉਣਿਓ, ਅਸੀਂ ਅੰਗਰੇਜ਼ ਨਾਲ ਬਾਹਰ ਚਲੇ ਜਾਣਾ ਤੇ ਤੁਸੀਂ ਸਾਨੂੰ ਥੱਲਿਓ ਟਾ 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 ਕਰਦੇ ਫਿਰੋਗੇ। ਤੁਸੀਂ ਨਹੀਂ ਜਾ ਸਕਦੇ ਕਿਉਂਕਿ ਤੁਸੀਂ ਤਾਂ ਅੰਦਰ ਹੀ ਰਹਿੰਦੇ ਹੋ। ਓਏ ਓਏ ਚੁੱਪ ਕਰ ਚੁੱਪ ਕਰ, ਮੇਰਾ ਨਾਮ ਬਖਤੂ ਹੈ ਬਖਤੂ, ਤੇ ਮੈਂ ਵੱਡਿਆਂ ਵੱਡਿਆਂ ਨੂੰ ਵਕਤ ਚ ਪਾ ਦੇਣਾ ਕਿਉਂਕਿ ਸਾਰੇ ਜਾਣਦੇ ਆ ਬਈ ਮੈਂ ਨੱਚਣਾ ਵੀ ਜਾਣਦਾ ਤੇ ਨਚਾਉਣਾ ਵੀ ਜਾਣਦਾ। ਓਏ ਅਸੀਂ ਕੋਈ ਲੰਡੂ ਪੰਜੂ ਨਹੀਂ, ਅਸੀਂ ਜੈਲਦਾਰ ਹੁੰਨੇ ਆ, ਨਾਲੇ ਸਾਡੀ ਕੋਈ ਇੱਜ਼ਤ ਹੈ? ਜਾਣਦਾ ਮੈਂ ਜਾਣਦਾ, ਜਿਹਨੇ ਮਰੇ ਹੋਏ ਕੁੱਤੇ ਵਾਂਗੂ ਪੈਰ ਸੀੜ ਸੀੜ ਤੁਰਦੇ ਨੇ, ਰਾਤ ਨੂੰ ਟਾਈਮਾਂ ਦਾ ਗਾਡਰ ਚੁੱਕੇ ਵੇਚ ਦਿੰਦੇ ਨੇ। ਓਏ ਮੈਂ ਤੇਰਾ ਬਥਾੜਾ ਭੰਨ ਦੂ ਨੀ ਭੈਣੇ ਸਿੰਦਰੇ, ਓ ਮੈਨੂੰ ਗੁੱਸਾ ਆ ਰਿਹਾ, ਮੈਂ ਦਾ ਕਤਲ ਕਰ ਦੂ। ਓਏ ਨੀ ਸਿੰਦਰੇ ਆ ਜਾ ਨੀ, ਤੇਰੇ ਧਰਮੀ ਬਾਬਲ ਦਾ ਤੇਰੇ ਲਾਡਲੇ ਸਾਨੂੰ ਚਿਹੇਡਾ ਕਰਦੇ ਨੀ ਘੱਟੋ ਘੱਟ, ਇਸ ਕਰ ਤੂੰ ਤਾਂ ਜਾਣਦੀ ਆ ਬਈ ਮੈਂ ਨੱਚਣਾ ਵੀ ਜਾਣਦਾ ਤੇ ਨਚਾਉਣਾ ਵੀ ਜਾਣਦਾ। ਨਹੀਂ ਮੰਮੀ ਅੱਜ ਤਾਂ ਮਜ਼ਾਕ ਕਰਦੇ ਸੀ। ਮਜ਼ਾਕ ਕਰਦੇ ਸੀ, ਮਜ਼ਾਕ ਕਰਨ ਨੂੰ ਮੈਂ ਥੋੜੀ ਸਾਲੀ ਲੱਗਦਾ। ਓਹੋ ਕਿਉਂ ਬਾਪੂ ਜਵਾਕਾਂ ਦੇ ਨਾਲ ਜਵਾਕ ਬਣਦਾ? ਨਾਲੇ ਬਾਪੂ ਜੀ ਜਰਾ ਸੋਈ ਚਾਰ ਕੁ ਭਾਂਡੇ ਪੈਣੇ ਮਾਂਜਣ ਨਾਲੇ ਜਾਇਓ ਤਾਂ। ਤੇ ਤੁਸੀਂ ਮੇਰੇ ਸੂਰਮੇ ਭਾਈ ਹੋ, ਇੱਥੋਂ ਗੋਹਾ ਚੱਕ ਕੇ ਪਥਵਾੜੇ ਸੁੱਟ ਕੇ ਆਓ, ਮੈਂ ਸੁੱਚੇ ਕੇ ਘਰੇ ਭੋਗ ਤੇ ਜਾ ਕੇ ਆਉਣੀ ਹੈ। ਚੰਗਾ ਪੁੱਤ ਤੁਸੀਂ ਜਾ ਕੇ ਖੇਲੋ, ਜਾਓ। ਲਓ ਬਈ ਤੁਹਾਡੀਆਂ ਤਾਂ ਲੱਗ ਗਈਆਂ ਡਿਊਟੀਆਂ। ਇਹੋ ਜਿਹੀਆਂ ਗੁਰਤੂਤਾਂ ਦੇ ਮਾਲਕੋ ਮੈਂ ਪਹਿਲੇ ਨਾਨਕੇ ਦੇਖੇ ਨੇ ਜਿਹੜੀ ਆਪਣੀ ਧੀ ਦਾ ਖਾਂਦੇ ਨੇ। ਇਹ ਜੋ ਫਾਰਮੂਲਾ ਹੈ ਯੇ ਕਿਸੀ ਕੋ ਬਤਾਨਾ ਮਤ, ਯੇ ਜੋ ਤੁਮ ਕਿਸੀ ਕੋ ਵੀ ਦੇਗਾ ਵੋ ਏਕਦਮ ਸੇ ਆਪਸੇ ਛੋਟਾ ਹੋ ਜਾਏਗਾ। ਓਕੇ? ਹਾਂ ਮੈਨੂੰ ਲਾਡੀ ਤੰਗ ਕਰਦਾ। ਰੋਡੂ ਓਏ, ਓ ਰੋਡੂ, ਓ ਰੋਡੂ ਤੇਰਾ ਬਾਬਾ ਕਿੱਥੇ ਆ? ਸਾਨੂੰ ਕੀ ਪੂੰਝ ਪੜੀ ਆ, ਸਾਡੀ ਕੀ ਜੇ ਚ ਪਾਇਆ, ਸਾਨੂੰ ਕੀ ਸੁਪਨੇ ਆਉਂਦੇ ਨੇ? ਓਏ ਓਏ ਮੇਰਾ ਬਾਪੂ ਤੇ ਜੋਰਾ ਉਹ ਵੀ ਅੰਦਰ ਸ਼ਰਮ ਨਾਲ ਬੜੇ ਬੈਠੇ ਨੇ। ਤੇਰੇ ਪਿਓ ਨੂੰ ਵੀ ਸ਼ਰਮ ਆਉਂਦੀ ਆ, ਕੀ ਗੱਲ ਹੋ ਗਈ? ਓਏ ਤੇਰਾ ਪਿਓ ਜਾਣੀ ਕਿ ਸਾਡਾ ਸੇੜਿਆ ਹੋਇਆ ਸੱਜਰਾ ਪ੍ਰਾਹੁਣਾ, ਉਹ ਭਰੇ ਪਿੰਡ ਚ ਦਰਵਾਜ਼ੇ ਮੂਹਰੇ ਸਾਡਾ ਜਲੂਸ ਕੱਢ ਰਿਹਾ, ਮੈਂ ਤਾਂ ਆਪ ਲੱਕੀ ਕੀ ਮੋਟਰ ਤੇ ਚੱਲਿਆ। ਹਾਂ ਇਹ ਜਲੂਸ ਕਿਆ ਹੋਤਾ ਹੈ? ਚੱਲ ਆਇਆ ਤੈਨੂੰ ਉੱਥੇ ਦਿਖਾਉਣਾ। ਓਕੇ ਚਲੋ। ਵਿੱਚੋ ਵਿੱਚ ਚੂਰੀ ਜਾਵਾਂ ਕਿਵੇਂ ਕੂੜਾ ਇਹ ਹਟਾਵਾਂ, ਵਿੱਚੋ ਵਿੱਚ ਚੂਰੀ ਜਾਵਾਂ ਕਿਵੇਂ ਕੂੜਾ ਇਹ ਹਟਾਵਾਂ, ਘਰੋਂ ਕੱਢ ਕੱਢ ਇਹਨਾਂ ਨੂੰ ਮੈਂ ਥੱਕਿਆ, ਮੈਨੂੰ ਲੰਡੂ ਜੇ ਸਹੁਰਿਆਂ ਨੇ ਪੱਟਿਆ, ਮੈਨੂੰ ਲੰਡੂ ਜੇ ਸਹੁਰਿਆਂ ਨੇ ਪੱਟਿਆ, ਘਰੋਂ ਕੱਢ ਕੱਢ ਇਹਨਾਂ ਨੂੰ ਮੈਂ ਥੱਕਿਆ, ਲੰਡੂ ਜੇ ਸਹੁਰਿਆਂ ਨੇ ਪੱਟਿਆ, ਮੈਨੂੰ ਲੰਡੂ ਜੇ ਸਹੁਰਿਆਂ ਨੇ ਪੱਟਿਆ। ਥੋੜਾ ਡਾਂਸ ਹੋ ਜਾਏ। ਡੰਗਰਾਂ ਤੋਂ ਟੱਪ ਚੱਲੇ ਦੱਸਾਂ ਕੀ ਮੈਂ ਖੋਲ ਕੇ, ਕਰਦੇ ਨੇ ਤੰਗ ਗੰਦੇ ਮੰਦੇ ਬੋਲ ਬੋਲ ਕੇ, ਡੰਗਰਾਂ ਤੋਂ ਟੱਪ ਚੱਲੇ ਦੱਸਾਂ ਕੀ ਮੈਂ ਖੋਲ ਕੇ, ਕਰਦੇ ਨੇ ਤੰਗ ਗੰਦੇ ਮੰਦੇ ਬੋਲ ਬੋਲ ਕੇ, ਕੀ ਮੈਂ ਖੋਲ ਕੇ ਪਲਾਵਾਂ ਕੱਲੇ ਕੱਲੇ ਨੂੰ ਮੈਂ ਢਾਵਾਂ, ਸਹੁਰਾ ਸਾਲੇ ਨਾਲੋਂ ਵੱਧ ਹੱਥ ਟੱਪਿਆ, ਮੈਨੂੰ ਲੰਡੂ ਜੇ ਸਹੁਰਿਆਂ ਨੇ ਪੱਟਿਆ, ਮੈਨੂੰ ਲੰਡੂ ਜੇ ਸਹੁਰਿਆਂ ਨੇ ਪੱਟਿਆ, ਘਰੋਂ ਕੱਢ ਕੱਢ ਇਹਨਾਂ ਨੂੰ ਮੈਂ ਥੱਕਿਆ, ਲੰਡੂ ਜੇ ਸਹੁਰਿਆਂ ਨੇ ਪੱਟਿਆ, ਮੈਨੂੰ ਲੰਡੂ ਜੇ ਸਹੁਰਿਆਂ ਨੇ ਪੱਟਿਆ। ਥੋੜਾ ਇਮੋਸ਼ਨਲ। ਸਹੁਰਾ ਮੇਰਾ ਸੌ ਲੁੱਚਿਆਂ ਦਾ ਲੁੱਚਾ ਜੀ, ਅਨਪੜ ਸਾਲਾ ਸੌ ਭੁੱਖਿਆਂ ਦਾ ਭੁੱਖਾ ਜੀ, ਸਹੁਰਾ ਮੇਰਾ ਸੌ ਲੁੱਚਿਆਂ ਦਾ ਲੁੱਚਾ ਜੀ, ਅਨਪੜ ਸਾਲਾ ਸੌ ਭੁੱਖਿਆਂ ਦਾ ਭੁੱਖਾ ਜੀ, ਦਾੜੀ ਕਰਦਾ ਏ ਕਾਲੀ ਪੱਗ ਬੰਨੇ ਰੰਗ ਵਾਲੀ, ਰੱਗ ਰੱਗ ਵਿੱਚ ਧੋਖਾ ਏ ਤੇ ਰਚਿਆ, ਮੈਨੂੰ
मैनू लंडू जे सौरिया ने पटिया घरों कद कद इन्हों मैं थकिया लंडू जे सौरिया ने पटिया मैनू लंडू जे सौरिया ने पटिया बनाई तू जहान ते जमाई दे पैसा ते मौजा जेड़े माण दे एहो जे सौरे ना बनाई तू जहान ते जमाई दे पैसा ते मौजा जेड़े माण दे घरों सारा कुछ लै गए अगो बढ़ने पै गए सारा खल खूंजा कुत्ते वांगू चटिया मैनू लंडू जे सौरिया ने पटिया मैनू लंडू जे सौरिया ने पटिया घरों कद कद इन्हों मैं थकिया लंडू जे सौरिया ने पटिया मैनू लंडू जे सौरिया ने पटिया गल गल उत्ते झूठा नेम दिंदे चक ने दूजे दी कमाई उत्ते रख दे अख ने गल गल उत्ते झूठा नेम दिंदे चक ने दूजे दी कमाई उत्ते रख दे अख ने जावे जिमें आया धन धोखे का कमाया लै लै के सवाद जेड़ा छकिया मैनू लंडू जे सौरिया ने पटिया मैनू लंडू जे सौरिया ने पटिया घरों कद कद इन्हों मैं थकिया लंडू जे सौरिया ने पटिया मैनू लंडू जे सौरिया ने पटिया अपना ख्याल है जी पिछले साल है नी पल्ले कहन मालक जगीरां दे ढक दे ने नंगे मरीद साले लीरां दे तोड़ी है नी पल्ले कहन मालक जगीरां दे ढक दे ने नंगे मरीद साले लीरां दे घरे पै गया है काले इंज सालियां दा हाल जिवें कुत्ता होवे झाल विच फसिया मैनू जुल्ली चक सौरिया ने पटिया मैनू जैलदार सौरिया ने पटिया घरों कद कद इन्हों मैं थकिया लंडू जे सौरिया ने पटिया मैनू जुल्ली चक सौरिया ने पटिया ये आपका दर्द मैं सारी दुनिया को दिखाऊंगा ओए चौधरिया बाहर निकलो बढ़िया बदमाशा ओ चौधरिया ओ चौधरी दा परले पासे ने मैं तेरी चौधरी लगदा सच सच दस ओए मेरी मां दा सर तो दुपट्टा कीने लाया ओए ओए अपनी मां नु पुछ जिदा झाटा नंगा मैं तन्नू ओथे मारांगा दुश्मना जिथे लिखया होवे इथे बंदा मारन वाले नु 500 रुपया जुर्माना मुंडियो ओ रूप ओ बोलिया ओ जीत हलख दे ओए कबाड़ियां मैं तेरी कुड़ी चुकांगा ओए 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 एदा असर किन्ना क टाइम रहूगा ओए ओ बाबा जी एदा असर 15 मिनट रहूगा हाय इने चिर नु ता है सारे पिंड दी कुड़ियां चक के ले जू ओए मैं तेरी कुड़ी चुकांगा ओए ओए कंजर दे खरो इनु करे छड्या ओए ने जाओ छड्याओ चक चक ले मैं तेरी कुड़ी चुकांगा ओए मैं मेरा बच्चा जी दी ओए जिंदे लालन गए क्या बात है उदास क्यों हो घर में कोई झगड़ा हो गया क्या नहीं यार कोई झगड़ा नहीं होया फिर क्या बात है पैन देन दे मेरे नानके ने बड़ा दुखी कर रखिया वो कैसे साडे घर नु चून चून के खाई जांदे ने सारा कसूर मेरी मम्मी दा
सिर चाड़ रखे ने नंग। ये नंग क्या होता है? नंग होता है जिसके पले कानी कौड़ी नहीं होती। मैं जवाक हाँ, जो मेरा वास्ते है ना, मैं कल्ले कल्ले नू भूखे पा जा। हमने तो सुना था कि लोग अपने बेटी के घर का पानी तक नहीं पीते। ले इन्हें तो कूदे कू खाली करते कंजर ने है। हाँ? ये कंजर क्या होता है? जिसको कोई शर्म ना हो, जिसकी कोई इज्जत ना हो। ये कंजर देखने में कैसे होते हैं? जैसे मेरा नाना मामे। मैं तुम्हारा दोस्त हूँ, मैं तुम्हारी क्या मदद कर सकता हूँ? गोरे कोई ऐसी दवाई बना फिर इन्हें पता लगू। मेरे पास बहुत बढ़िया दवाई तैयार है। अच्छा? यस। कान करो मेरी तरफ। ठीक है हुन आओ स्वाद, हुन देखू बड़े जेलदारन। ओ सत ने सोहरिया ने घर रह के आई, फुल चढ़िए नी हुन मेरे को मलाई। डंग दिता तेन तेरी काली गुत्त ने, काली गुत्त ने। ओ आटे मग गुनती मछली का पत्त। आ जा जोरे आ जा। बल्ले भी बल्ले, जैलदार जोरा सिया आज ता बहुत खुश नजर आ रहा। ओए लै बापू, ओए भाई ना खुश होवे, ओए कल नू इहदी अंग्रेज ने दवाई तैयार कर देनी आ। मैं ता आप ऑर्डर दे रखिया, पता नहीं कल नू मैं की बन जाना। लै अंग्रेज मेरे वास्ते लियाओ मेहमान, दो मेरी भी कोई इज्जत है बापू। ओए इज्जत ता ठीक है कुड़े छिंदरे। ओ चा लिया भाई, मैं ता सारा वेड़ा सुंबरता, आ जा हुण मर जानी है। आ गई बापू जी, हुणे लियानी है। ओ नारे कुड़िया गोल जा बिस्कुट ले आई। मोटी क्रीम दी तह वाले चिट्टे चिट्टे। चंगा लियानी है, थोड़ी जान नु बिस्कुटा दा घट है ना। जोरे भाई बिस्कुट आउणगे? ले आउणगे, साडी भी इज्जत है। भाई आजो चाय पी लो। आज तो मेरे देसा दे राजे थक गए होने ने काम करके। असी किथे थकदे आ भैणे। ले भाई बिस्कुट भी ले ला। आए हाय चाय ता भैण ने पूरी कंडे वाली बनाई आ। बल्ले भाई छिंदरे, चाय वाली ता तू सिरे ही लाई पई आ। ले बापू तू भी तो बड़ा चंगी तरह संभर के चांदी वांगू चमकाता, हुण तुसी आए करियो टोका कुतर के मैसा नूं नवा दियो, फिर तुसी बेले हो। आ की हो गया? ए मेरे बापू, ए मेरे भाइयो, मैं तो केड़ी अंग्रेज दा बेड़ा भेजी अग लग जे आ दी गुत्त नूं। थोड़े चाचे ने रोडू कड ले कृपान। ओए अच्छा चाचा। फिर चाचा? ओए फिर लाके भी मुंडिया नु अगे क्या हुण दसो। ओए मेरे पैरी डिग के कहन लगे सानू माफ कर दियो बोला जी। ओए नहीं छटांगा, ओए नहीं छटांगा, ओए नहीं छटांगा। चाचा चाचा बदमाशी। हाँ हाँ। चाचा बाई बाई मुंडे। हाँ हाँ। ओए ओए रौला ना पाओ, मैं थोड़ा सारिया का सिर धर नालों अलग कर दूंगा। ओए 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 मुच्छा मना के मक्खी रखा के बदमाशी करन वाले। ओए मैं ता फुरे च बंदा मार देना फुरे च। मना ये क्या हो रहा है? चित्र परेड हो रही है, और की हो रही है? ओ, अंग्रेजी मैं जी हैप्पी बदमाश मच्छर बदमाश दा चेला। ओ जगदेव भाई, ओ कर फोटो भाई अंग्रेज नाल, इधर भी कर दे।
उस्ताद है साडा। कौन है आप? मैं जी एक मामूली जा बदमाश हाँ जी। मैं इन्ना कमजोर हाँ, मैथो कोई बंदा नहीं डरदा। मैं ट्राली चो गन्ना खिंचना, वह नहीं खिंचा जाता। ठकठवर बनना है। हाँ जी, मेरा ग्रेट अली जिड्डा कद होवे, अरनौल जिड्डे हों डोले, रॉक वर्गी होवे छाती। हाँ हाँ, दवाई तैयार है, आजो अंदर। ओके, कम ऑन, कम ऑन। आजो आजो, आजो आजो, प्यार भी हूँ देखी। ओए, अरनौल जिड्डा कद, खाली जिड्डे डोले, रॉक जिड्डी छाती। है? बदमाशो आजो। देख चाचा। ओए ओए बल्ले तेरे रोडू शेरा, ओए ओए तू तो कमाल ही करता। हुण मैनू ऐ दस रोडू, इन्ना चारा चो हैप्पी केड़ा ओए? आसी मैं थोनू कहा सी ना, मैं बीवी मुंडे अगे लाए हुए ने। हुण देखो तू मेरे थप्पड़ मारिया सी ना। ए हा ए क्यों देखी थोड़े चाचे दी बहादरी। नी मत्था देख दिया अम्मा जी। नी देबो वो नी अंग्रेज ने की कसम लपा रखे पिंड दे विच। नी पुछना कुछ अम्मा जी, पता नहीं की कुछ हो के रहू। नी गुरुद्वारे आला भाई जी ता शायद ही बचे। ऊ मैं मच गई, की गल है? नी की होना सी? हां मचने अंग्रेज तो चमकीला बन दी दवाई खाली। फेर फेर की? बस तड़के चार बजे उठ के गुरुद्वारे रेडुए दे विच बोलन लग गया चमकीले वाले गीत गाउणे, ते सारा पिंड कठा हो गया चंगा फेंटिया। इन्ना कुटिया, इन्ना कुटिया, रहे रब दा नौ बलबीर कुड़े। आ हरीका करदीप नी? आहो फिंदर बापू। हाँ हाँ हाँ, सट्टा जा खाई फिरदा। अच्छा रज्जा होया दारू दा? हाँ। नी ओ कहंदा मैं सनी दे और बनना सारे पिंड दे नाल के बटते। नी बटते नी आ सिंबियां दी बचनो नी पाले दी बेबे। हाँ नी एने मलक शराब बनने दी दवाई खाली ओ तो ਹੁਣ ਕਸੂਤੇ ਦੇ ਕੱਪੜੇ ਪਾ ਕੇ ਸਾਰੇ ਪਿੰਡ ਚ ਬੀਆਂ ਚ ਫਿਰਦੀ ਆ ਧੱਕੇ ਖਾਂਦੀ। ਵਾਗਰੂ ਵਾਗਰੂ ਵਾਗਰੂ। ਹਾਂ ਮੈਂ ਆਪਣੇ ਵਾਲੇ ਕੰਜਰ ਨੂੰ ਤਾਂ ਅੰਦਰ ਹੀ ਜਿੰਦਾ ਲਾਇਆ ਈ। ਕਹਿੰਦਾ ਮੈਂ ਅਮਰੀਸ਼ਪੁਰੀ ਬਣੂ। ਮੈਂ ਪੁੱਛਿਆ ਕਿਆ ਨਪੁੱਤੇ ਦੇ ਡੰਗਰਾਂ ਨੂੰ ਕਾਕਾ ਹੁਣ ਪਾਊ। ਭੈਣੇ ਮੈਂ ਤਾਂ ਦਾਣੇ ਫੇਰ ਹੀ ਬਣਾਊ, ਮੇਰੇ ਤਾਂ ਆਪ ਕਲਾਸ਼ਣੇ ਨੇ, ਕਿਤੇ ਹੋਰ ਹੀ ਨਾ ਕੁਛ ਬਣ ਕੇ ਬਹਿ ਜਾਣ। ਮੈਂ ਤਾਂ ਜਾਣੀ ਆ ਭਾਈ, ਪਤਾ ਨੀ ਹੁਣ ਪਿੰਡ ਦਾ ਕੀ ਬਣੂਗਾ। ਓ ਬਾਪੂ ਬਾਬੀ ਬਾਬੀ मुर्गा बन गया, रात खादी पीती जी कितें नाइयां ने मुर्गा बना लिया। ओदा तड़के पता लग्या भी असीं तां प्यो ही खा गए। नी भाभी हुण तां पुलसा भी आउण गिया। हुण आपां की करांगे? हुण आपां की करांगे? हुण तां भैण दे दी पुलसी करूगी, जो कुछ करूगी। शुक्र करो अंदर बंद करता, नी उन्दे जवाका नू खा जांदा। नी अंदर बैठ जो। रंगा उस्ताद मैनू बचा लो जी, मैनू अपने चरनी ला लो जी। नाए मेरा रंगा दाढ़ी फ्रेंच सिर तो गंजा, कौन है तू?
मैं जी हैप्पी बदमाश हाँ जी। मैं जी बहुत कमजोर बदमाश हाँ जी। मैं थो ट्राली चो गन्ना नहीं खिंचा जाता। मेरी तो जमी पट्टी मिस हो गई है। बुढ़िया मैं थो कब्जे ले जान लग गई। नाले साडा पिंड तो बाबे सारे जानवरों का बनया पिया गा। मैं तो आपकी जान बचाऊंदा बचाऊंदा भज के आया गा। मेरे नाल गर्दारी कीती है। रंगे दा इको एक मकसद है बस तेजे नू खत्म करना। पता नहीं किथे आ साला। क्या हो रहा है? मेरी भैन दे फेरे हो रहे ने। ओह वेरी इंटरेस्टिंग फेरा। ओए लगदा फेरिया दे लोग भड़के फिरदे ने। हुन तेरे टोटे करनगे टोटे। हां ओ तैनू मारनगे तैनू पटनगे। हुन मुझे क्यों मारेंगे? ओ मेरा सालिया सारा पिंड जानवरों दा बनाता हो तेरे फुन्ना दे हार पाउणगे। ओए छेती फार्मूला तैयार कर दे। ओए लोकां नू पहला वर्गा कर दे। ओए ओए हुन की करिए की करिए। ओए बापू ओए लोग ता होर भड़क रहे ने। तुसी लोकां नू सुधारो। ਅਸੀਂ ਦੇਖਦੇ ਆ ਝੱਟ। ਅੰਗਰੇਜ ਨੇ ਦਾਰੂ ਪੀ ਕੇ ਸਾਨੂੰ ਕਈ ਫਾਰਮੂਲੇ ਦੱਸੇ ਸੀ। ਓ ਜਾ ਹਾਂ ਓ ਜਾ ਜਾ ਛੇਤੀ ਨਾ ਜਾਓ ਜਾ। ਓ ਬਸ ਕੇ ਤੋੜ ਤਣਗੇ ਓ ਕੇ ਟੁੱਟ ਜੂ। ਓ ਸਾਡਾ ਕੇ ਟੁੱਟ ਜੂ। ਪਰੇ ਹੋ ਭੈਣ ਦੇਣੇ ਦਿਆ। मैं नहीं पींदा भाई जी। मैं बंदा ना बना फिर मैं करूं। यार तैनू मेरे ते भरोसा नहीं हैगा। पी यार मैं नहीं पींदा। यार पी ਅੰਗਰੇਜ ਨੂੰ ਤਾਂ ਚੂਹਾ ਬਣਾ ਕੇ ਅਸੀਂ ਪਿੰਜਰੇ ਚ ਬੰਦ ਕਰਤਾ। ਨਹੀਂ ਲੋਕ ਉਹਨੂੰ ਮਾਰ ਦੇਣਗੇ। ਓਏ ਚੱਲ ਵਧੀਆ ਕੀਤਾ ਲੋਕ ਭੜ ਕੇ ਫਿਰਦੇ ਨੇ। ਓਏ ਇਹਦਾ ਅਸਰ ਹੋ ਜਾਊਗਾ। ਮੈਂ ਕਿਹਾ ਸਕਿੰਟਾਂ ਚ ਇੱਕ ਸਕਿੰਟ ਜਾਗਲਾ ਪਹਿਲਾ ਵਰਗਾ ਹੋ ਜੂ। ਨਾ ਇਹ ਦਵਾਈ ਤੁਸੀਂ ਆਪ ਤਿਆਰ ਕਰੀ ਆਓ। ਲੈ ਕੱਲੇ ਬੁੱਢੇ ਦੇ ਪੋਤੇ ਆ ਕੋਈ ਮਾਮੂਲੀ ਗੱਲ ਹੈ। ਹਾਏ ਬੂ ਬੇ ਮੱਦੀ ਨੂੰ ਤਾਂ ਮੌਕ ਲੱਗ ਗਈ। ਮੌਕ ਤਾਂ ਲੱਗੂਗੀ ਜੇ ਸਾਰਾ ਦਿਨ ਤਾਂ ਮੱਝਾਂ ਚੋਂਦਾ ਰਹਿਦੀ ਹੋ। ਲੈ ਮੰਮੀ ਉਹਨਾਂ ਨੂੰ ਆ ਦਵਾਈ ਪਿਲਾ ਦੇ ਆਪ ਹੀ ਠੀਕ ਹੋ ਜਾਣਗੇ। ਬੇ ਇਹਦੇ ਨਾਲ ਬੰਦੇ ਤਾਂ ਬਣ ਜਾਣਗੇ। ਓਹੋ ਭਾਬੀ ਉਹਨਾਂ ਨੂੰ ਬੰਦੇ ਬਣਾਉਣ ਦੀ ਕੀ ਲੋੜ ਹੈ? ਚੁੱਪ ਕਰ ਬੇ। ਹਾਏ
ਮੱਤੀ ਪੈ ਜੋਰੇ ਆ ਮੈਂ ਆ ਗਈ ਵੇ ਓਏ ਹੁਣ ਛੇਤੀ ਦਿਨੇ ਲੋਕਾਂ ਨੂੰ ਦਵਾਈ ਪਿਆ ਦੋ ਏ ਖੋਲ ਦੇ ਦਰਵਾਜ਼ਾ ਓ ਮਾਰ ਨਹੀਂ ਨਾ ਕਿੱਥੇ ਓਏ ਆ ਕੇ ਭਾਈ ਆ ਕੇ ਓਏ ਆ ਕੇ ਬਸ ਓ ਲੋਕੋ ਖੜ ਜਾ ਖੜ ਨਹੀਂ ਗੱਲ ਸੁਣ ਲੋ ਖੜ ਦਵਾਈ ਤੇ ਹੋਰਾਂ ਆ ਲੋ ਜਿਵੇਂ ਖੜ ਦੇ ਦੂਰ ਖੜੇ ਹੋਏ ਦੂਰ ਲੈ ਕੇ ਆ ਜਾ ਓਏ ਨਾ ਲਿਓ ਓਏ ਰੌਲਾ ਨਾ ਪਾਓ ਓਏ ਅੰਗਰੇਜ਼ ਨੇ ਦਵਾਈ ਤਿਆਰ ਕਰਤੀ ਓ ਮਾਰੇ ਨਾ ਮਾਰੇ ਨਾ ਓ ਭਾਈ ਭਾਈ ਰੁਕੋ ਓ ਭਾਈ ਬੇ ਓ ਭਾਈ ਚੁੱਪ ਚੁੱਪ ਓ ਭਾਈ ਮੇਰੀ ਗੱਲ ਸੁਣੋ ਓਏ ਦਵਾਈ ਤਿਆਰ ਹੋ ਗਈ ਹੈ ਸਾਰਿਆਂ ਦੇ ਹੁਣ ਡੰਗਰ ਬੱਚੇ ਬੰਦੇ ਬਣ ਜਾਣਗੇ ਓ ਭਾਈ ਬਣ ਕੇ ਦਵਾਈ ਤਿਆਰ ਹੋ ਗਈ ਓ ਭੱਜ ਲੋ ਮੇਰੇ ਨਾਲ ਓ ਭੱਜ ਲੋ ਓ ਲਾ ਲਾ ਲੋ ਓ ਲਾ ਲਾ ਕੁੰਡਾ ਬੰਦਾ ਲਾ ਦੇ ਕੁੰਡਾ ਕੁੰਡਾ ਹਾਏ ਕੁੰਡਾ ਹਾਏ ਲੈ ਭਾਈ ਜੋਰਿਆ ਪੀ ਦਵਾਈ ਲੈ ਬਾਪੂ ਤੂੰ ਵੀ ਪੀ ਲਾ ਦਵਾਈ ਲੈ ਮੱਦੀ ਲੈ ਪੀ ਲਾ ਮੇਰੇ ਧਰਮੀ ਬਾਬਲਾ ਪੀ ਲਾ ਲੈ ਮੱਦੀ ਤੂੰ ਵੀ ਪੀ ਲਾ ਪੀ ਲਾ ਹੈ ਰੱਬਾ ਕੋਈ ਕਿਰਪਾ ਕਰ ਦੇ ਮੇਰੇ ਖਾਨਦਾਨ ਤੇ ਲੈ ਬਾਪੂ ਪੀ ਲਾ ਤੂੰ ਵੀ ਪੀ ਲਾ ਮੇਰੇ ਛੋਟੇ ਭਾਈਆ ਹੈ ਰੱਬਾ ਕੋਈ ਕਿਰਪਾ ਕਰ ਦੇ ਨਾ ਤੇ ਹਾਏ ਭੈਣੇ ਬਾਪੂ ਤੂੰ ਠੀਕ ਹੋ ਗਿਆ ਵੀਰੇ ਵੀਰੇ ਹਾਏ ਵੀਰੇ ਸ਼ੁਕਰ ਹੈ ਤੁਸੀਂ ਬੰਦੇ ਬਣ ਗਏ ਆ ਭੈਣੇ ਬਾਪੂ ਨੇ ਟੀਟਣੇ ਮਾਰ ਮਾਰ ਕੇ ਮੇਰੀਆਂ ਬੱਖੀਆਂ ਸਜਾਤੀਆਂ ਸਿੰਦਰੇ ਇਹਨੇ ਤਾਂ ਮੋਕ ਮਾਰ ਮਾਰ ਕੇ ਮੇਰੇ ਤਾਂ ਪੈਰ ਲਵੇੜ ਕੇ ਰੱਖਤੇ ਓਏ ਆ ਬਾਪੂ ਤੂੰ ਇੱਕ ਦਿਨ ਮੇਰੀ ਪੂਛ ਤੇ ਪੈਰ ਧਰਤਾ ਮੇਰਾ ਪੌਂਦੇ ਦਾ ਸੰਗ ਖਰਾਬ ਹੋ ਗਿਆ ਪਰ ਤੂੰ ਪੂਛ ਤੋਂ ਪੈਰ ਨਾ ਚੱਕਿਆ ਅੱਜ ਤਾਂ ਸਾਡੀ ਵੀ ਇੱਜ਼ਤ ਆ ਯਾਰ ਚੰਗਾ ਚੰਗਾ ਰੱਬ ਦਾ ਸ਼ੁਕਰ ਕਰੋ ਹੇ ਸੱਚੇ ਪਾਤਸ਼ਾਹ ਤੂੰ ਮੇਰੇ ਖਾਨਦਾਨ ਨੂੰ ਠੀਕ ਕਰਤਾ ਸੱਚੇ ਪਾਤਸ਼ਾਹ ਠੀਕ ਕਰਤਾ ਤੂੰ ਮੇਰੇ ਖਾਨਦਾਨ ਨੂੰ ਮੇਰੀ ਵਜ੍ਹਾ ਕਰਕੇ ਆਪਕੋ ਬਹੁਤ ਤਕਲੀਫ ਹੁਆ ਸੌਰੀ ਅੰਕਲ ਮੈਨੇ ਕੁਦਰਤ ਕੇ ਸਾਥ ਇਤਨਾ ਬੜਾ ਮਜ਼ਾਕ ਕੀਆ ਹੈ ਮੁਝੇ ਇਸਕੀ ਸਜ਼ਾ ਗੋਡ ਦੇਗਾ ਓਏ ਕਿਤੇ ਪੁਲਿਸ ਨਾ ਆ ਜਾਏ ਨਾਈਆਂ ਦੇ ਬੁੜੇ ਦਾ ਕਤਲ ਨਾਈਆਂ ਦੀ ਬੁੜੀ ਦਾ ਕਤਲ ਬਾਹਮਣਾਂ ਦੇ ਬੁੜੇ ਦਾ ਕਤਲ ਦਿਖਾਣਾ ਦੀ ਬੁੜੀ ਦਾ ਕਤਲ ਤੇਰੇ ਜੁੰਮੇ ਨੇ ਮੈਂ ਉਨਸੇ ਸੌਰੀ ਮੰਗ ਲੂੰਗਾ ਲੈ ਬੰਦੇ ਮਾਰ ਕੇ ਹੁਣੇ ਸੌਰੀ ਮੰਗੂਗਾ ਤੁਸੀਂ ਅੰਗਰੇਜ਼ਾਂ ਨੇ ਐਡੇ ਐਡੇ ਹਥਿਆਰ ਬਣਾਤੇ ਪਰਮਾਣੂ ਬੰਬ ਬਣਾਤੇ ਓਏ ਤੁਸੀਂ ਇੱਕ ਦਿਨ ਦੁਨੀਆ ਤਬਾਹ ਕਰਕੇ ਛੱਡੋਗੇ ਮੰਨਿਆ ਤੁਹਾਡੀ ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ ਬੱਚੇ ਤੱਕ ਟਿਊਬਾਂ 'ਚ ਪੈਦਾ ਹੋ ਰਹੇ ਨੇ ਪਰ ਤੁਹਾਡੀ ਸਾਇੰਸ ਮੌਤ ਦਾ ਰਾਹ ਨਹੀਂ ਲੱਭ ਸਕੀ ਆਪਾਂ ਜੋ ਕੁਦਰਤ ਨਾਲ ਛੇੜਛਾੜ ਕਰ ਰਹੇ ਹਾਂ ਉਹਦੇ ਨਤੀਜੇ ਬਹੁਤ ਭੈੜੇ ਨਿਕਲਣੇ ਨੇ ਸਾਡੇ ਲੋਕ ਵੀ ਦਰਖਤ ਕੱਟ ਰਹੇ ਨੇ ਜਿਹੜੇ ਸਾਨੂੰ ਆਕਸੀਜਨ ਦਿੰਦੇ ਨੇ ਤੇ ਪ੍ਰਾਣੀਆਂ ਨੂੰ ਅੱਗ ਲਾ ਰਹੇ ਨੇ ਪ੍ਰਦੂਸ਼ਣ ਫੈਲਾ ਰਹੇ ਨੇ ਇਸੇ ਕਰਕੇ ਬੇਮੌਸਮੀਆਂ ਬਾਰਿਸ਼ਾਂ ਹੋ ਰਹੀਆਂ ਨੇ ਸੁਨਾਮੀ ਲਹਿਰਾਂ ਆ ਰਹੀਆਂ ਨੇ ਭੂਚਾਲ ਆ ਰਹੇ ਨੇ ਤੂੰ ਐਸੀ ਦਵਾਈ ਤਾਂ ਬਣਾ ਲਈ ਜਿਹੜੀ ਬੁੱਢੇ ਨੂੰ ਜਵਾਨ ਕਰ ਦੇਵੇ ਕੋਈ ਐਸੀ ਦਵਾਈ ਤਿਆਰ ਕਰ ਜਿਹਦੇ ਨਾਲ ਨਫ਼ਰਤ ਖਤਮ ਹੋਵੇ ਕੋਈ ਐਸੀ ਦਵਾਈ ਤਿਆਰ ਕਰ ਜਿਹਦੇ ਨਾਲ ਦਾਜ ਦਾ ਕੋਡ ਖਤਮ ਹੋਵੇ ਭਰੂਣ ਹੱਤਿਆ ਖਤਮ ਹੋਵੇ ਕੋਈ ਉਹ ਦਵਾਈ ਬਣਾ ਜਿਹਦੇ ਨਾਲ ਨਸ਼ੇ ਦਾ ਕੋਡ ਖਤਮ ਹੋਵੇ ਆਪ ਲੋਕਾਂ ਨੇ ਮੇਰੀ ਅੱਖਾਂ ਖੋਲ ਦੀ ਚੱਲ ਠੀਕ ਹੈ ਤੂੰ ਹੁਣ ਆਪਦਾ ਜੁਲੀ ਚੱਪੜਾ ਚੱਕ ਜੇ ਪੁਲਿਸ ਆ ਗਈ ਤਾਂ ਤੇਰੇ ਤੇ ਕੇਸ ਪੈ ਜੂਗਾ ਅਸੀਂ ਆਪ ਹੀ ਸੰਭਾਲ ਲਾਂਗੇ ਪੁਲਿਸ ਨੂੰ ਨਾਲੇ ਤੇਰਾ ਪਾਸਪੋਰਟ ਜ਼ਬਤ ਹੋ ਜੂਗਾ ਓਏ ਨਾਲੇ ਤੂੰ ਮੇਰੇ ਯਾਰ ਜੋਗਾ ਸਿੰਘ ਜਗਾੜੀ ਦਾ ਮੁੰਡਾ ਇੱਥੋਂ ਸਹੀ ਸਲਾਮਤ ਉੱਥੇ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ ਆ ਮੈਨੇ ਆਪਣੇ ਫਾਦਰ ਸੇ ਸੁਣਾ ਥਾ ਕਿ ਪੰਜਾਬੀ ਬਹੁਤ ਅੱਛੇ ਲੋਕ ਹੋਤੇ ਹੈ ਇਹ ਲੋਕ ਇੱਕ ਦੂਸਰੇ ਕੇ ਲੀਏ ਆਪਣੀ ਜਾਨ ਦੇ ਦੇਤੇ ਹੈ ਮਗਰ ਅੱਜ ਮੈਨੇ ਦੇਖ ਵੀ ਲਿਆ ਮੁਝੇ ਮਾਨ ਹੈ ਕਿ ਮੈਂ ਵੀ ਇੱਕ ਪੰਜਾਬੀ ਹੂੰ ਮੈਂ ਵੀ ਜੋਗਾ ਸਿੰਘ ਕੀ ਔਲਾਦ ਹੂੰ ਮੈਂ ਤੁਹਾਡੀ ਫੈਮਿਲੀ ਕਾ ਕਭੀ ਵੀ ਅਹਿਸਾਨ ਨਹੀਂ ਭੁੱਲੂੰਗਾ ਮੁਝੇ ਮਾਫ ਕਰ ਦੋ ਚੰਗਾ ਚੰਗਾ ਹੁਣ ਛੇਤੀ ਜਾ ਤੇ ਜੋਗਾ ਸਿੰਘ ਜਗਾੜੀ ਨੂੰ ਆਖੀ ਵੀ ਕਹਿਲਾ ਤੈਨੂੰ ਬਹੁਤ ਯਾਦ ਕਰਦਾ ਜਾ ਸਸਕਾਲ ਅੰਗਰੇਜ਼ ਜੀ ਮੇਰੇ ਵਾਸਤੇ ਮੇਮ ਦਾ ਪ੍ਰਬੰਧ ਮੇਰਾ ਮਤਲਬ ਇਹਦੇ ਵਾਸਤੇ ਮੇਮ ਦਾ ਪ੍ਰਬੰਧ ਜ਼ਰੂਰ ਕਰ ਦੇਣਾ ਚਲੋ ਅੰਗਰੇਜ਼ ਜੀ ਓਕੇ ਸੀ ਯੂ ਮਾਈ ਬ੍ਰਦਰ ਮੇਰਾ ਤਾਂ ਪਾਸਪੋਰਟ ਨਹੀਂ ਹੈਗਾ ਨਹੀਂ ਮੈਂ ਤੇਰੇ ਨਾਲ ਹੀ ਵਗ ਜਾਂਦਾ ਬਾਏ 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 ਟਾਟਾ ਟਾਟਾ ਹੈਰੀ ਟਾਟਾ 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 ਬਾਏ ਬਾਏ ਟਾਟਾ Yeah!
ਸਾਡੀ ਦਿਨ ਵਰ ਕੀ ਰੱਬ ਰਾਤ ਹੋਵੇ, ਸਾਡੀ ਦਿਨ ਵਰ ਕੀ ਰੱਬ ਰਾਤ ਹੋਵੇ, ਬਿਨਾਂ ਬਦਲਾ ਤੋਂ ਬਰਸਾਤ ਹੋਵੇ, ਬਿਨਾਂ ਬਦਲਾ ਤੋਂ ਬਰਸਾਤ ਹੋਵੇ, ਆਪੋ ਤੇ ਚੱਲੀਏ ਜਿੱਥੇ ਬੰਦਾ ਨਾ ਬੰਦੇ ਦੀ ਜਾਤ ਹੋਵੇ, ਸਾਡੀ ਦਿਨ ਵਰ ਕੀ ਰੱਬ ਰਾਤ ਹੋਵੇ, ਸਾਡੀ ਦਿਨ ਵਰ ਕੀ ਰੱਬ ਰਾਤ